गौड़ी बैरागण महला चौथा। हम रुलते फिरते कोई बात ना पूछता, गुर सतगुरु संग की रे हम थापे। तन तन गुरु नानक जन केरा, जित मिलिए चुके सब सोग संतापे। नानक नाम चढ़ती कला, तेरे पानी सरबत दा भला। वाहिगुरु। हे नमाणिया दे माण, नताणिया दे ताण, तन तन श्री गुरुदेव सच्चे पातशाह, गुरु गरीब निवास, आप जी दी मिठी मिठी बाणी, श्री गुरु रामदास जी महाराज जी, सारिया संगतां ते श्री चरणा च बेनती है सत्संग एक महिमा है उस अकाल पुरख की, उस वाहिगुरु की, जिदे विच असी सारिया ने उस मालक दे घर तक पहुंचण दा एक ओ उपराला करना है। कई चीज़ां सानू नहीं पता, पर इत्थे ऐसे ऐसे महापुरख बैठे ने सत्संग सुनने वास्ते, बड़िया बड़िया पहुंचियां रूहां आउंदियां ने, तो छोटियां रूहां नहीं आउंदियां, ध्यान देना कदी, जिहड़ियां साडे वर्गियां छोटियां छोटियां रूहां ने उह मत्था टेक के भज्जन वालियां ने, टेक के बैठन वालियां नहीं है। जिहड़ियां वड्डियां रूहां ने, जिहड़े रब की प्रशंसा घंटा दो घंटे तीन घंटे चार घंटे पांच घंटे सारा दिन सुनने वाली रूहां ने, ऐ सरवनो मेरिया साचे सुनने नू पठाए, हे कन मेरे मैनू सच दी, मैनू गुरु दी, मैनू अकाल पुरख की गल सुना, होर मैं नहीं किसी की गल सुननी। ऐ सरवनो मेरिया, ये मेरे कन्ना नू इको रस आवे सच्चे पातशाह दा, सच साचे सुनने नू बिठाए, मैं उस मालक नू सुना किसे नू भी ना सुना, गली मुक गई। अखी बाजो वेखना बिन कन्नी सुनना, ऐसे ऐसे प्यारे जीव हुंदे ने साडे विच बैठे ने, जिहड़े इन्हां अखां दे नाल ये दुनिया वेखदे ने, पर अंदरलियां अखां नाल ओ दुनिया वेखदे ने, उहदी वी झलक नज़र आउंदी। इत्थे बैठे होणगे पता नहीं लगना, बड़े गहरे ने, चुप ने, अपनी धुनी च मस्त, बहुता बोलना नहीं, बहुता उछाल नहीं, बहुता रौला नहीं। रौला पा के की कर लेना, मैं कहता जी मैं रौला पा दिता, मैं सिमन करदा जी, मैं कीर्तन करदा जी, मैं ये करदा जी, इस तो मैं है, मैं करदा हाँ, इहदा मतलब मैं करता जग बंदा जियो, मैं उत्थे फसे बैठे। रस्ते कदों खुलने ने, तू 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 ही 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 तू
ਉਹ ਰਸਤੇ ਖੁੱਲਦੇ ਨੇ। ਮੈਂ ਰੱਬ ਨੂੰ ਨਹੀਂ ਚੰਗਾ ਲੱਗਦਾ ਕੋਈ ਬੰਦਾ ਮੈਂ ਕਵੇ ਮੈਂ ਕਰਦਾ, ਨਹੀਂ ਤੂੰ ਕਰਾਉਣਾ। ਮਾਲਕ ਜੀ ਸੱਚੇ ਪਾਤਸ਼ਾਹ ਤੁਸੀਂ ਕਰਾਉਂਦੇ ਹੋ, ਅਸੀਂ ਕਰਦੇ ਹਾਂ, ਨਹੀਂ ਅਸੀਂ ਕਰਦੇ ਹਾਂ ਤੁਸੀਂ ਕਰਾਉਂਦੇ ਹੋ। ਪੰਚਮ ਪਾਤਸ਼ਾਹ ਦੇ ਸਮੇਂ ਦੀ ਗੱਲ ਹੈ। ਹਾਂ, ਇੱਕ ਭਗਤ ਆਏ ਨੇ, ਸੇਵਕ ਆਏ ਨੇ, ਨਾਮ ਉਹਨਾਂ ਦਾ ਬਹਿਲੋ, ਭਾਈ ਬਹਿਲੋ ਜੀ। ਸੰਗਤ ਨੂੰ, ਗੁਰੂ ਸਿੱਖਾਂ ਨੂੰ ਵੇਖਿਆ, ਬੜੇ ਗੁਰੂ ਸਿੱਖ ਨੇ, ਬੜੀਆਂ ਸੇਵਾਵਾਂ ਕਰਦੇ ਨੇ, ਸਤਸੰਗ ਕੀਰਤਨ 'ਚ ਬੈਠਿਆ। ਇੱਕ ਮੈਂ ਤੁਹਾਨੂੰ ਗੱਲ ਦੱਸਾਂ, ਇੱਕ ਇੰਗਲਿਸ਼ ਦੀ ਕਹਾਵਤ ਹੈ ਬੜੀ ਖੂਬਸੂਰਤ, ਬੜੀ ਖੂਬਸੂਰਤ ਕਹਾਵਤ ਹੈ ਕਿ ਦੇਅਰ ਇਜ਼ ਨੋ ਸਬਸਟੀਟਿਊਟ ਆਫ ਐਕਸਪੀਰੀਅੰਸ। ਇਹਦਾ ਮਤਲਬ ਹੈ ਤਜ਼ਰਬਾ ਲੈ ਕੇ ਹੀ ਪਤਾ ਲੱਗਦਾ ਕਿ ਉਹਦੀ ਕੀਮਤ ਕੀ ਹੈ। ਤੁਸੀਂ ਜੇ ਕਹੋਗੇ ਕਿ ਮੈਂ ਹੁਣ 20 ਸਾਲਾਂ ਦਾ ਅਤੇ ਮੈਂ 80 ਸਾਲ ਦੀ ਗੱਲ ਦੱਸ ਦੇਵਾਂ, ਨਾ। ਮੌਤ 'ਤੇ ਜਿਹੜਾ ਮੌਤ ਦੇ ਲਾਗੇ ਬੈਠਾ ਉਹਨੂੰ ਪਤਾ ਮੌਤ ਕੀ ਹੈ, ਮੇਰੇ ਵਰਗੇ ਨੂੰ ਜਿਹਨੂੰ ਜੀਵਨ ਮਿਲਿਆ ਉਹਨੂੰ ਨਹੀਂ ਪਤਾ ਮੌਤ ਕੀ ਹੈ, ਉਹ ਜੀਵਨ ਦਾ ਆਨੰਦ ਲੈ ਰਿਹਾ। ਠੀਕ ਹੈ ਨਾ, ਕਰਕੇ ਪਤਾ ਲੱਗਦਾ ਕਿ ਚੱਕਰ ਕੀ ਹੈ, ਬਿਨਾਂ ਕੀਤਿਆਂ ਨਹੀਂ ਕੁਛ ਪਤਾ ਲੱਗਦਾ। ਔਰ ਕਰਨਾ ਕੋਈ ਨਹੀਂ ਚਾਹੁੰਦਾ, ਬਣੀਆਂ ਬਣਾਈਆਂ ਪਲੇਟਾਂ ਵਿੱਚੋਂ ਖਾਣਾ ਚਾਹੁੰਦਾ ਕਿ ਬਣੀ ਬਣਾਈ ਚੀਜ਼ ਮਿਲ ਜੇ, ਲਓ ਜੀ ਤੁਸੀਂ ਦੇ ਦਿਓ ਬਸ ਬਣਾ ਕੇ ਸਾਨੂੰ, ਖੋਲ੍ਹ ਦਿਓ ਮਸਤਕ ਕੋਈ। ਅਸੀਂ ਬੜੀਆਂ ਸਾਖੀਆਂ ਨੇ, ਮੈਂ ਤੁਹਾਨੂੰ ਬੜੀਆਂ ਸਾਖੀਆਂ ਜੁੜੀਆਂ ਹੋਈਆਂ ਨੇ ਇਸ ਇਤਿਹਾਸ ਨਾਲ ਕਿ ਹਰ ਬੰਦਾ ਲੋਚਦਾ ਕਿ ਫਟਾਫਟ ਮੈਂ ਆਵਾਂ, ਫਟਾਫਟ ਮੇਰਾ ਕੰਮ ਬਣੇ, ਫਟਾਫਟ ਮੈਂ ਦੌੜ ਜਾ। ਇਹ ਫਟਾਫਟ ਦੇ ਸੌਦੇ ਨਹੀਂ ਹੈ ਮਹਾਂਪੁਰਖੋ। ਠਾਕੁਰ ਤੁਮ ਸ਼ਰਨਾਈ ਆਇਆ, ਇਹ ਸ਼ਰਨ ਦੇ ਸੌਦੇ ਨੇ, ਬੈਠਣ ਦੇ, ਟਿਕਣ ਦੇ ਸੌਦੇ ਨੇ। ਜਿਹੜਾ ਟਿਕ ਗਿਆ ਉਹ ਟਿਕ ਗਿਆ। ਇਹ ਕਾਲਾਪਨ ਪਤਾ ਕਿਉਂ ਆਇਆ ਸਾਡੇ 'ਚ? ਕਿਉਂਕਿ ਅਸੀਂ ਮਾਇਆ ਦੇ ਪੁਜਾਰੀ ਹਾਂ। ਜਿਵੇਂ ਮਾਇਆ ਨਹੀਂ ਟਿਕਦੀ ਇੱਦਾਂ ਅਸੀਂ ਵੀ ਨਹੀਂ ਟਿਕਦੇ, ਉਹ ਭੱਜੀ ਫਿਰਦੀ ਮਾਇਆ, ਅਸੀਂ ਵੀ ਭੱਜੇ ਫਿਰਦੇ ਹਾਂ। ਮਨ ਵੀ ਹੁਣੇ ਇੱਥੇ ਆ, ਹੁਣੇ ਉੱਥੇ ਆ, ਹੁਣੇ ਉੱਥੇ ਆ, ਹੁਣੇ ਉੱਥੇ, ਹੁਣੇ ਉੱਥੇ, ਹੁਣੇ ਉੱਥੇ, ਉੱਥੇ ਸਾਰਾ ਸ਼ਹਿਰ ਗਾ ਲਏਗਾ। ਇਹਨੂੰ ਛੱਡੋ, ਹੁਣੇ ਚੰਡੀਗੜ੍ਹ ਪਹੁੰਚ ਜਾਏਗਾ, ਸੋਚੀ ਪੈ ਜਾਏਗਾ ਯਾਰ ਅਮਰੀਕਾ ਵਾਲਾ ਦੋਸਤ, ਉਹਨੂੰ ਫੋਨ ਕਰਾਂ, ਅਮਰੀਕਾ ਪਹੁੰਚ ਜਾਏਗਾ। ਟਿਕਦਾ ਹੀ ਨਹੀਂ, ਜਿੱਥੇ ਹੈਗੇ ਹੋ ਉੱਥੇ ਆਨੰਦ ਲਓ, ਜਿੱਥੇ ਬੈਠੇ ਹੋ। ਇਹ ਯੁਕਤੀ ਹੈ, ਇਹ ਫਾਰਮੂਲਾ ਹੈ। ਜੇ ਆਪਣੀਆਂ ਚਿੰਤਾਵਾਂ ਤੋਂ ਮੁਕਤ ਹੋਣਾ ਸਾਰਿਆਂ ਨੇ, ਤੇ ਜਿੱਥੇ ਰਹਿੰਦੇ ਹੋ ਉੱਥੇ ਆਪ ਮਨ ਨੂੰ ਵੀ ਰੱਖੋ, ਆਪਣੇ ਵਿਚਾਰਾਂ ਨੂੰ ਵੀ ਰੱਖੋ, ਬਸ ਤਾਂ ਹੀ ਗੁਰੂ ਦੇ ਘਰ ਪਹੁੰਚ ਜਾਣਾ। ਮਾਇਆ ਜਿਹੜੀ ਹੈ ਉਹ ਸਾਡੇ 'ਚ ਇੰਨੀ ਵਸੀ ਹੈ, ਇੱਧਰ ਭੱਜ, ਇੱਥੇ ਗੋਲਕ ਵਿੱਚ ਕਿਸੇ ਨੇ ਮੱਥਾ ਟੇਕਿਆ, ਇਹ ਪੈਸੇ ਸਵੇਰੇ ਖੁੱਲ੍ਹਣਗੇ, ਹੁਣੇ ਭਾਵੇਂ ਸ਼ਾਮੀ ਖੋਲ੍ਹਣਗੇ, ਇਹਨਾਂ ਨੇ ਜਿੱਥੇ ਦੇਣੇ ਹੋਣਗੇ ਦੇ ਦੂ ਕੇ, ਜਿੱਥੇ ਵੀ ਚਲੋ ਠੀਕ। ਇਹ ਮਾਇਆ ਇੱਥੇ ਟਿੱਕੀ ਥੋੜ੍ਹੀ, ਗੋਲਕ 'ਚ ਥੋੜ੍ਹੀ ਪਈ ਰਹਿਣੀ ਹੈ, ਇਹ ਤਾਂ ਅੱਗੇ ਚੱਲ ਜਾਣੀ ਕਿਤੇ। ਔਰ ਅੱਗੇ ਜਿੱਥੇ ਜਾਣੀ ਹੈ, ਜਿਸ ਮਨੁੱਖਾਂ ਕੋਲ ਜਾਣੀ ਹੈ, ਉਹਨਾਂ ਕੋਲ ਵੀ ਨਹੀਂ ਰੁਕਣੀ, ਉਹਨਾਂ ਕੋਲ ਵੀ ਚੱਲ ਸੋ ਚੱਲ ਚੱਲ ਚੰਚਲ ਚੱਲ ਸੋ ਚੱਲ ਚੱਲ ਸੋ ਚੱਲ। ਅੱਗੇ ਜਿਹਦੇ ਕੋਲ ਪਹੁੰਚੀ, ਕਰਿਆਨੇ ਦੀ ਦੁਕਾਨ ਤੋਂ ਮੰਨ ਲਓ ਸਮਾਨ ਆਇਆ, ਉਹਨੂੰ ਜਾ ਕੇ ਤੁਸੀਂ ਰੁਪਏ ਦੇ ਤੇ, 100 ਰੁਪਇਆ ਭਾਈ ਇਹਲਾ ਮੈਨੂੰ ਆਟਾ ਦੇ ਦੇ, ਮੈਨੂੰ ਦਾਲ ਦੇ ਦੇ। ਉਹਨਾਂ ਠੀਕ ਹੈ ਬਈ ਦਾਲ ਲੱਲਾ। ਅੱਗੋਂ ਉਹਨੇ ਕੀ ਕੀਤਾ, ਉਹ 100 ਰੁਪਇਆ ਉਹਨੇ ਵੱਡੇ ਵਪਾਰੀ ਨੂੰ ਦੇ ਦਿੱਤਾ, ਉਹ ਜਿਹੜੇ ਇਕੱਠੇ ਕੀਤੇ ਪਏ। ਹੁਣ ਭਾਈ ਮੇਰਾ ਸਮਾਨ ਮੁੱਕ ਰਿਹਾ, ਚੱਲ ਹੁਣ ਸਮਾਨ ਹੋਰ ਮੰਗਾਵਾਂ, ਚੱਲ ਅੱਗੇ ਚੱਲ। ਉਹ ਮਾਇਆ ਚੁੱਕ ਕੇ ਉਹਨੇ ਵੱਡੇ ਵਪਾਰੀ ਨੂੰ ਦੇ ਦਿੱਤੇ, ਨਾ ਉਹਦੇ ਕੋਲ ਵੀ ਨਹੀਂ ਟਿਕੀ। ਉਹ ਵੱਡੇ ਵਪਾਰੀ ਨੇ ਹੋਰ ਵੱਡੇ ਵਪਾਰੀ ਨੂੰ ਦੇ ਦਿੱਤੀ, ਫੈਕਟਰੀ ਨੂੰ ਦੇ ਦਿੱਤੀ, ਕਿਤੇ ਹੋਰ ਦੇ ਦਿੱਤੀ। ਫੈਕਟਰੀਆਂ ਵਾਲਿਆਂ ਨੇ ਉਹ ਮਾਇਆ ਚੁੱਕ ਕੇ ਹੋਈ ਬੈਂਕ 'ਚ ਧਰ ਦਿੱਤੀ, ਉਹਦੇ ਵਿੱਚੋਂ ਟੈਕਸ ਕੱਟ ਕੇ ਗੌਰਮੈਂਟ ਨੂੰ, ਸਰਕਾਰ ਨੂੰ ਚਲਾ ਗਿਆ, ਕੁਝ ਇੱਧਰ ਚਲਾ ਗਿਆ, ਕੁਝ ਉੱਧਰ ਚਲਾ ਗਿਆ। ਉਹਦੇ ਕੋਲ ਵੀ ਜੋ ਕੁਝ ਬਚਿਆ ਮੇਰੇ ਖਿਆਲ 'ਚ ਉਹਨੂੰ ਪਤਾ ਹੋਊਗਾ।
ਜਿਸ ਦਾ ਸਿਮਰਨ ਅਸੀਂ ਕਰਦੇ ਹਾਂ ਉਦਾਂ ਦੀ ਸਾਡੀ ਪ੍ਰਵਿਤੀ ਬਣਦੀ ਹੈ। ਇਹ ਧਿਆਨ ਰੱਖਣਾ, ਜੇ ਅਸੀਂ ਪੈਸਾ 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 ਪੈਸਾ, ਪ੍ਰਵਿਤੀ ਵੀ ਉਹ ਹੀ ਹੋਏਗੀ। ਪੰਜ ਸੌ ਪੰਜ, ਪੰਜ ਸੌ ਪੰਜ, ਪੰਜ ਸੌ ਪੰਜ, ਪੰਜ। ਚਲੋ, ਮੇਰਾ ਅੱਜ ਵਿਸ਼ੇ ਇਹ ਨਹੀਂ ਹੈ। ਭਾਈ ਬਹਿਲੋ ਜੀ ਮਹਾਰਾਜ ਜੀ ਪਾਸ ਆਏ ਨੇ ਪੰਚਮ ਪਾਤਸ਼ਾਹ ਪਾਸ, ਹੱਥ ਜੋੜ ਕੇ ਇੱਕ ਸੇਵਕ ਖਲੋਤਾ, ਸਿੱਖ ਖਲੋਤਾ, ਮਹਾਰਾਜ ਨੂੰ ਆਖਣ ਡਿਆ, ਮਹਾਰਾਜ ਜੀ ਮੈਨੂੰ ਵੀ ਆਪਣੇ ਚਰਨਾਂ 'ਚ ਜਗ੍ਹਾ ਦੇਵੋ, ਮੈਨੂੰ ਵੀ ਆਪਣੇ ਸੇਵਕੀ ਵਿੱਚ ਸ਼ਾਮਿਲ ਕਰੋ, ਆਪਣੀ ਸਿੱਖੀ ਵਿੱਚ ਸ਼ਾਮਿਲ ਕਰੋ। ਮਹਾਰਾਜ ਜੀ ਆ ਗਿਆ ਚਾ, ਪਿਆਰ ਪੈ ਗਿਆ। ਇੱਕੋ ਵਾਰੀ ਪੈਣਾ ਹੁੰਦਾ, ਪਿਆਰ ਵੀ ਇੱਕੋ ਵਾਰੀ ਪੈਂਦਾ, ਜੇ ਦੂਜੀ ਵਾਰੀ ਨਹੀਂ ਜੇ ਪੈਂਦਾ, ਪਹਿਲੀ ਵਾਰੀ ਜੋ ਪੈ ਗਿਆ ਬਸ ਗੱਲ ਖਤਮ। ਇਹਦੇ ਉੱਤੇ ਵੀ ਕਹਾਵਤ ਅੰਗਰੇਜ਼ੀ ਦੀ, ਲਵ ਐਟ ਫਸਟ ਸਾਈਟ, ਪਹਿਲੀ ਵਾਰੀ ਵੇਖ ਕੇ ਪਿਆਰ ਹੋ ਜਾਂਦਾ, ਗੁਰੂਆਂ ਦੇ ਨਾਲ ਵੀ ਭਗਵਾਨ ਨਾਲ ਵੀ। ਦੁਬਾਰਾ ਦੁਬਾਰਾ ਕਰਨ ਦੀ ਲੋੜ ਨਹੀਂ ਪੈਂਦੀ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਇਹ ਪ੍ਰੇਮ ਦਾ ਮਾਰਗ ਬਣ ਜਾਂਦਾ। ਬਹਿਲੋ ਜੀ ਆਏ ਨੇ, ਪੰਚਮ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਨੇ, ਰੱਖ ਲਓ ਮੈਨੂੰ ਗਰੀਬ ਜਾਣ ਕੇ ਮਹਾਰਾਜ ਜੀ ਆਪਣੇ ਚਰਨਾਂ 'ਚ ਰੱਖ ਲਓ। ਮਹਾਰਾਜ ਕਹਿੰਦੇ ਨੀ ਕਾਹਲੀ ਪੈ ਗਈ ਤੈਨੂੰ, ਇਹ ਇੱਦਾਂ ਨਾ ਕਰ, ਇੰਨੀ ਛੇਤੀ ਇੰਨੀਆਂ ਕਾਹਲੀਆਂ ਨਾ ਕਰ, ਅਸੀਂ ਤਾਂ ਬੜੇ ਧੀਰਜ ਵਾਲੇ ਲੋਕ ਹਾਂ, ਟਿਕ ਕੇ ਬੈਠਣ ਵਾਲੇ, ਇੰਨੀਆਂ ਕਾਹਲੀਆਂ ਨਾ ਕਰ, ਇੰਨੀ ਛੇਤੀ ਗਾਂ ਜਾਣਾ ਚਾਹੁੰਦਾ, ਮਹਾਰਾਜ ਖੋਲ ਦਿਓ ਦਰਵਾਜ਼ੇ। ਉਹ ਕਹਿੰਦੇ ਇੰਨੀ ਛੇਤੀ ਦਰਵਾਜ਼ੇ ਖੁਲਵਾਉਣਾ ਚਾਹੁੰਦਾ, ਰੁਕ ਜਾ, ਠਹਿਰ ਜਾ, ਟਿਕ ਕੇ ਬਹਿ। ਇਹ ਜਿਹੜੇ ਕੰਮ ਕਰ ਰਹੇ, ਜਿਹੜੇ ਇੱਥੇ ਬੈਠੇ ਨੇ ਨਾ, ਜਿਹੜੇ ਸੇਵਕ, ਜਿੰਨੀ ਵੀ ਸਿੱਖੀ ਇਹ ਸਿੱਖ ਬੈਠੇ ਨੇ, ਇਹ ਸਿੱਖ ਸੰਗਤਾਂ ਨੂੰ ਸੱਤਰ ਸੱਤਰ, ਸੱਠ ਸੱਠ ਸਾਲ, ਅੱਸੀ ਅੱਸੀ, ਨੱਬੇ ਨੱਬੇ, ਬਾਬਾ ਜੀ ਬੁੱਢਾ ਜੀ ਵੱਲ ਇਸ਼ਾਰਾ ਕੀਤਾ, ਇਹ ਵੇਖ ਸਾਡਾ ਬਾਬਾ, ਇਹ 90 ਸਾਲ ਦਾ ਹੋਣ ਵਾਲਾ, ਗੁਰੂ ਨਾਨਕ ਦੀ ਸਿੱਖੀ ਕਮਾਉਣ ਡਿਆ। ਇੰਨੀਆਂ ਕਾਹਲੀਆਂ ਨਾ ਕਰ ਸਿੱਖਾ, ਸਿੱਧਾ ਮਹਾਰਾਜ ਨੇ ਕਹਿ ਦਿੱਤਾ। ਅੱਜ ਮਹਾਰਾਜ ਵੀ ਪਤਾ ਨਹੀਂ ਕਿਸ ਰੂਪ 'ਚ ਰੰਗ 'ਚ ਬੈਠੇ ਨੇ। ਹੁਣ ਬਹਿਲੋ ਨੂੰ ਸਮਝ ਪੈ ਗਈ ਕਿ ਨਹੀਂ, ਮੈਨੂੰ ਕੁਝ ਕਰਨਾ ਪੈਣਾ। ਉਹ ਸੇਵਕਾਂ ਨਾਲ ਰਲ ਕੇ ਉਹਨੇ ਬੜੀ ਸੇਵਾ ਕੀਤੀ, ਬੜੀ ਕੁਝ ਸੇਵਾ ਕੀਤੀ, ਮਹਾਰਾਜ ਜੀ ਨੂੰ ਸੇਵਾ ਪਾਈ। ਮਹਾਰਾਜ ਦੀ ਆਦਤ ਹੁੰਦੀ ਸੀ ਸੰਗਤਾਂ ਸਾਰੀਆਂ ਨੂੰ ਇਕੱਠੀਆਂ ਕਰ ਲੈਣਾ, ਅਤੇ ਮਹਾਰਾਜ ਨੇ ਵਾਰੀ ਵਾਰੀ ਪੁੱਛਣਾ, ਇਹ ਸੇਵਾ ਕਿੰਨੇ ਕੀਤੀ ਬਈ? ਸੰਗਤਾਂ ਨੇ ਕਹਿਣਾ, ਮਹਾਰਾਜ ਜੀ ਮੈਂ ਕੀਤੀ, ਅਸੀਂ ਕੀਤੀ, ਮੈਂ ਕੀਤੀ। ਠੀਕ, ਇੰਨੀ ਗੱਲ ਕਰਕੇ ਮਹਾਰਾਜ ਨੇ ਅੱਗੇ ਚੱਲ ਜਾਣਾ। ਠੀਕ, ਅੱਜ ਸਾਰੀ ਸੰਗਤ ਇਕੱਠੀ ਕੀਤੀ, ਬਹੁਤ ਸੋਹਣੀ ਸੇਵਾ ਉਹਨੇ ਨਿਭਾਈ, ਬਾਹਰ ਇਕੱਠੇ ਕਰ ਲਿਆ ਬੰਦੇ, ਮਹਾਰਾਜ ਨੇ ਇਕੱਠੇ ਕਰਕੇ ਕਹਿਣ ਲੱਗੇ ਨੇ ਭਾਈ ਇਹ ਸੇਵਾ ਕਿੰਨੇ ਕੀਤੀ? ਪਹਿਲੋ ਜੀ ਫਟਾਫਟ ਹੱਥ ਖੜੇ ਕਰਕੇ, ਮਹਾਰਾਜ ਜੀ ਮੈਂ ਕੀਤੀ, ਮੈਂ ਗਰੀਬ ਨੇ ਕੀਤੀ, ਮਹਾਰਾਜ ਮੈਂ ਤੁਹਾਡਾ ਸੇਵਕ ਕੀਤਾ। ਹੁਣ ਚਾਹ ਚੜ ਗਿਆ ਕਿ ਮਹਾਰਾਜ ਨੇ ਮੈਨੂੰ ਇਨਾਮ ਦੇਣਾ। ਮਹਾਰਾਜ ਕਹਿੰਦੇ ਠੀਕ ਹੈ, ਠੀਕ ਹੈ ਪੁੱਤਰ, ਕਰਿਆ ਕਰੋ, ਅੱਗੇ ਚਲੇ ਗਏ। ਪਿੱਛੇ ਪਿੱਛੇ ਭੱਜੇ ਆ, ਮਹਾਰਾਜ ਤੁਹਾਨੂੰ ਪਸੰਦ ਨਹੀਂ ਆਈ ਸੇਵਾ? ਬੜੀ ਪਸੰਦ ਆਈ, ਅੱਛੀ ਕੀਤੀ ਤੂੰ ਸੇਵਾ। ਫਿਰ ਮਹਾਰਾਜ ਤੁਸੀਂ ਮੈਨੂੰ ਸ਼ਾਬਾਸ਼ੀ ਨਹੀਂ ਦਿੱਤੀ, ਚੁੱਪ ਕਰਕੇ ਠੀਕ ਹੈ ਗੁਰੂ ਨਾਨਕ ਪਾਤਸ਼ਾਹ ਭਲਾ ਕਰੇਗਾ ਚੰਗੇ। ਮੈਂ ਤਾਂ ਸੋਚਿਆ ਮੈਨੂੰ ਬਹੁਤ ਵੱਡੀ ਸ਼ਾਬਾਸ਼ੀ ਮਿਲੇਗੀ ਤੁਹਾਡੇ ਕੋਲ। ਮਹਾਰਾਜ ਕਹਿੰਦੇ ਜਿਹੜੇ ਤੂੰ ਮੈਂ ਲਾ ਲਿਆ ਨਾ, ਮੈਂ ਕੀਤੀ, ਉਹ ਮਨ ਦੁੱਖ ਗਿਆ ਮੇਰਾ, ਉਹ ਠੀਕ ਨਹੀਂ ਹੈ। ਤੂੰ ਨਹੀਂ ਕੀਤੀ, ਤੇਰੇ ਕੋਲੋਂ ਗੁਰੂ ਨਾਨਕ ਨੇ ਕਰਾਈ ਹੈ ਪੁੱਤਰ, ਇੱਦਾਂ ਨਹੀਂ ਕਹੀਦਾ। ਹੁਣ ਉਹਨੂੰ ਸਮਝ ਪੈ ਗਈ ਸੀ ਕਿ ਮੈਨੂੰ ਮਾਰੇ ਮਨ ਮੇਰਾ ਮੈਂ ਮਾਰਨਾ ਚਾਹੁੰਦੇ। ਫਿਰ ਆਲੇ ਪੱਕ ਰਹੇ ਸਨ, ਕਿਉਂਕਿ ਬਹੁਤ ਤਰ੍ਹਾਂ ਤਰ੍ਹਾਂ ਦੀ ਸੇਵਾ ਹੋ ਰਹੀ ਸੀ, ਅਤੇ ਉੱਥੇ ਇੱਟਾਂ ਪੱਕਦੀਆਂ ਸੀ, ਉੱਥੇ ਹੀ ਮਾਰੇ ਨੇ ਆਲੇ ਪਕਾਉਣ ਵਾਸਤੇ ਲਗਾਏ। ਹੁਣ ਆਲੇ ਦੀ ਸੇਵਾ ਲੱਗ ਗਈ, ਆਲੇ ਪੱਕ ਰਹੇ ਨੇ। ਮਾਰੇ ਕਹਿੰਦੇ ਜਿਹੜਾ ਬੰਦਾ ਬਹੁਤ ਆਪਣੀ ਨੀਅਤ ਨਾਲ, ਬਹੁਤ ਪ੍ਰੇਮ ਨਾਲ, ਬਹੁਤ ਭਾਵਨਾ ਨਾਲ
आला पकावेगा ओदा आला रंग चढ़ेगा लाल रंग दा ते इट पक्केगी मजबूत ते अही पता लग जाएगा। सारे ने आले पकाए उत्थे इट्टां देखियां लाल रंग दियां एन सोहणियां इट्टां मजबूत इट्टां भाई बैलो जी दियां निकल आईयां। ते भाई बैलो जी हुण महाराज ने फिर पुछ लिया ये बई किहदा आला है ये किहदी सेवा है। हुण भाई बैलो जी चुप के खलोते हुण नहीं बोले किहदा बई हुण नहीं बोले। महाराज ने फिर आवाज मारी बई दसो कौन है। फिर एक सिख संगत उठ के कहा महाराज बैलो जी दा भाई बैलो जी दा। हस पे महाराज कहते तेरा बड़ी छेती समझ आ गई तेनों इधर शाबाश पुत्र किदा आ तेरा है बैलो। बैलो कह लगा सच्चे पातशाह तेरा आया तू करन दिया सब कुछ तेरा है मेरा कुछ भी नहीं। इतों सिख की शुरुआत होंगी है सेवा की शुरुआत होंगी। ये थोड़ी थोड़ी चीज़ा इंपोर्टेंट चीज़ा ने जिन्हें सानू लोगों नू अपने पल्ले पानियां ने कि जीवन में कोई इदा की भुल ना हो। जितों कहते बड़ा कीर्तन करता मैं बड़ा कीर्तन कर मैं एक शब्द जोड़ा ना मैं सारा कीर्तन का काम खराब कर देता एक मिनट च। मैं हुण मैं इत्थे बैठा आखा तरलोचन दास मैं इन्ना सोहना सत्संग करदा ना आपां आदत ही नहीं पाई। कोई आके मैनू कहे इंदर कमरे जाए तो अज बाबा जी तुसी बड़ा सोहना सत्संग ओह जे बंदे मैं कट्ठे भी नहीं करदा मैं जाओ यार मेरे रोज दे सत्संग ने रोज दी की उस्तत है मैनू वड्यान दे हो मोको कोई ना जानत मोको कोई ना जानत कहियत दास तुम्हारा कहियत दास तुम्हारा मोको कोई ना जानत मैनू किने जानना ए लभ लो किसे नू आई दा जिहड़ा शब्द है ना मैं शब्द जो पढ़दा तो बड़ा रोना बैराग आंदा। हफ्ते की गल है मैं कमरे च बैठा सी शब्द मेरे कमरे च गुरबाणी चलती रही हूँ तो मैं बेनती करती दरबार च भी कि सारे पासे गुरबाणी चलिया करे हम बेनती मनी उन्होंने मेरी हूँ सारे पासे गुरबाणी का कीर्तन सवेर तो शाम तक चलता रहिंदा। मैं कहा जिहड़ा इत्थे आ गल्लां ना मारे गप्पां ना मारे पर चुपचाप एक टक लगा के कन्ना दे विच घर ऐ सरवनो मेरे हो साचे सुन्ने नू पठाए सच सुनो बस। मैं बैठा सी बैठे बैठे ये शब्द चल पिया अज जिदा गुरमुखा ने हम रुलते फिरते कोई बात ना पूछता ये मुख वाक चौथी पातशाह हम रुलते फिरते कोई बात ना पूछता गुरु सतगुरु संग केरो हम थापे अही ते गुरु तेरे नाल थापे हुए हैं चरणा च बैठे हैं तू सानू उपर कर रहे हैं मेरे वर्गा पापी बंदा दुनिया च ये शब्द दा एडा चोट लगती मैनू मैं रो पैना उस वेल। अच्छा उतों आ गई मेरी वोटी अखा मेरिया भरिया पे एक होर जी आके बह गया कमरे च जरूरी काम कर मैं अखा चरा के थले रखिया सी टप टप अखा चो हंजू बह रहे ने रहा गया नहीं रोन का दिल करे महाराज की याद में तड़प रहा सी बाथरूम भज गया सीधा बाथरूम जाके
ਬਸ ਭੱਬਾ ਮਾਰ ਕੇ ਰੋਣ ਲੱਗ ਪਿਆ ਉੱਚੀ ਉੱਚੀ। ਉਹ ਸੱਚੀ ਮੁੱਚੀ ਮੈਂ ਤੁਹਾਨੂੰ ਦੱਸਾਂ, ਬੜਾ ਹੀ ਰੋਇਆ ਬੱਚਿਆਂ ਵਾਂਗਰ, ਜਿਹਦਾ ਰੋਂਦਾ ਨਾ ਬੱਚਾ, ਤਾਹਾਂ ਮਾਰ ਕੇ। ਮਹਾਰਾਜ ਜੀ, ਸਾਨੂੰ ਕਿਸੇ ਨੇ ਪੁੱਛਣਾ ਸੀ? ਤੁਸੀਂ ਵੀ ਸੋਚੋ, ਤੁਹਾਨੂੰ ਕਿਸੇ ਨੇ ਪੁੱਛਣਾ ਸੀ? ਸਾਡੀ ਔਕਾਤ ਹੈ ਕੋਈ ਸਾਨੂੰ ਪੁੱਛ ਲੇ? ਕਿਹਨੇ ਨਹੀਂ ਪੁੱਛਣਾ, ਨਾ ਮੇਰੇ ਬਾਪੂ ਨੂੰ, ਨਾ ਮੈਨੂੰ, ਨਾ ਮੇਰੇ ਘਰ ਵਾਲਿਆਂ ਨੂੰ, ਕਿਹਨੇ ਨੂੰ ਨਹੀਂ ਪੁੱਛਣਾ? ਇਹ ਸਾਰਿਆਂ ਨੂੰ ਮੈਂ ਗੱਲ ਕਰ ਰਿਹਾ। ਤੁਸੀਂ ਸਾਰੇ ਅਸੀਂ ਮਹਾਰਾਜ ਦੇ ਕਰਜਾਈ ਹਾਂ, ਗੁਰੂ ਦੇ ਕਰਜਾਈ, ਰੱਬ ਦੇ ਕਰਜਾਈ ਹਾਂ, ਜਿਹਨੇ ਸਾਨੂੰ ਪੁੱਛਣਾ, ਜਿਹਨੇ ਸਾਨੂੰ ਬਿਠਾਇਆ, ਚਰਨੀ ਲਾਇਆ। ਪੁੱਛਣਾ ਮੈਨੂੰ ਕਿਸੇ ਨੇ ਨਹੀਂ ਪੁੱਛਣਾ। ਗੁਰੂ ਰਾਮਦਾਸ ਜੀ ਮਹਾਰਾਜ ਜੀ 6 ਸਾਲ ਦੀ ਉਮਰ 'ਚ ਸਿਰ ਤੋਂ ਮਾਂ ਬਾਪ ਦਾ ਸਾਇਆ ਉੱਠ ਗਿਆ ਸੀ, ਨਿੱਕੇ ਜਿਹੇ ਨਿਆਣੇ ਸਨ, 4th ਪਾਤਸ਼ਾਹੀ। ਮਾਂ ਨੇ, ਪਿਓ ਨੇ, ਉਹ ਬਈ ਜ਼ਿੰਮੇਦਾਰੀ ਹੁੰਦੀ ਹੈ ਨਿਆਣਿਆਂ ਦੀ, ਮਾਂ ਬਾਪ ਛੋਟੇ ਬੱਚੇ ਹੁੰਦੇ ਨਾ, ਜ਼ਿੰਮੇਦਾਰੀ ਹੈ ਮਹਾਰਾਜ, ਤੁਹਾਡੀ ਮਾਂ ਬਾਪ ਦੀ ਜ਼ਿੰਮੇਦਾਰੀ ਹੁੰਦੀ ਹੈ। ਜਦੋਂ ਤੱਕ ਵੱਡਾ ਨਾ ਹੋ ਜਾਏ ਨਾ ਨਿਆਣਾ, ਮਾਂ ਅਤੇ ਪਿਓ ਬੜਾ ਧਿਆਨ ਰੱਖਦੇ ਨੇ, ਪੁੱਤਰ ਤੂੰ ਇੱਧਰ ਨਹੀਂ ਜਾਣਾ, ਇੱਧਰ ਨਹੀਂ ਜਾਣਾ, ਇੱਧਰ ਨਹੀਂ ਜਾਣਾ, ਇੱਧਰ ਨਹੀਂ ਜਾਣਾ, ਇੱਧਰ ਨਹੀਂ ਜਾਣਾ। ਪਾਤਸ਼ਾਹ ਕਿਉਂ ਕਹਿ ਰਹੇ ਨੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ? ਮਹਾਰਾਜ ਜੀ, ਮੇਰੇ ਨਿਆਣਿਆਂ ਨੇ, ਮੇਰੇ ਮਾਂ ਬਾਪ ਨੇ ਜ਼ਿੰਮੇਦਾਰੀ ਛੱਡ ਦਿੱਤੀ ਆਪਣੀ, ਪਰ ਤੂੰ ਮੇਰੀ ਜ਼ਿੰਮੇਦਾਰੀ ਨੂੰ ਚੁੱਕ ਲਈ ਆਪਣੇ ਸਿਰ 'ਤੇ। ਬੜੀ ਬਖੂਬੀ ਨਾਲ ਜ਼ਿੰਮੇਦਾਰੀ ਨਿਭਾਉਂਦਾ ਰੱਬ, ਤੁਸੀਂ ਰੱਬ ਨੂੰ ਕਦੇ ਜ਼ਿੰਮੇਦਾਰੀ ਦੇ ਕੇ ਦੇਖਣਾ। ਉਹੋ ਹੀ ਤਰੀਕੇ ਨਾਲ ਜਿੱਦਾਂ ਇੱਕ ਨਿੱਕੇ ਨਿੱਕੇ ਬੱਚਿਆਂ ਦਾ ਜਦੋਂ ਵੱਡੇ ਹੁੰਦੇ ਨੇ ਨਿਆਣੇ, ਛੋਟੇ ਤੋਂ ਵੱਡੇ, ਬੜੀ ਮਾਂ ਬਾਪ ਬੜਾ ਧਿਆਨ ਰੱਖਦੇ ਨੇ ਸਾਡੇ ਨਿਆਣੇ ਨੂੰ, ਚੋਟ ਨਾ ਆਵੇ, ਸਾਡਾ ਨਿਆਣਾ ਕਿਤੇ ਡਿੱਗ ਨਾ ਪਵੇ, ਸਾਡਾ ਨਿਆਣਾ ਕਿਤੇ ਸੱਟ ਨਾ ਖਾ ਲੇ, ਚੁੱਕ ਚੁੱਕ ਕੇ। ਔਰ ਛੋਟਾ ਜਿਹਾ ਨਿਆਣਾ ਹੱਥ 'ਚ, ਕੱਲ੍ਹ ਵੀ ਮੈਂ ਕਿਸੇ ਦੇ ਨਾਮਕਰਨ ਕਰ ਰਿਹਾ ਸੀ, ਅਤੇ ਨਾਮਕਰਨ ਕਰਦੇ ਉਹ ਬੜੇ ਧਿਆਨ ਨਾਲ, ਛੋਟਾ ਜਿਹਾ 20 ਦਿਨਾਂ ਦਾ ਪੁੱਤਰ, ਉਹ ਬੜਾ ਧਿਆਨ ਨਾਲ ਚੱਕਣਾ ਪੈਂਦਾ ਕਿਤੇ, ਬੜੇ ਧਿਆਨ ਦੇ ਨਾਲ ਮਾਂ ਨੇ ਛਾਤੀ ਨਾਲ ਲਾਇਆ ਹੁੰਦਾ ਉਹਨੂੰ, ਫਿਰ ਚੱਕ ਕੇ ਬੜੇ ਪਿਆਰ ਨਾਲ, ਬੜੇ ਸੰਭਾਲ ਕੇ ਚੱਕ ਕੇ ਮੈਂ ਨਾਮਕਰਨ ਕਰ ਰਿਹਾ ਸੀ। ਮੈਂ ਬੈਠਾ ਸੋਚੀ ਜਾਂਦਾ ਸੀ, ਮੈਂ ਮਹਾਰਾਜ ਹੀ ਇਹਨਾਂ ਦਾ ਇੰਨਾ ਧਿਆਨ ਰੱਖਦੇ ਹਾਂ, ਕਿਉਂਕਿ ਇਹਨਾਂ ਨੇ ਸਾਡੇ 'ਤੇ ਸਭ ਕੁਛ ਛੱਡ ਦਿੱਤਾ, ਨਿੱਕੇ ਨਿਆਣੇ ਨੇ ਸਭ ਛੱਡਤਾ ਸਾਨੂੰ, ਕਿ ਤੁਸੀਂ ਧਿਆਨ ਰੱਖੋ ਸਾਡਾ, ਨਹੀਂ ਰੱਖਣਾ ਤਾਂ ਵੀ ਠੀਕ ਹੈ, ਰੱਖੋ ਤਾਂ ਵੀ ਠੀਕ ਹੈ। ਇਹ ਦੇਖੋ ਚੁੱਪ ਕਰਕੇ ਬੋਲਦੇ ਵੀ ਨਹੀਂ, ਚੁੱਪ ਕਰਕੇ ਗੂੰਗੇ ਅਵਸਥਾ 'ਚ ਬੈਠ ਕੇ, ਅਤੇ ਅਸੀਂ ਧਿਆਨ ਵੀ ਸੋਹਣਾ ਰੱਖ ਰਹੇ ਹਾਂ। ਇਹ ਸੱਚੇ ਪਾਤਸ਼ਾਹ, ਜੇ ਮੈਂ ਇੱਦਾਂ ਦਾ ਬਣ ਜਾਂ ਤਾਂ ਤੂੰ ਤਾਂ ਧਿਆਨ ਰੱਖੇਂਗਾ ਰੱਖੇਗਾ, ਫੁਰਨਾ ਪੈ ਗਿਆ ਅੰਦਰ ਦਿਮਾਗ 'ਚ। ਹੈਂ, ਤੂੰ ਤਾਂ ਮੇਰਾ ਸੋਹਣਾ ਧਿਆਨ ਰੱਖੇਂਗਾ, ਰੱਖ ਵੀ ਰਿਹਾ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਇਹ ਤਾਂ ਰੁਲਦੇ ਫਿਰਦੇ ਰਹਿਣਾ ਸੀ, ਇਹਨੇ ਵਾਟ ਪੁੱਛਣੀ ਸੀ। ਗੁਰੂ ਸਤਿਗੁਰੂ ਸੰਗ, ਗੁਰੂ ਸਤਿਗੁਰੂ ਸੰਗ ਕਿਰੇ ਹਮ ਥਾਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਕਿਸੇ ਨੇ ਨਹੀਂ ਮੇਰੀ ਵਾਟ ਪੁੱਛਣੀ ਸੀ। ਮਹਾਰਾਜ ਜੀ, ਤੁਸੀਂ ਇਹ ਜਿਉਂ ਜਿਉਂ ਅੱਗੇ ਪੜ੍ਹੋਗੇ ਨਾ, ਰੋਣਾ ਆਵੇਗਾ ਤੁਹਾਨੂੰ, ਇੱਕ ਇੱਕ ਤੁੱਕ ਦਾ, ਇੱਕ ਇੱਕ ਪੰਕਤੀ। ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਬੈਰਾਗ 'ਚ, ਆਪਣੇ ਅੰਦਰੋਂ ਇੱਕ ਇੱਕ ਚੀਜ਼ ਪ੍ਰਗਟ ਕੀਤੀ ਹੈ, ਰੱਬ ਨੇ ਮੈਨੂੰ ਕਿੱਦਾਂ ਸੰਭਾਲਿਆ। ਤੁਸੀਂ ਛੱਡ ਕੇ ਤੇ ਵੇਖੋ ਪਰਮਾਤਮਾ ਦੇ ਉੱਤੇ ਸਭ ਕੁਝ।
ਕਿਉਂ ਐਵੇਂ ਚਿੰਤਾਵਾਂ ਕਰਦੇ ਹੋ, ਹਾਏ ਮਰ ਗਿਆ, ਹਾਏ ਮਰ ਗਿਆ, ਨਾ ਕਰਿਆ ਕਰੋ। ਗੁਰਮੁਖੋ, ਇੱਕ ਮੈਂ ਤੁਹਾਨੂੰ ਬੜੀ ਮਜ਼ਬੂਤੀ ਵਾਲੀ ਗੱਲ ਦੱਸ ਦਿੰਦਾ, ਇਹ ਫਾਰਮੂਲਾ ਹੈ। ਜਿੰਨਾ ਤੁਸੀਂ ਪਰਮਾਤਮਾ ਦੇ ਉੱਤੇ ਸਭ ਕੁਝ ਛੱਡ ਦੇਵੋਗੇ, ਮਹਾਰਾਜ ਤੁਸੀਂ ਗਰੀਬੀ ਵੇਖੋ ਸਾਡੀ, ਮਹਾਰਾਜ ਪੈਸਾ ਜਿਹੜਾ ਆਉਂਦਾ ਤੁਸੀਂ ਵੇਖਣਾ, ਗਾਹਕ ਵੀ ਤੁਸੀਂ ਵੇਖਣਾ, ਸਾਨੂੰ ਨਹੀਂ ਕੋਈ ਚਿੰਤਾ। ਅਸੀਂ ਤਾਂ ਮਹਾਰਾਜ ਤੁਹਾਡਾ ਨਾਮ ਜਪਣਾ, ਅੰਮ੍ਰਿਤ ਵੇਲੇ ਉੱਠਣਾ, ਸਤਸੰਗ ਹੋਏ ਸਤਸੰਗ ਸੁਣਨਾ, ਕੀਰਤਨ ਗਾਣਾ, ਕੀਰਤਨ ਸੁਣਨਾ, ਸੰਗਤ ਵਿੱਚ ਬੈਠਣਾ, ਸੰਗਤ ਕਰਨੀ ਹੈ। ਇਸ ਤੋਂ ਇਲਾਵਾ ਸਾਨੂੰ ਨਹੀਂ ਜੇ ਪਤਾ, ਸਭ ਕੁਝ ਤੁਸੀਂ ਆਪ ਹੀ ਜਾਣੋ, ਆਪ ਹੀ ਦੇਖੋ, ਆਪ ਹੀ ਸੰਭਾਲੋ, ਬਸ ਇਹ ਫਾਰਮੂਲਾ ਆ। ਇਹ ਥੋੜ੍ਹੇ ਥੋੜ੍ਹੇ ਗੁਰਮੁਖ ਲੋਕ ਜਿਹੜੇ ਬੈਠੇ ਨੇ, ਥੋੜ੍ਹਾ ਜਿਹਾ ਕਰਕੇ ਵੇਖੋ ਕਿ ਮੈਂ ਠੀਕ ਕਹਿ ਰਿਹਾ ਕਿ ਮੈਂ ਗਲਤ ਕਹਿ ਰਿਹਾ। ਗੱਲ ਕਰ ਲਾਂਗੇ ਆਪਾਂ ਮਹੀਨੇ ਦੇ ਅੰਦਰ ਅੰਦਰ ਹੀ, ਮੈਂ ਤਾਂ ਤੁਹਾਡੇ ਕੋਲ ਹੀ ਹਾਂ, ਤੁਹਾਨੂੰ ਪਤਾ ਲੱਗ ਜਾਏਗਾ ਕਿ ਮੈਂ ਝੂਠ ਬੋਲਦਾ ਕਿ ਮੈਂ ਸੱਚ ਬੋਲਦਾ। ਛੱਡ ਕੇ ਤਾਂ ਵੇਖੋ, ਇਸ ਮਾਮਲੇ 'ਚ ਮੇਰੇ ਤੋਂ ਜ਼ਿਆਦਾ ਅੱਛੀ ਜਿਹੜੀ ਮੈਨੂੰ ਰੱਬ ਨੇ ਬਖਸ਼ਿਸ਼ ਕੀਤੀ ਹੈ, ਰੱਬ ਨੇ ਆਪਣੇ ਘਰੋਂ ਇੱਕ ਰੂਹ ਦਿੱਤੀ ਹੈ, ਵੋਟੀ ਮੇਰੀ, ਉਹ ਮੇਰੇ ਤੋਂ ਵੀ ਜ਼ਿਆਦਾ ਇਸ ਮਾਮਲੇ 'ਚ ਤਗੜੀ ਹੈ। ਮੈਂ ਪਿੱਠ ਸੁਣਦੀ ਉਹਦੀ ਪ੍ਰਸ਼ੰਸਾ ਕਰਦਾ। ਮੈਨੂੰ ਫਿਕਰ ਆਵੇ ਨਾ ਕਿਸੇ ਦੀ, ਕੋਈ ਚਿੰਤਾ ਲੱਗ ਜੇ, ਉਹ ਮੈਨੂੰ ਕੋਲ ਬਹਿ ਕੇ ਇੱਕੋ ਗੱਲ ਕਰਦੀ ਹੁੰਦੀ ਹੈ, ਇਹ ਤੁਹਾਡਾ ਆਪਣਾ ਕੰਮ ਹੈ, ਨਹੀਂ ਅਸੀਂ ਕਿਹਦੇ ਵਾਸਤੇ ਬੈਠੇ ਹਾਂ। ਮੈਂ ਕਿਹਾ ਮਹਾਰਾਜ ਵਾਸਤੇ, ਰੱਬ ਵਾਸਤੇ, ਇਹ ਜੋ ਕੁਝ ਵੀ ਇਹ ਕਿਹਦਾ ਆ, ਮਹਾਰਾਜ ਦਾ ਆ। ਉਹਨਾਂ ਨੂੰ ਜ਼ਿਆਦਾ ਚਿੰਤਾ ਕਿ ਸਾਨੂੰ ਜ਼ਿਆਦਾ ਚਿੰਤਾ, ਆਪ ਹੀ ਕਰ ਲੈਣਗੇ ਜੋ ਕਰਨਾ। ਇੱਕ ਮਿੰਟ ਲੱਗਦਾ ਮੈਨੂੰ ਸਮਝਾ ਕੇ ਪਰੇ ਮਾਰਦੀ, ਕਦੀ ਨਹੀਂ ਉਹਨੇ ਫਿਕਰ ਕੀਤੀ। ਕਈ ਰੂਹਾਂ ਹੁੰਦੀਆਂ ਨੇ ਰੱਬ ਦੇ ਘਰੋਂ ਨਿਆਮਤ ਲੈ ਕੇ ਆਉਂਦੀਆਂ ਨੇ, ਚਿੰਤਾ ਤੋਂ ਪਰੇ ਰਹਿਣ ਵਾਲੀਆਂ। ਅਸੀਂ ਨਹੀਂ ਕਰਨੀ ਚਿੰਤਾ, ਚਿੰਤਾ ਹੁੰਦੀ ਕੀ, ਉਹਨਾਂ ਨੂੰ ਪਤਾ ਵੀ ਨਹੀਂ ਚਿੰਤਾ ਹੁੰਦੀ ਕੀ, ਹੋਏਗਾ ਜੋ ਹੋਏਗਾ ਆਪ ਹੀ ਹੋ ਜਾਏਗਾ, ਕੋਈ ਗੱਲ। ਜੇ ਖਰਾਬ ਹੋ ਵੀ ਰਿਹਾ ਤੇ ਖਰਾਬ ਨਾ ਮੰਨੋ, ਉਹਨੂੰ ਮੰਨੋ ਮਹਾਰਾਜ ਤੇਰਾ ਭਾਣਾ, ਹਾਂ ਤੇਰਾ ਭਾਣਾ, ਇਹ ਕਹਿਣਾ ਨਹੀਂ ਹੈ, ਇਹ ਕਹਿਣ ਵਾਲੀ ਤੁੱਕ ਨਹੀਂ ਹੈ, ਕਹਿਣ ਵਾਲੇ ਸ਼ਬਦ ਨਹੀਂ ਹੈ, ਕਹਿਣੀ ਵਾਲੀ ਬਾਣੀ ਨਹੀਂ ਹੈ, ਇਹ ਕਰਨ ਵਾਲੀ ਬਾਣੀ ਹੈ, ਇਹ ਕਿਰਤ ਵਿੱਚ ਪੈਦਾ ਕਰਨ ਵਾਲੀ। ਤੇਰਾ ਭਾਣਾ ਭਾਣੇ ਜੇਵਡ ਹੋਰ ਦਾਤ ਨਾਹੀਂ, ਭਾਣੇ ਵਰਗੀ ਕੋਈ ਦਾਤ ਨਹੀਂ ਹੈ, ਭਾਣੇ ਜੇਵਡ ਹੋਰ ਦਾਤ ਨਾਹੀਂ। ਸੱਚ ਆਪ ਸੁਣਾਇਆ, ਇਹ ਰੱਬ ਦਾ ਸੁਨਾਹ ਹੈ, ਉਹਨੇ ਸੱਚ ਸੁਣਾਤਾ, ਭਾਣਾ ਸਭ ਨਾਲ ਵੱਡਾ। ਆਪਾਂ ਕੀ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਮਹਾਰੇ ਸਾਨੂੰ ਇੱਦਾਂ ਦਾ ਭਾਣਾ ਦੇ, ਤੇਰੇ ਭਾਣੇ। ਅਸੀਂ ਸਾਰਿਆਂ ਦਾ ਸੋਚੀਏ, ਆਪਣੇ ਇਕੱਲੇ ਦਾ ਨਾ ਸੋਚੀਏ, ਤੇਰੇ ਭਾਣੇ, ਤੇਰਾ ਭਾਣਾ ਇੱਦਾਂ ਦਾ ਵਰਤੇ ਸਿੱਖਾਂ 'ਤੇ, ਸੇਵਕਾਂ 'ਤੇ, ਕਿ ਸਾਰਿਆਂ ਦਾ ਸੋਚੀਏ, ਇਕੱਲਾ ਮੈਂ ਆਪਣਾ ਰੋਣਾ ਨਾ ਰੋਵਾਂ, ਸਾਰਿਆਂ ਦਾ ਰੋਣਾ ਰੋਵਾਂ। ਮਹਾਰੇ ਤੂੰ ਸਾਰਿਆਂ ਨੂੰ ਦੇ, ਦੇ ਰੋਟੀ ਸਾਰਿਆਂ ਨੂੰ, ਕਿਰਪਾ ਕਰੋ। ਇੱਦਾਂ ਦਾ ਸੇਵਕ ਚਾਹੀਦਾ, ਇੱਦਾਂ ਦਾ ਦਾਸ ਚਾਹੀਦਾ, ਮੇਰੇ ਅੱਖ ਦੇ ਅੱਗੇ ਇੱਦਾਂ ਦਾ ਸੇਵਕ ਮੈਂ ਲੱਭਦਾ ਫਿਰਦਾ, ਨਹੀਂ ਮਿਲਿਆ। ਹੈਗੇ ਨੇ, ਮੈਂ ਨਾਮ ਨਹੀਂ ਦੱਸਣੇ, ਪਰ ਇੱਦਾਂ ਨਹੀਂ ਮਿਲਦੇ। ਕਮਾਈਆਂ ਵਾਲੇ ਬੰਦੇ ਬੈਠੇ ਨੇ, ਮਜ਼ਾ ਆਉਂਦਾ ਦੇਖ ਕੇ ਉਹਨਾਂ ਨੂੰ, ਰੂਹਾਂ ਬੈਠੀਆਂ ਨੇ ਇੱਥੇ, ਬੜੇ ਬੜੇ ਬੰਦੇ ਬੈਠੇ ਨੇ ਕਮਾਈਆਂ ਵਾਲੇ, ਵਧਨ ਫੁੱਲਨ ਤੁਹਾਡੀਆਂ ਕਮਾਈਆਂ। ਮੈਂ ਮਹਾਰਾਜ ਕੋਲੋਂ ਅਰਦਾਸ ਕਰਦਾ ਤੁਹਾਡੇ ਵਾਸਤੇ, ਵਧਨ ਫੁੱਲਨ ਤੁਹਾਡੀਆਂ ਕਮਾਈਆਂ। ਤੁਸੀਂ ਕਿਤੇ ਉੱਥੇ ਦਰਵਾਜ਼ੇ ਖੋਲ੍ਹ ਬੈਠੋ, ਉਹ ਦਰਵਾਜ਼ੇ ਕਿਤੇ ਖੋਲ੍ਹ ਬੈਠੋ, ਗੱਲ ਬਣ ਜੇ। ਚਲੋ, ਇਹਨਾਂ ਸ਼ਬਦਾਂ ਨਾਲ ਹੀ ਅਸੀਂ ਅੱਗੇ ਵੱਧਦੇ ਹਾਂ। ਨਿਮਾਣਾਪਣ, ਗੁਰੂ ਰਾਮਦਾਸ ਜੀ ਮਹਾਰਾਜ ਦਾ ਨਿਰਮਾਨ ਅਵਸਥਾ, ਝੁਕਣ ਦੀ ਅਵਸਥਾ। ਇੱਕ ਮੈਂ ਤੁਹਾਨੂੰ ਸਾਖੀ ਸੁਣਾਉਂਦਾ, ਸ਼੍ਰੀ ਚੰਦ ਮਹਾਰਾਜ ਜੀ ਗੁਰੂ ਰਾਮਦਾਸ ਜੀ ਨੂੰ ਮਿਲਣ ਵਾਸਤੇ ਆਏ ਨੇ,
कि चलो गुरु नानक दे लाल गुरु नानक दे साहबजादे बाबा श्री चंद जी अज खुद चल के पालकी ते सवार होके गुरु रामदास दरबार आए ने मिलन वास्ते वेखन वास्ते की चल रहा कोलो नंघ रहे सी चलो चलो पालकी ते पता लगा लाल आए ने गुरु नानक दे आप ही खड़े हो गए अगे जाके स्वागत करने वास्ते हाथ जोड़ के इदा पालकी लागे आई बाबा श्री चंद जी ने देखिया आप अगे आके मेरी मेरी स्वागत विच आप आए ने खुशी का टिकाणा नहीं रहा उतर के एको प्रश्न पूछ लिया उतर दे इन्ना सुंदर स्वरूप एडा वड्डा दाड़ा दाड़ा बड़ा वड्डा सी गुरु रामदास जी महाराज का एडा वड्डा दाड़ा एडा वड्डे दाड़े दा ये क्यों भाई क्यों रखी है आ हा हा सचे पाछा कितने मैं सानू भी कितने अकल मत सानू भी होवे ना इदा दी गल बन जाए रोज अरदासा च मंगी दा मत पत का रख आप पर मत पत कदी आई नहीं साडे पल्ले पई नहीं सानू गल्लां ही रह गईयां साडे वास्ते बस पता ही नहीं फूफा आई हैं बस अहीं ते ढंग दे नाल किसे नूं सति श्री अकाल दे ढंग नाल किसे नूं वाहिगुरु जी का खालसा फतेह नहीं करदे ढंग नाल कदी नानक नाम नहीं करदे इक दूजे नूं मैं तेरे अगे झुक जा भाई तू बंदे अगे थोड़ी झुकना जिहड़ा अंदर बैठा बंदे दे उहदे अगे झुकना अकाल पुरख बैठा हर एक दे अगे उहदे कारण झुकना किथे नहीं बैठा अकाल पुरख बंदे अगे कोई नहीं झुकदा जिहड़ा बंदे दे विच बैठा वह वेख तेरियां अखां च वह नूर नहीं तेरा कोई कसूर नहीं सच आखां ते रहिंदा कख नहीं शाह तेथों इत्थे बैठा रब और लोकां नूं नज़र आउंदा जे जिन्हां नूं नज़र आउंदा जे ਉਹ ਤੇ ਪੰਛੀਆਂ ਨਾਲ ਵੀ ਗੱਲਾਂ ਕਰਦੇ ਨੇ ਭਾਈ ਪਾਰੋ ਜੀ ਸਿੱਖੀ ਦੇ ਵਿੱਚ ਇੱਕ ਉਦਾਹਰਣ ਨੇ ਪੰਛੀਆਂ ਨਾਲ ਗੱਲਾਂ ਕਰਦੇ ਸਨ ਪੰਛੀ ਸ਼ਬਦ ਗਾਉਂਦੇ ਸੀ ਪੰਛੀ ਮਗਰ ਮਗਰ ਚੱਲਦੇ ਸੀ ਹਵਾ 'ਚ ਉੱਡਦੇ ਜਾਂਦੇ ਸੀ ਘੋੜੇ 'ਤੇ ਸਵਾਰ ਹੋ ਕੇ ਜਦੋਂ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਇਹ ਪੱਕੀ ਗੱਲ ਹੈ ਤੁਸੀਂ ਕਹੋਗੇ ਯਾਰ ਅਜੀਬ ਗੱਲਾਂ ਨੇ ਇਹ ਵਾਕਈ ਅਜੀਬ ਗੱਲਾਂ ਅਦਭੁਤ ਵਿਸਮੇ ਕਰਨ ਵਾਲੀਆਂ ਬੰਦਾ ਬਿਸਮ ਹੋ ਜੇ ਹੈ ਹੈਰਾਨ ਹੋ ਜੇ ਹੈ ਹੋ ਸਕਦਾ ਹਾਂਜੀ ਹੋ ਸਕਦਾ ਗੁਰਮੁਖ ਇੱਦਾਂ ਦੇ ਸਨ ਤੁਸੀਂ ਚਲੋ ਜਿੰਦੇ ਦੀ ਗੱਲ ਕਰਦੇ ਹੋ ਪੰਛੀ ਪੰਛੀਆਂ ਦੀ ਗੱਲਾਂ ਕਰਦੇ ਬਹੁਤ ਛੋਟੀਆਂ ਗੱਲਾਂ ਨੇ ਉਹ ਵੱਡੀਆਂ ਵੱਡੀਆਂ ਸ਼ਕਤੀਆਂ ਜਦੋਂ ਤੁਹਾਡੇ ਜਾਗ ਜਾਣੀਆਂ ਨੇ ਤੁਸੀਂ ਮੁਰਦਿਆਂ ਨਾਲ ਵੀ ਗੱਲਾਂ ਕਰਨੀਆਂ ਨੇ ਮੁਰਦਾ ਪਿਆ ਹੋਣਾ ਤੁਸੀਂ ਉਹਨੂੰ ਪੁੱਛਣਾ ਕਿਉਂ ਇੱਥੇ ਕਰਨ ਡਿਆ ਕਿਤੇ ਜਿੰਦੇ ਜੀ ਕਿਤੇ ਕਰ ਲੈਂਦਾ ਕੋਈ ਕਮਾਈ ਤੇ ਅੱਜ ਨਾ ਪਿਆ ਹੁੰਦਾ ਇੱਥੇ ਅਵਗਤ ਨਾ ਹੁੰਦਾ ਉਹ ਰੂਹਾਂ ਨਾਲ ਵੀ ਗੱਲਾਂ ਕਰ ਲੈਂਦੇ ਨੇ ਜਿਹੜੀਆਂ ਰੂਹਾਂ ਭਟਕ ਰਹੀਆਂ ਨੇ ਮੁਰਦਿਆਂ ਨਾਲ ਵੀ ਗੱਲਾਂ ਕਰ ਲੈਂਦੇ ਹੈਗੇ ਨੇ ਕਮਾਈਆਂ ਵਾਲੇ ਬੰਦੇ ਮਹਾਰਾਜ ਨੂੰ ਜਦੋਂ ਪੁੱਛਿਆ ਬਾਬਾ ਸ਼੍ਰੀ ਚੰਦ ਜੀ ਨੇ ਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਇੰਨੇ ਨਿਮਾਣੇ ਹੋ ਕੇ ਇਹ ਤਾਂ ਐਡਾ ਵੱਡਾ ਦਾੜਾ ਕਿਉਂ ਮਹਾਰਾਜ ਨੇ ਦਾੜਾ ਫੜ ਕੇ ਅਤੇ ਗੁਰੂ ਦੇ ਲਾਲ ਸਾਹਿਬਜ਼ਾਦੇ ਸ਼੍ਰੀ ਚੰਦ ਬਾਬਾ ਜੀ ਦੇ ਚਰਨਾਂ ਨੂੰ ਦਾੜਾ ਇੱਦਾਂ ਦਾੜਾ ਚਰਨਾਂ ਨੂੰ ਲਾ ਕੇ ਪਤਾ ਕੀ ਆਖਿਆ ਗੁਰੂ ਨਾਨਕ ਦੇ ਲਾਲ ਦੇ ਚਰਨਾਂ ਦੀ ਸੇਵਾ ਵਾਸਤੇ ਰੱਖਿਆ ਹੋਇਆ ਤੁਹਾਡੇ ਚਰਨਾਂ ਦੀ ਸੇਵਾ ਵਾਸਤੇ
ਮਿਲਣਾ ਇੱਦਾਂ ਦਾ ਗੁਰੂ, ਐਵੇਂ ਥੋੜ੍ਹੀ ਅੰਮ੍ਰਿਤਸਰ। ਅੱਜ ਧੰਨ ਧੰਨ ਹੋ ਰਿਹਾ ਅੰਮ੍ਰਿਤਸਰ ਨੂੰ ਮਹਾਰਾਜ ਨੇ ਇੱਡੀ ਕਿਰਪਾ ਕਰਤੀ। ਅੰਮ੍ਰਿਤਸਰ ਦਰਬਾਰ ਸਾਹਿਬ, ਸਰੋਵਰ ਸਾਹਿਬ ਵੱਡੀ ਤਾਕਤ, ਬੜੀ ਵੱਡੀ ਤਾਕਤ। ਇੱਕ ਦਿਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਤੀਜੀ ਪਾਤਸ਼ਾਹੀ ਨੇ ਜਦੋਂ ਕਹਿੰਦੇ ਨਾ ਪਰਖ ਹੁੰਦੀ ਹੈ, ਪਰਖ ਤੇ ਲੈਂਦੇ ਹੀ ਨੇ ਗੁਰੂ ਮਹਾਰਾਜ, ਹੁਣ ਪਰਖ ਲਈ ਹੈ। ਰਾਮਾ ਜੀ ਸਨ ਤੇ ਆਪ ਜੀ ਦਾ ਨਾਮ ਜੇਠਾ ਜੀ ਸੀ। ਹਲੇ ਗੁਰੂ ਰਾਮਦਾਸ ਜੀ ਨਹੀਂ ਸੀ, ਜੇਠਾ ਜੀ ਸੀ। ਰਾਮਾ ਜੀ ਵੱਡੇ ਜਮਾਈ ਨੇ ਔਰ ਜੇਠਾ ਜੀ। ਬੁਲਾਇਆ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੋਨਾਂ ਨੂੰ, ਪਤਾ ਸੀ ਕਿ ਇਹ ਬਹੁਤ ਸਿਆਣੇ ਸੁਲਝੇ ਹੋਏ ਨੇ ਦੋਨੋਂ, ਬੜੀ ਦੋਨੋਂ ਬੜੇ ਅਕਲ ਵਾਲੇ ਨੇ, ਤੇ ਬੋਲਿਆ ਕਿ ਇੱਦਾਂ ਕਰੋ, ਮੇਰੇ ਵਾਸਤੇ ਥੜਾ ਬਣਾਓ। ਦੱਸ ਦਿੱਤਾ ਇੱਦਾਂ ਥੜਾ ਬਣਾਉਣਾ, ਇੱਦਾਂ ਕਰਨਾ, ਇਹ ਥੜਾ ਬਣਾਓ ਮੇਰੇ ਵਾਸਤੇ, ਬਣਾਓ ਬਈ, ਤੁਸੀਂ ਆਪਣਾ ਬਣਾਓ ਤੇ ਇਹ ਆਪਣਾ ਬਣਾਵੇ, ਮੈਨੂੰ ਦੋ ਥੜੇ ਚਾਹੀਦੇ ਨੇ। ਹੁਣ ਥੜੇ ਬਣਾਉਣੇ ਨੇ, ਲੱਗ ਗਏ ਜੀ ਬਣਾਉਣ ਨੂੰ, ਚਾਹੀਦੇ ਵੀ ਮੈਨੂੰ ਜਲਦੀ ਨੇ। ਮਹਾਰਾਜ ਜੀ ਦੋ ਕੁ ਦਿਨ ਬਾਅਦ ਆਏ, ਦੇਖਿਆ, ਕਹਿੰਦੇ ਕਿ ਨਹੀਂ। ਰਾਮਾ ਜੀ ਨੂੰ ਵੀ ਕਹਿੰਦੇ ਨੇ ਤੇ ਜੇਠਾ ਜੀ ਨੂੰ ਵੀ, ਨਹੀਂ ਭਾਈ ਮਜ਼ਾ ਨਹੀਂ ਆਇਆ, ਇਹਨੂੰ ਢਾਓ, ਦੁਬਾਰਾ ਬਣਾਓ, ਜੋ ਮੈਂ ਤੁਹਾਨੂੰ ਕਹਿੰਦਾ ਪਿਆ ਉੱਦਾਂ ਬਣਾਓ, ਇਹ ਇੱਦਾਂ ਬਣਾਉਣਾ, ਇਹ ਨਹੀਂ ਮਜ਼ਾ ਨਹੀਂ ਆਇਆ, ਤੋੜ ਕੇ ਦੁਬਾਰਾ ਬਣਾਓ। ਫਿਰ ਲੱਗ ਗਏ, ਫਿਰ ਤਿਆਰ ਕੀਤਾ, ਫਿਰ ਨਹੀਂ, ਮਹਾਰਾਜ ਨੇ ਮਨਾ ਕਰਤਾ, ਨਾ ਭਾਈ ਮਜ਼ਾ ਨਹੀਂ ਆ ਰਿਹਾ, ਜੋ ਮੈਂ ਚਾਹੁੰਦਾ ਉਹ ਚੀਜ਼ ਨਹੀਂ ਬਣ ਰਹੀ। ਫਿਰ ਆ ਗਏ, ਬਣਾਓ। ਰਾਮਾ ਜੀ ਨੇ ਇਤਰਾਜ਼ ਕਰ ਦਿੱਤਾ, ਵੱਡੇ ਜਮਾਈ ਸੀ, ਇਤਰਾਜ਼ ਕਰਤਾ, ਕਹਿਤਾ ਕਿ ਥੋੜ੍ਹਾ ਅੰਦਰੋਂ ਨਾ ਜਮਾਈ ਹੈ, ਹੁਣ ਜਮਾਈ ਤਾਂ ਜਮਾਈ ਹੁੰਦਾ ਤੁਹਾਨੂੰ ਪਤਾ, ਆਪਣੀ ਅਣਖ ਹੁੰਦੀ ਥੋੜ੍ਹੀ ਜਿਹੀ, ਉਹਨੂੰ ਮੈਂ ਹੈਗਾ ਕੁਝ, ਉਹ ਇਤਰਾਜ਼ ਕਰ ਬੈਠਾ। ਕਹਿ ਲੱਗਾ ਤੁਹਾਡੀ ਨਾ ਉਮਰ ਵਡੇਰੀ ਹੈ, ਅਤੇ ਜੋ ਚੀਜ਼ ਤੁਸੀਂ ਸਾਨੂੰ ਕਹਿ ਰਹੇ ਹੋ ਅਸੀਂ ਉਹ ਹੀ ਬਣਾ ਰਹੇ ਹਾਂ, ਪਰ ਤੁਹਾਨੂੰ ਤੁਸੀਂ ਸੋਚਦੇ ਹੋ ਇੱਦਾਂ ਨਹੀਂ ਉੱਦਾਂ, ਪਰ ਜੋ ਬਣੇਗਾ ਉਹ ਇੱਦਾਂ ਹੀ ਬਣੇਗਾ, ਇਹ ਤੋਂ ਉੱਪਰ ਨਹੀਂ ਕੋਈ ਬਣ ਸਕਦਾ। ਇਨਕਾਰ ਕਰਤਾ, ਇਹ ਉੱਪਰ ਥੜਾ ਨਹੀਂ ਬਣ ਸਕਦਾ। ਇੱਕ ਜਵਾਈ ਨੇ, ਰਾਮਾ ਜੀ ਨੇ ਹੱਥ ਖੜੇ ਕਰਤੇ, ਕਿੰਨੀ ਵਾਰ, ਇਹ ਹੁਣ ਤੀਜੀ ਕੁ ਵਾਰੀ ਹੱਥ ਖੜੇ ਕਰਤੇ ਨੇ। ਜੇਠਾ ਜੀ ਕਹਿਣ ਲੱਗੇ ਨੇ, ਸੱਚੇ ਪਾਤਸ਼ਾਹ ਮੈਨੂੰ ਮੌਕਾ ਦਵੋ, ਆਪ ਜੀ ਕਿਰਪਾ ਕਰੋ, ਮੈਂ ਬਣਾਉਣਾ। ਬਣਾਈ ਕੇ ਤੋੜਤਾ, ਬਣਾਇਆ, ਸੱਤ ਵਾਰ ਹੋ ਗਿਆ, ਸੱਤ ਵਾਰੀ ਆ ਕੇ ਫਿੱਟ ਆਇਆ, ਸੱਤਵੀਂ ਵਾਰੀ ਫਿੱਟ ਆਇਆ। ਪਰਖ ਲੈਣੀ ਸੀ ਨਾ ਕਿ ਕਲਪਦੇ ਨੇ ਕਿ ਨਹੀਂ ਕਲਪਦੇ, ਜੇ ਮੇਨਾ ਕਲਪਣਗੇ ਤੇ ਸੰਗਤ ਨਾਲ ਵੀ ਕਲਪਣਗੇ, ਇਹ ਸੁਭਾਅ ਬਣਿਆ ਕਿ ਨਹੀਂ ਬਣਿਆ, ਆਲਾ ਪੱਕਾ ਕਿ ਕੱਚਾ। ਜਿਹੜਾ ਬੰਦਾ ਮੇਰੇ ਨਾਲ ਹੋਏਗਾ ਮੱਥਾ ਮਾਰੇਗਾ, ਉਹ ਸੰਗਤ ਨਾਲ ਵੀ ਮਾਰੇਗਾ। ਇੱਥੇ ਜਿੰਨੇ ਬੰਦੇ ਖਲੋਤੇ ਨੇ ਇਹ ਬਗੈਰ ਪਰਖਾਂ ਤੋਂ ਖਲੋਤੇ ਨੇ, ਤਦੇ ਹੀ ਕੱਚੇ ਨੇ, ਤਾਂ ਹੀ ਲੜ ਪੈਂਦੇ ਨੇ ਇੱਕ ਦੂਜੇ ਦੇ ਨਾਲ, ਗੁਰਦੁਆਰਿਆਂ 'ਚ ਵੀ ਸੇਵਾ ਕਰਦੇ ਕਰਦੇ, ਬਾਕੀ ਇੱਧਰ ਉੱਧਰ ਵੀ ਸੇਵਾ ਕਰਦੇ ਕਰਦੇ, ਗੁਰੂ ਘਰਾਂ 'ਚ ਵੀ ਸੇਵਾ ਕਰਦੇ, ਉਹੋ ਹੀ ਜੁੱਤੀਆਂ ਸਾਫ਼ ਕਰੀਦੀਆਂ ਨੇ, ਉਹੋ ਹੀ ਜੁੱਤੀਆਂ ਪਵਾ ਕੇ ਇੱਕ ਦੂਜੇ ਨੂੰ ਮਾਰੀਦੀਆਂ ਨੇ, ਜੋੜੇ ਸਾਫ਼ ਕਰਦੇ ਕਰਦੇ ਇੱਕ ਦੂਜੇ ਲੜ ਪੈਣਗੇ, ਲੰਗਰ ਵਰਤਾਉਂਦੇ ਵਰਤਾਉਂਦੇ ਬਾਲਟੀਆਂ ਚੁੱਕ ਲੈਂਦੇ ਨੇ, ਕਿਉਂ,
क्योंकि कहने परख नहीं ना लई, इदा ही चुके लाता चल लंगर बंड ला बस ठीक, इदा नहीं हुंदा। कल्पना क्यों है? भावे तुहानू कोई लख वारी कोई गलत कह जे, पर तुही वापस जवाब क्यों देना? क्यों तुहां लोकां नू कहना कि बई तू सत वारी हो गए ने थड़ा तोड़ दिता है, ढा दिता है, सतवीं बारी फिर ना कर दिती है, हुण सतवीं बारी गुरु महाराज जी कहिंदे ने तेरे कोलो बन क्यों नहीं रहा थड़ा, जो मैं चाहुंदा क्यों नहीं बन रहा? हुण पता की कहिंदे ने गुरु रामदास जी महाराज हाथ जोड़ के चरणा च, इदां हाथ जोड़ के चरणा च बह गए ने, सच्चे पातशाह सच्ची मुची मेरे को नहीं जे बनना, जो तुसीं बनाउणा चाहुंदे हो मेरे को नहीं जे बनना, तुहानू आप ही बनाउणा पैणा थड़ा मेरे विच वस के। सच्चे पातशाह मैं कित्थों बना सकदा तुहाडा थड़ा महाराज जी, मैं कौन हुन्ना तुहाडा थड़ा बनादा, तुसीं महाराज ही बनाउणा इत्थे अंदर वस के, तुहाडी कृपा। फिर महाराज नूं मन वड़ियाई दिंदा, मैं महाराज जी कौन हुन्ना, मैं तो कुछ बना ही नहीं सकता, सच्चे पातशाह मेरे पल्ले तो कुछ भी नहीं, अकल जिन्नी महाराज मैनूं तूं दित्ती है तो कहिंदे तू बना, महाराज बनना ही नहीं, तुसीं कहो मैं बनाउना तेरे कोलों बनावांगा चल बना, तुसीं बनाउना सच्चे पातशाह, मैं नहीं जे बना सकदा, मैं कित्थों बना देना कुछ, मेरे को तो महाराज जी घर नहीं बनना, सब तुसीं बनाउना। ये है निर्माण अवस्थावां संगतां दीआं गुरुआं दियां, हले संगति ने जेठा जी, हले गुरु नहीं बने, अही भी संगति है सारे। तीजी पातशाही गुरु अमरदास जी महाराज की गल सुन लो, एडी उच्ची साखी, ओहो हो कमाल। महाराज जी सत्संग कर रहे ने, कीर्तन दरबार लगा, कीर्तन सजद सजिया हुआ दरबार लगा, महाराज जी दे दरबार विच आ के दूजी पातशाही दे लाल ने, पुत्र ने, दातू जी ने ना इधर देखिया ना उधर, आ के सीधा आ के अपनी लत मार के गुरु महाराज दे सीने च लत मारी, तो महाराज नूं थले डेग दिता तीजी पातशाही ने, दूजी पातशाही दे पुत्र ने साहिबजादे ने, बर्दाश्त नहीं होया कि साड़ी गुरु गद्दी तुहाडे वल किदां चली गई, मिलनी ते सानू सी, तुहानू किदां मिल गई। महाराज ने पता की कीता, ये भी सुन लो तीजी पातशाही जिहड़े मतलब कि परख लै रही है पातशाही, उन्होंने भी तुसीं वेख लो कि किन्ने निर्माण ने, उन्होंने जो लत वजी ना छाती ते पिछे जा पे ने डिग पे ने, उठ के फटाफट ते गुरु दे लाल प्यार ना उठ के चरण पकड़ के कहिंदे ने गुरु के लाल, हे मेरे गुरु दे लाल, मेरे प्रभु दे साहिबजादे, तुहानू कि चोट तो नहीं लगी, तुहाडा पैर तो कितने मोच तो नहीं है, तुहानू कि सट तो नहीं लगी, पैर इदां घुटन लग पे ने, दसो मैनू गुरु, एडे वड्डे गुरु कमाल हो गए। ਇਹ ਮੈਂ ਤੁਹਾਨੂੰ ਅੱਜ ਨਿਰਮਾਣ ਅਵਸਥਾ ਵਾਂ ਇਸ ਕਾਰਨ ਮੈਂ ਇਹ ਸ਼ੁਰੂ ਹੋਇਆ ਕਿਉਂਕਿ ਸ਼ਬਦ ਹੀ ਇੰਨਾ ਇੰਨਾ ਬਾ ਕਮਾਲ ਦਾ ਸ਼ਬਦ ਹੈ, ਹਮ ਰੁਲਤੇ ਫਿਰਤੇ, ਇਹ ਪਤਾ ਕਰਨਾ ਪਵੇਗਾ, ਸਮਝਣਾ ਪਵੇਗਾ ਕਿ ਅਸੀਂ ਸਹੀ ਜਗ੍ਹਾ 'ਤੇ ਚੱਲ ਰਹੇ ਹਾਂ ਕਿ ਨਹੀਂ ਚੱਲ ਰਹੇ, ਠੀਕ ਹਾਂ ਕਿ ਨਹੀਂ ਹਾਂ। ਸਾਨੂੰ ਸਾਰਿਆਂ ਨੂੰ ਆਪਣੇ 'ਚ ਪਤਾ ਕਰਨਾ ਪੈਣਾ ਕਿ ਮੈਂ ਠੀਕ ਹਾਂ ਕਿ ਮੈਂ ਨਾਮਦਾਈ ਹਾਂ, ਮੇਰੇ ਪੱਲੇ ਹੈ ਕੁਝ ਕਿ ਠੀਕ ਹੈ, ਚਮਕ ਚਮਕ ਦਮਕ ਦਿਖਾ ਕੇ ਸ਼ਕਲ ਸ਼ੁਕਲ ਸੋਹਣੀ, ਦਾੜਾ ਦੂੜਾ ਸੋਹਣਾ ਮੈਂ ਕਰ ਲਿਆ, ਵੇਖੋ ਮੈਂ, ਅਤੇ ਮੇਰੇ ਅੰਦਰ ਕੁਝ ਹੈ ਕਿ ਨਹੀਂ ਹੈਗਾ, ਇਹ ਪਤਾ ਕਰਨਾ ਪਵੇਗਾ। ਸਾਰਿਆਂ ਨੂੰ ਆਪਣੇ ਆਪਣੇ ਅੰਦਰ ਜਾਣਾ ਪਵੇਗਾ ਪਤਾ ਕਰਨ ਵਾਸਤੇ, ਕਿਉਂਕਿ ਜੋ ਬੰਦਾ ਆਪਣਾ ਪਤਾ ਕਰ ਸਕਦਾ ਉਹ ਕਿਸੇ ਦਾ ਨਹੀਂ ਪਤਾ ਕਰ ਸਕਦਾ। ਸਭ ਨੂੰ ਪਤਾ ਹੁੰਦਾ ਮੇਰੇ 'ਚ ਕਮਜ਼ੋਰੀਆਂ ਕਿਹੜੀਆਂ ਕਿਹੜੀਆਂ ਨੇ, ਔਰ ਕਿਹੜੀ ਕਿਹੜੀਆਂ ਆਦਤਾਂ ਮਾੜੀਆਂ ਨੇ ਮੈਨੂੰ, ਜਿਹੜੀਆਂ ਮੈਨੂੰ ਭਟਕਾਉਂਦੀਆਂ ਨੇ ਔਰ ਅੱਜ ਤੱਕ ਜਿਹੜੀਆਂ ਮੈਂ ਸੁਧਾਰ ਨਹੀਂ ਕਰ ਸਕਿਆ ਉਹਦਾ, ਸਭ ਨੂੰ ਪਤਾ। ਔਰ ਸਭ ਛੁਪਾਉਣ ਨੂੰ ਲੱਗੇ ਰਹਿੰਦੇ ਨੇ ਕਿ ਛੁਪਾ ਲਈਏ ਆਦਤਾਂ ਆਪਣੀਆਂ, ਅਸੀਂ ਪਾਪ ਛੁਪਾ ਲਈਏ, ਝੂਠ ਬੋਲ ਕੇ ਲੁਕਾ ਲੁਕੂ ਲਈਏ। ਸਾਰਿਆਂ ਨੂੰ ਪਤਾ, ਸਾਰਿਆਂ ਨੂੰ ਪਤਾ ਗੁੱਸਾ ਆਉਂਦਾ, ਮੰਨਣਾ ਕਿਸੇ ਨੇ ਨਹੀਂ,
ਕਹਿ ਕੇ ਕੋਈ ਦੇਖੇ ਤਾਂ ਸਹੀ ਕਿਸੇ ਨੂੰ, ਓਏ ਤੂੰ ਕਹਿ ਕਹਿੰਦੇ ਤੇਰਾ ਮਨ ਮੈਲਾ, ਉਹ ਸੱਚੀ ਮੁੱਚੀ ਲੜਨ ਬਹਿ ਜਾਊਗਾ। ਤੂੰ ਕਿਹਾ ਮੈਨੂੰ ਮਨ ਮੈਲਾ ਮੇਰਾ, ਦੱਸੋ ਤੂੰ ਮੈਨੂੰ ਕਿਹਾ ਮੇਰਾ ਮਨ ਮੈਲਾ, ਤੂੰ ਕਿੱਦਾਂ ਕਹਿਤਾ, ਤੇਰੀ ਕਿੱਦਾਂ ਜ਼ਰੂਰਤ ਹੈ, ਮਨ ਮੈਲਾ ਹੀ ਹੈ, ਮੰਨਿਆ ਹੀ ਨਹੀਂ ਉਹਨੇ। ਤੂੰ ਮੈਨੂੰ ਕਿੱਦਾਂ ਕਹਿਤਾ ਮਨ ਮੈਲਾ ਮੇਰਾ ਹੈ। ਇਹ ਜਿਹੜੀਆਂ ਕਹਾਣੀਆਂ ਨੇ ਨਾ, ਇਹ ਕਹਾਣੀਆਂ ਸਾਡੇ 'ਚ ਬੜੀਆਂ ਖਰਾਬ ਨੇ, ਤਾਂ ਹੀ ਕਿਤੇ ਨਹੀਂ ਅੱਜ ਤੱਕ ਪਹੁੰਚ ਸਕੇ ਅਸੀਂ, ਉੱਥੇ ਹੀ ਗੇੜੇ ਖਾਈ ਜਾਂਦੇ ਹਾਂ, ਉੱਥੇ ਹੀ ਘੁੰਮੀ ਜਾਂਦੇ ਹਾਂ, ਚੱਕਰਾਂ 'ਚ ਫਸੇ ਹੋਏ। 40 ਸਾਲ ਹੋ ਗਏ ਨੇ ਜੀ ਸਿੱਖੀ ਧਾਰਨ ਕੀਤੇ ਹਾਂ, 40 ਸਾਲ ਹੋ ਗਏ ਨੇ ਜੀ ਗੁਰੂ ਘਰ ਧਾਰਨ ਕੀਤੇ ਹਾਂ, 40 ਸਾਲ ਹੋ ਗਏ ਨੇ ਜੀ ਸੇਵਕ ਬਣੇ ਹਾਂ, ਪਰ ਅੱਜ ਤੱਕ ਪਹੁੰਚ ਨਹੀਂ ਸਕੇ ਉੱਥੇ ਤੱਕ, ਬਸ ਉੱਥੇ ਹੀ ਘੁੰਮੀ ਜਾਂਦੇ ਹਾਂ, ਕਿਉਂਕਿ ਆਦਤਾਂ ਹੀ ਨਹੀਂ ਛੁੱਟਦੀਆਂ। ਜਿਹੜੀਆਂ ਮਹਾਰਾਜ ਕਹਿੰਦੇ ਨੇ ਆਦਤਾਂ ਛੱਡ ਕੇ ਆ, ਆਦਤਾਂ ਛੱਡ ਕੇ ਆ, ਆਦਤਾਂ ਛੱਡ ਕੇ ਆ, ਮੇਰੇ ਕੋਲ ਆਉਣਾ ਨਵਾਂ ਬਣ ਕੇ ਆ, ਅਸੀਂ ਨਵੇਂ ਹੀ ਨਹੀਂ ਬਣ ਪਾ ਰਹੇ, ਨਵੀਨ ਹੀ ਨਹੀਂ ਬਣ ਪਾ ਰਹੇ, ਉਹੀ ਪੁਰਾਣੀਆਂ ਆਦਤਾਂ ਲੈ ਕੇ ਬੈਠੇ ਹਾਂ, ਛੱਡਣੀਆਂ ਪੈਣੀਆਂ ਨੇ। ਜਦੋਂ ਗੁਰੂ ਕੋਲ ਜਾਈਏ ਤੇ ਗੁਰੂ ਕੋਲੋਂ ਨਵਾਂ ਬੰਦਾ ਬਣ ਕੇ ਜਾਵੇ, ਉਹ ਬੰਦਾ ਨਾ ਜਾਵੇ ਜਿਹੜਾ ਬੰਦਾ ਪਹਿਲਾਂ ਸੀ, ਉਹਨੂੰ ਮਿਟਾ ਕੇ ਜਾਵੇ। ਤੇ ਮੌਤ ਮਨ ਦੀ ਹੁੰਦੀ ਹੈ, ਸਰੀਰ ਦੀ ਨਹੀਂ ਹੁੰਦੀ, ਮਨ ਮਾਰ ਕੇ ਗੁਰੂ ਕੋਲ ਜਾਵੇ। ਮੁੰਡਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੋ ਪ੍ਰਭੂਤ, ਖਿੰਤਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ। ਮਨ ਨੂੰ ਜਿੱਤਣਾ ਪਵੇਗਾ, ਗੁਰੂ ਦੇ ਘਰ ਜਾਣਾ, ਸਾਰੀਆਂ ਆਪਣੀਆਂ ਕਮਜ਼ੋਰੀਆਂ ਮਿਟਾਉਣੀਆਂ ਪੈਣਗੀਆਂ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮਹਾਰਾਜ ਕਹਿੰਦੇ ਨੇ ਇੰਨੀਆਂ ਚੀਜ਼ਾਂ ਸਾਡੇ ਕੋਲ ਹੋਣ, ਅਤ ਸੁੰਦਰ ਸੁੰਦਰ ਹੋਵੋ, ਚਤੁਰ ਚਤੁਰ ਮਤਲਬ ਜਿਹੜਾ ਬੰਦਾ ਹੁਸ਼ਿਆਰ, ਕਹਿੰਦਾ ਬੜਾ ਹੁਸ਼ਿਆਰ ਹੈ ਯਾਰ ਤੂੰ, ਤੇ ਬੜਾ ਚੰਗਾ ਹੈ, ਹੁਸ਼ਿਆਰੀ ਹੋਵੇ। ਅਤ ਸੁੰਦਰ ਚਤੁਰ ਕੁਲੀਨ, ਕੁਲੀਨ ਮਤਲਬ ਕੁੱਲ, ਵੱਡੀ ਕੁੱਲ ਦਾ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ, ਮੁੱਖ ਤੋਂ ਉਹ ਤਾਂ ਐਡੀਆਂ ਐਡੀਆਂ ਗੱਲਾਂ ਕਰਦਾ ਤੂੰ ਗਿਆਨ ਦੀਆਂ, ਕਮਾਲ ਆ ਯਾਰ ਤੇਰੇ ਅੱਗੇ, ਗਿਆਨ ਪਿੱਛੇ ਤਾਂ ਕੋਈ ਗੱਲ ਹੀ ਨਹੀਂ, ਐਡਾ ਗਿਆਨ ਆ ਤੇਰੇ ਕੋਲ। ਇਹ ਮੈਂ ਤੁਹਾਨੂੰ ਮਿਸਾਲ ਦੇ ਰਿਹਾ, ਮਹਾਰਾਜ ਜੋ ਬਾਣੀ 'ਚ ਕਹਿ ਰਹੇ ਨੇ, ਮੁੱਖ ਗਿਆਨੀ, ਫਿਰ ਧਨਵੰਤ ਪੈਸੇ ਵਾਲੇ, ਉਹ ਤੁਹਾਡੇ ਕੋਲ ਇੰਨਾ ਪੈਸਾ, ਮਹਾਰਾਜ ਕਹਿੰਦੇ ਸਾਰੇ ਲਾਈਨਾਂ 'ਚ ਖੜੇ ਨੇ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਜਿਹੜੀ ਰੱਬ ਨਾਲ ਲੱਗੀ ਨਹੀਂ, ਕਿ ਮੈਂ ਮਰਿਆ ਹੋਇਆ ਉਹਨੂੰ ਕਹਿੰਦਾ, ਕੋਈ ਸੁੰਦਰ ਸੁੰਦਰ ਨਹੀਂ, ਚੱਲ ਬੇਕਾਰ ਦੀ ਕਹਾਣੀਆਂ ਨੇ, ਕੋਈ ਗਿਆਨੀ ਨਹੀਂ, ਕੋਈ ਧਿਆਨ ਨਹੀਂ, ਮ੍ਰਿਤਕ ਕਹੀਏ ਨਾਨਕਾ ਮਰੇ ਹੋਏ ਲੋਕ ਨੇ, ਪ੍ਰੀਤ ਨਾਹੀਂ ਭਗਵੰਤ। ਜਿਨਕੇ ਪੱਲੇ ਧਨ ਬਸੇ ਤਿਨਕਾ ਨਾਉ ਫਕੀਰ, ਜਿਨਕੇ ਹਿਰਦੇ ਥੂ ਬਸੇ ਤੇ ਨਰ ਗੁਣੀ ਗਹੀਰ। ਔਰ ਜਿਹਦੇ ਅੰਦਰ ਉਹਨੇ ਵਸਣਾ, ਜਿਹਦੇ ਵੇਲੇ ਧਨ ਵਸਿਆ, ਮਾਰੇ ਕੁਛ ਨਹੀਂ ਹੈ, ਬੇਕਾਰ ਹੈ ਸਾਰਾ ਕੁਛ, ਖੇਲ ਹੀ ਬੇਕਾਰ ਹੈ। ਚਲੋ ਅੱਗੇ ਚੱਲੀਏ, ਮਹਾਰਾਜ ਦਾ ਅੱਗੇ ਕੀ ਫਰਮਾਨ ਹੈ ਸੁਣੀਏ, ਮਹਾਰਾਜ ਕੀ ਕਹਿੰਦੇ ਨੇ। ਇਸੇ ਸ਼ਬਦ ਦਾ ਹੀ ਇੱਕ ਇੱਕ ਪੰਕਤੀ ਬੜੀ ਜ਼ਬਰਦਸਤ ਸੁਣਨ ਵਾਲੀ, ਜੇ ਇਹ ਸ਼ਬਦ ਪੂਰਾ ਸੁਣ ਕੇ ਇਹ ਅਮਲ ਕਰਨਾ, ਹਾਂ ਇਹ ਬੜੇ ਚਿਰ ਬਾਅਦ ਇਹ ਸ਼ਬਦ ਆਇਆ, ਕਿਰਪਾ ਹੋਈ ਮਹਾਰਾਜ ਜੀ। ਹਮਰੇ ਮਨ ਚਿਤ ਹਰ ਆਸ ਨਿਤ, ਕਿਉਂ ਦੇਖਾਂ ਹਰ ਦਰਸ਼ ਤੁਮਾਰਾ। ਮੇਰੀ ਪਿਆਸ ਇੰਨੀ ਮੈਨੂੰ ਲੱਗ ਗਈ ਹੈ, ਮੈਂ ਦੱਸ ਨਹੀਂ ਸਕਦਾ, ਮੇਰੇ ਮਨ ਵਿੱਚ ਪ੍ਰਭੂ ਤੇਰੇ ਦਰਸ਼ਨਾਂ ਦੀ ਪਿਆਸ ਹੈ, ਮੈਂ ਕਿੱਦਾਂ ਤੇਰੇ ਦਰਸ਼ਨ ਕਰਾਂ, ਮੈਂ ਕਿੱਦਾਂ ਤੈਨੂੰ ਰੁਝਾਵਾਂ, ਮੈਂ ਕਿੱਦਾਂ ਉਪਾਏ ਕਰਾਂ, ਮੈਂ ਕਿੱਦਾਂ ਉਪਰਾਲਾ ਕਰਾਂ, ਮੈਂ ਤੇਰੇ ਦਰਸ਼ਨ ਕਿੱਦਾਂ ਕਰਾਂ ਦਾਤਾ, ਕਿੱਦਾਂ ਤੂੰ ਮੈਨੂੰ ਦਰਸ਼ਨ ਦੇਵੇਂਗਾ ਸੱਚੇ ਪਾਤਸ਼ਾਹ। ਮੇਰੇ ਮਨ ਦੀ ਆਸ, ਮੇਰੇ ਮਨ ਦੀ ਪਿਆਸ ਬਹੁਤ ਵੱਡੀ ਹੋ ਗਈ ਹੈ, ਕਿਰਪਾ ਕਰੋ ਮੈਨੂੰ ਦਰਸ਼ਨ ਦੇਵੋ, ਕਿਰਪਾ ਕਰੋ ਮਹਾਰਾਜ ਮੈਨੂੰ ਦਰਸ਼ਨ ਦੇਵੋ ਜੀ।
ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ। ਜਿਹਨੇ ਪ੍ਰੀਤ ਲਾਈ ਸੋ ਜਾਣਤਾ, ਉਹਨੂੰ ਪਤਾ ਹੈ, ਅੰਤਰਯਾਮੀ ਹੈ, ਸਭ ਜਾਣਦਾ ਹੈ, ਸਭ ਸਭ ਕੁਛ ਪਤਾ। ਤੁਸੀਂ ਕਿੱਦਾਂ ਨਹੀਂ ਕਹਿ ਸਕਦੇ ਕਿ ਉਹਨੂੰ ਨਹੀਂ ਪਤਾ? ਉਹਨੂੰ ਸਭ ਕੁਝ ਪਤਾ, ਸਾਰਾ ਕੁਛ ਉਹਨੂੰ ਪਤਾ ਹੈ, ਸਭ ਕੁਛ ਜਾਣਦਾ ਹੈ। ਉਹਦੇ ਘਰ ਵਿੱਚ ਕੋਈ ਕਮੀ ਨਹੀਂ ਹੈ, ਕਿਸੇ ਚੀਜ਼ ਦੀ ਕਮੀ ਨਹੀਂ। ਕਿਉਂਕਿ ਮਹਾਰਾਜ ਕਹਿੰਦੇ, ਮੇਰੇ ਦਿਲ ਵਿੱਚ ਪਿਆਰ ਫੋਲ ਲਓ ਮੇਰੇ ਸਾਹਿਬਾ, ਮੈਂ ਤੈਨੂੰ ਇੰਨਾ ਪਿਆਰ ਕਰਦਾ, ਰੱਜ ਕੇ ਪਿਆਰ ਕਰਦਾ, ਤੂੰ ਤਾਂ ਸਭ ਕੁਝ ਜਾਣਨਾ, ਤੇ ਕੋਈ ਲੁਕਿਆ ਕੀ ਹੈ? ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛਪਾਏ, ਤੇ ਤੋ ਕੋਈ ਚੀਜ਼ ਛੁਪੀ ਹੈ, ਕੋਈ ਲੁਕੀ ਹੈ? ਅੰਤਰਯਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ। ਸਭ ਦੀ ਸ਼ਰਧਾ ਦੇ ਬਾਰੇ 'ਚ ਭਾਗ ਲਾਉਂਦਾ, ਉਹਦੀ ਪੂਰਦਾ ਸ਼ਰਧਾ ਵੇਖਦਾ। ਅੰਤਰਯਾਮੀ ਹੈ ਤਾਂ ਸ਼ਰਧਾ ਵੇਖਦਾ, ਤੂੰ ਸ਼ਰਧਾ ਕਿਹੜੀ ਲੈ ਕੇ ਆਇਆ? ਤੂੰ ਸਰੀਰ ਲੈ ਕੇ ਆਇਆ ਉਹ ਨਹੀਂ ਵੇਖਦਾ, ਤੂੰ ਸੋਹਣਾਪਣ ਲੈ ਕੇ ਆਇਆ ਉਹ ਨਹੀਂ ਵੇਖਦਾ, ਤੂੰ ਦੌਲਤ ਲੈ ਕੇ ਆਇਆ ਉਹ ਵੀ ਵੇਖਦਾ ਉਹ ਨਹੀਂ ਵੇਖਦਾ, ਤੂੰ ਉੱਚੇ ਕੁੱਲ ਤੋਂ ਆਇਆ ਉਹ ਨਹੀਂ ਵੇਖਦਾ, ਉਹ ਕਹਿੰਦਾ ਤੂੰ ਬੜਾ ਸਿਆਣਾ ਉਹ ਨਹੀਂ ਵੇਖਦਾ। ਸਿਆਣੇ ਤੇ ਉਹਦੇ ਘਰ 'ਚ ਧੱਕੇ ਖਾਂਦੇ ਨੇ, ਉਹ ਨਹੀਂ ਵੇਖਦਾ। ਗਿਆਨੀਆਂ ਨੂੰ, ਧਿਆਨੀਆਂ ਨੂੰ ਉਹ ਵੇਖਦਾ, ਗਿਆਨ ਛੱਡ ਪਰਾਂ, ਤੂੰ ਕਾਹਦਾ ਗਿਆਨ ਲੈ ਕੇ ਆ? ਗਿਆਨ ਤਾਂ ਲਿਖਦਾ ਹੈ, ਜਿਹੜੇ ਗਿਆਨੀ ਕਿਤਾਬਾਂ ਪੜ੍ਹ ਪੜ੍ਹ ਕੇ ਗਿਆਨ ਇਕੱਠਾ ਕੀਤਾ, ਉਹ ਕਿਤਾਬਾਂ ਤਾਂ ਰੱਬ ਨੇ ਬਣਾਤੀਆਂ, ਲਿਖ ਦਿੱਤੀਆਂ, ਉਹ ਤਾਂ ਲਿਖਦਾ। ਜਿਹੜਾ ਗਿਆਨ ਅਸੀਂ ਥੋਥਾ ਆਪਣੇ ਮੂੰਹ 'ਚ ਬੋਲਦੇ ਹਾਂ, ਉਹ ਤਾਂ ਲਿਖਦਾ, ਜਨਮ ਦਿੰਦਾ ਗਿਆਨ ਨੂੰ। ਉਹ ਕਹਿੰਦਾ ਮੈਂ ਗਿਆਨ ਕਿਉਂ ਨਹੀਂ ਵੇਖਦਾ? ਤੂੰ ਤਾਂ ਨਕਲ ਮਾਰੀ ਮੇਰੀ ਗਿਆਨ ਦੀ, ਤੇਰਾ ਕਿਹੜਾ ਗਿਆਨ ਫੁੱਟ ਕੇ ਆ ਗਿਆ? ਹਾਂ, ਮੈਂ ਵੇਖਦਾ ਹਾਂ ਤੇਰੇ ਸ਼ਰਧਾ ਨੂੰ। ਅੰਤਰਯਾਮੀ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹੋ ਸੁਖ ਮੰਗੇ, ਮੋਕੋ ਕਰ ਸੰਤਨ ਕੀ ਤੂਰ। ਰੋਜ਼ ਕੀਰਤਨ ਸੋਹਿਲੇ 'ਚ ਅਸੀਂ ਜਪਦੇ ਹਾਂ, ਪੜ੍ਹਦੇ ਹਾਂ। ਕੋਈ ਐਸਾ ਸੰਤ ਮਲਾ ਜਿਹੜਾ ਰੱਬ ਤੈਨੂੰ ਮਲਾਵੇ, ਐਸਾ ਸੰਤ ਮਲਾ ਜਿਹੜਾ ਪ੍ਰਭੂ ਤੈਨੂੰ ਮਲਾਵੇ, ਮੈਨੂੰ ਐਸਾ ਸੰਤ ਨਾ ਮਲਾ ਜਿਹੜਾ ਦੁਨੀਆਂ ਦੇ ਵਿੱਚ ਮੈਨੂੰ ਕਵੇ ਉਹ ਚੀਜ਼ਾਂ ਵੰਡੀ ਜਾਵੇ, ਦੁਨੀਆਂ ਦੇ ਸਵਾਦਾਂ ਨਾਲ ਜੋੜੀ ਜਾਵੇ। ਇੱਦਾਂ ਦਾ ਮੈਨੂੰ ਸੰਤ ਨਹੀਂ ਚਾਹੀਦਾ, ਉਹ ਸੰਤ ਨਹੀਂ ਚਾਹੀਦਾ। ਚੀਜ਼ਾਂ ਤੋਂ ਮੈਂ ਛੁਟਕਾਰਾ ਪਾ ਕੇ, ਉਹ ਤਾਂ ਰੁਕਾਵਟਾਂ ਬਣੀਆਂ ਹੋਈਆਂ, ਚੀਜ਼ਾਂ ਤਾਂ ਰੁਕਾਵਟਾਂ ਬਣੀਆਂ ਰੱਬ ਦੇ ਰਸਤੇ ਦੀਆਂ, ਉਹਨੂੰ ਤਾਂ ਛੁੱਟ ਕੇ ਅੱਗੇ ਜਾਣਾ। ਅੱਛਾ, ਮੈਂ ਤੁਹਾਨੂੰ ਇੱਕ ਬੜੀ ਸੋਹਣੀ ਮੈਨੂੰ ਸਾਖੀ ਚੇਤੇ ਆ ਗਈ। ਇਹ ਸਾਖੀ ਹੈ ਭਗਤ ਪੀਪਾ ਜੀ ਦੀ। ਰੁਕਾਵਟ ਦੀ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਸੀ, ਭਗਤ ਪੀਪਾ ਜੀ ਦਾ ਨਾਮ ਸੁਣਿਆ ਤੁਸੀਂ? ਇੱਕ ਸ਼ਬਦ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ, ਇੱਕੋ ਸ਼ਬਦ ਆ ਉਹਨਾਂ ਦਾ ਬਸ। ਉਹ ਵੀ ਤਾਂ ਸ਼ਬਦ ਆਇਆ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗਗਨੌਰ ਗਏ ਸੀ। ਉਹਨਾਂ ਦਾ ਜਿਹੜਾ ਗਗਨੌਰ ਇੱਕ ਜਗ੍ਹਾ ਹੈ, ਉਹ ਹੈਗੀ ਹੈ ਰਾਜਸਥਾਨ 'ਚ। ਇਹ ਰਾਜਸਥਾਨ ਦਾ ਰਾਜਾ ਸੀ, ਰਾਜਾ ਪੀਪਾ ਜੀ, ਬੜੇ ਉੱਚ ਕੋਟ ਦੇ ਰਾਜੇ ਸਨ। ਮਤਲਬ ਕਿ ਇਹ ਨਹੀਂ ਕਿ ਰਜਵਾੜਾ ਵੱਡਾ ਸੀ, ਮੈਂ ਆਪਣੀ ਸੁਰਤ ਵਿੱਚੋਂ ਉੱਚੇ ਸਨ। ਮਹਾਰਾਜ ਜੀ ਗਏ ਨੇ ਇੱਥੇ, ਮਹਾਰਾਜ ਨੇ ਉਹ ਸ਼ਬਦ ਚੁਣਿਆ, ਭੇਂਟ ਵੀ ਹੋਈ ਹੈ ਮਹਾਰਾਜ ਦੀ ਭਗਤ ਪੀਪਾ ਜੀ ਨਾਲ, ਇੱਕ ਸ਼ਬਦ ਲੈ ਕੇ ਨਾਲ ਤੁਰ ਪਏ ਨੇ। ਉਹ ਸ਼ਬਦ ਫਿਰ ਪੰਚਮ ਪਾਤਸ਼ਾਹ ਜੀ ਨੇ ਸੰਗ੍ਰਹਿ ਵੀ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ। ਜੋ ਬ੍ਰਹਮੰਡੇ ਸੋਏ ਪਿੰਡੇ, ਜੋ ਖੋਜੇ ਸੋ ਪਾਏ, ਇਹ ਸ਼ਬਦ ਹੈ। ਰਾਜਾ ਪੀਪਾ ਜੀ ਦੇਵੀ ਪੂਜਨ ਕਰਦੇ ਸੀ, ਮਾ ਦੇਵੀਆਂ, ਕਿਉਂਕਿ ਜਿੰਨੇ ਵੀ ਰਾਜੇ ਨੇ ਨਾ ਇਹ ਦੇਵੀਆਂ ਪੂਜਦੇ ਨੇ, ਸ਼ਕਤੀਆਂ ਨੂੰ ਪੂਜਦੇ ਨੇ, ਮਾਤਾ ਨੂੰ ਪੂਜਦੇ ਨੇ, ਇਹ ਵੀ ਦੇਵੀ ਪੂਜਨ ਕਰਦੇ ਸੀ। ਦੇਵੀ ਦਾ ਮੰਦਰ ਬਣਾਇਆ ਸੀ, ਦੇਵੀ ਦਾ ਪੂਜਨ ਕਰਦੇ ਸੀ। ਕੁਝ ਇੱਦਾਂ ਦੇ ਸੰਤ ਆਏ ਨੇ ਅੱਜ ਇਹਨਾਂ ਦੇ ਗਗਨੌਰ 'ਚ ਕਿ ਰੌਣਕ ਹੀ ਵੱਖਰੀ ਹੋ ਗਈ। ਮਹੀਨਾ ਡੇਢ ਮਹੀਨਾ ਉਹਨਾਂ ਨੇ ਸੰਤਾਂ ਨੇ ਲਗਾਇਆ। ਓਏ ਹੋਏ ਹੋਏ, ਜੋ ਕੀਰਤਨ, ਜੋ ਗੁਣਗਾਨ,
ਜੋ ਉਹਨਾਂ ਨੇ ਰੰਗ ਬਣਾਇਆ ਉਸ ਇਲਾਕੇ ਦਾ, ਇਸ ਰਾਜੇ ਰਾਜਾ ਪੀਪਾ ਜੀ ਵੀ ਇੰਨੇ ਕੁ ਪ੍ਰਭਾਵਿਤ ਹੋ ਗਏ ਉਹਨਾਂ ਤੋਂ, ਇਹ ਵੀ ਜਾ ਕੇ ਰੋਜ਼ ਸਮਾਧੀ ਦੇ ਵਿੱਚ ਬੈਠ ਕੇ ਕੀਰਤਨ ਸੁਣਨ। ਪਹਿਲਾਂ ਤਾਂ ਕੀਰਤਨ 'ਤੇ ਪਤਾ ਲੱਗਾ ਕਿ ਬੜੇ ਵਡਿਆਏ ਨੇ, ਫਿਰ ਜੋ ਕੀਰਤਨ ਦੀ ਚਰਚਾ ਪੂਰੇ ਇਲਾਕੇ 'ਚ ਹੋ ਗਈ, ਕਿਉਂਕਿ ਇੱਦਾਂ ਹੁੰਦਾ ਸੀ ਜੋ ਚੋਟ ਇੱਕ ਨੂੰ ਲੱਗਦੀ ਸੀ ਉਹ ਸੌ ਬੰਦੇ ਜਾ ਕੇ ਸ਼ੋਰ ਮਚਾਉਂਦਾ ਸੀ ਕਿ ਜਾ ਕੇ ਇੱਕ ਵਾਰੀ ਕੀਰਤਨ ਸੁਣ ਲਓ ਯਾਰ। ਉਹ ਸਾਰਾ ਪਿੰਡ ਦਾ, ਪਿੰਡ ਹੀ ਸਾਰਾ, ਗਾਉਂ ਦਾ, ਜ਼ਿਲ੍ਹਾ ਦਾ, ਜ਼ਿਲ੍ਹਾ ਹੀ ਸਾਰਾ ਇਕੱਠਾ ਹੋਣ ਲੱਗ ਪਿਆ। ਉਹ ਸਾਧੂਆਂ ਦਾ ਖੂਬ ਨਾਮ ਸ਼ਬਦ ਕੀਰਤਨ ਸ਼ਬਦ ਬਾਣੀ, ਬਸ ਢੋਲ ਢਮਾਕੇ ਸ਼ਬਦ ਕੀਰਤਨ ਹੋ ਰਿਹਾ। ਰਾਜਾ ਪੀਪਾ ਵੀ ਬੈਠੇ ਨੇ। ਅੱਜ ਰਾਜਾ ਪੀਪਾ ਨੇ ਸੰਤਾਂ ਨੂੰ ਆਖਿਆ, ਮਹਾਂਪੁਰਖਾਂ ਨੂੰ, ਇਹ ਜੋ ਤੁਸੀਂ ਮੈਨੂੰ ਜੋ ਸਵਾਦ ਦਿੱਤਾ ਨਾ, ਕਿਉਂਕਿ ਹੁਣ ਜਾਣ ਦੀ ਵਾਰੀ ਆ ਗਈ ਮਹਾਂਪੁਰਖਾਂ ਦੀ, ਅਤੇ ਰਾਜਾ ਆ ਕੇ ਕਹਿੰਦਾ ਜੋ ਤੁਸੀਂ ਮੈਨੂੰ ਸਵਾਦ ਦਿੱਤਾ ਨਾ, ਮੈਨੂੰ ਅੱਜ ਤੱਕ ਕਦੀ ਭਗਤੀ 'ਚ ਸਵਾਦ ਆਇਆ ਹੀ ਨਹੀਂ। ਮੈਂ ਰੋਜ਼ ਦੇਵੀ ਪੂਜਨ ਕਰਦਾ, ਰੋਜ਼ ਦੇਵੀ ਨੂੰ ਫੁੱਲ ਚੜਾ, ਪਾਠ ਕਰ, ਮੰਤਰ ਪੜ੍ਹਦੇ ਨੇ ਜਿਹੜੇ ਪੰਡਿਤ ਬਹਿ ਕੇ, ਸਭ ਕੁਝ ਕਰਦੇ ਨੇ, ਪਰ ਮੈਨੂੰ ਕੋਈ ਇੰਨਾ ਮਜ਼ਾ ਨਹੀਂ ਆਇਆ ਜੋ ਅੱਜ ਮੈਨੂੰ ਕੀਰਤਨ ਦੇ ਨਾਲ, ਸ਼ਬਦ ਬਾਣੀ ਨਾਲ, ਤੁਹਾਡੇ ਸਤਸੰਗ ਨਾਲ ਤੁਸੀਂ ਮੈਨੂੰ ਪ੍ਰਭਾਵਿਤ ਹੋ ਗਿਆ। ਤੁਸੀਂ ਮੈਨੂੰ ਰਾਹ ਦੱਸੋ ਮੈਂ ਕੀ ਕਰਾਂ, ਇਹੋ ਹੀ ਨਸ਼ਾ ਮੈਨੂੰ ਸਾਰੀ ਉਮਰ ਚੜਿਆ ਰਹੇ, ਇੱਦਾਂ ਦਾ ਮੈਂ ਕੀ ਕਰਾਂ, ਇਹ ਨਸ਼ਾ ਨਾ ਉਤਰੇ। ਉਹ ਸੰਤ ਬੜੇ ਸਿਆਣੇ ਸਨ, ਟੋਲੀ ਉਹਨਾਂ ਦੀ, ਪਹਿਲਾਂ ਸੰਤ ਨਾ ਥਾਂ ਥਾਂ 'ਤੇ ਜਾਂਦੇ ਸੀ ਬੜੇ, ਉਹ ਵੀ ਬੜੇ ਸਿਆਣੇ ਸਨ। ਉਹਨਾਂ ਨੇ ਬਿਠਾ ਕੇ ਰਾਜਾ ਨੂੰ ਆਖਿਆ, ਰਾਜਨ ਸਾਨੂੰ ਪੁੱਛਿਆ ਤੂੰ, ਅਸੀਂ ਦੱਸ ਰਹੇ ਹਾਂ, ਤੈਨੂੰ ਪਿਆਸ ਜਿਹੜੀ ਲੱਗੀ ਰੱਬ ਦੇ ਘਰ ਦੀ, ਇਹ ਤੇਰੀ ਤਾਂ ਹੀ ਬੁੱਝਣੀ ਹੈ ਜੇ ਤੂੰ ਰੱਬ ਦਾ ਨਾਮ ਜਪੇਗਾ, ਦੇਵੀ ਪੂਜਨ ਕਰੇਗਾ, ਤਾਂ ਤੂੰ ਦੇਵੀਆਂ ਤੱਕ ਰਹਿ ਜਾਏਗਾ ਸੀਮਤ, ਬਸ ਤੂੰ ਦੇਵੀਆਂ ਦੇ ਘਰ ਤੱਕ ਪਹੁੰਚ ਸਕਦਾ, ਦੇਵੀ ਦਾ ਇੱਕ ਸਥਾਨ ਹੈ ਉੱਥੇ ਤੱਕ ਪਹੁੰਚ ਸਕਦਾ ਜਿਹੜੀ ਦੇਵੀ ਦਾ ਤੂੰ ਪੂਜਨ ਕਰਦਾ। ਹਾਂ, ਤੂੰ ਸ਼ਿਵਜੀ ਮਹਾਰਾਜ ਦਾ ਪੂਜਨ ਕਰੇਗਾ, ਤੂੰ ਸ਼ਿਵ ਲੋਕ ਤੱਕ ਜਾ ਸਕਦਾ, ਸ਼ਿਵਜੀ ਮਹਾਰਾਜ ਨੂੰ ਮਿਲ ਸਕਦਾ, ਤੂੰ ਨਾਰਾਇਣ ਦੀ ਪੂਜਾ ਕਰੇਗਾ ਅਤੇ ਤੂੰ ਬਕੁੰਠ ਜਾ ਸਕਦਾ, ਸੀਰ ਸਾਗਰ ਤੱਕ ਜਾ ਸਕਦਾ, ਨਾਰਾਇਣ ਨੂੰ ਤੂੰ ਮਿਲ ਸਕਦਾ, ਨਾਰਾਇਣ ਤੱਕ ਸੀਮਿਤ ਰਹੇਗਾ। ਜੇ ਬ੍ਰਹਮਾ ਦੀ ਪੂਜਾ ਕਰੇਗਾ ਤਾਂ ਬ੍ਰਹਮ ਲੋਕ ਤੱਕ ਸੀਮਿਤ ਹੋ ਜਾਏਗਾ, ਬ੍ਰਹਮਾ ਤੱਕ ਰਹੇਗਾ, ਬਸ ਬ੍ਰਹਮਾ ਤੋਂ ਉੱਪਰ ਨਹੀਂ ਜਾ ਸਕਦਾ, ਬ੍ਰਹਮ ਲੋਕ ਤੱਕ ਹੀ ਤੇਰੀ ਪਹੁੰਚ ਹੋਏਗੀ। ਜਿੱਥੇ ਜਿੱਥੇ ਤੂੰ ਸ਼ਕਤੀਆਂ ਦਾ ਪੂਜਨ ਕਰੇਗਾ ਉੱਥੇ ਉੱਥੇ ਅਟਕ ਜਾਵੇਂਗਾ, ਅਤੇ ਜੇ ਰਾਜਨ ਸਵਾਦ ਲੈਣਾ ਹੀ ਜਿਹੜੀ ਅਸੀਂ ਪੂਜਾ ਕਰਦੇ ਹਾਂ ਪਰ ਬ੍ਰਹਮ ਦੀ, ਪਰ ਬ੍ਰਹਮ ਦੀ ਪੂਜਾ ਕਰ ਜਿਹੜੇ ਸਾਰੇ ਦੇਵਤੇ ਕਰਦੇ ਨੇ, ਇਹ ਸਾਰੀਆਂ ਸ਼ਕਤੀਆਂ ਕਰਦੀਆਂ ਨੇ, ਅੱਖਾਂ ਬੰਦ ਕਰਕੇ ਉਹਨਾਂ ਦੀ ਪੂਜਾ ਕਰ, ਇੱਕ ਰੱਬ ਦੀ ਪੂਜਾ ਕਰ, ਇੱਕ ਓਂਕਾਰ ਦੀ ਪੂਜਾ ਕਰ, ਉਸ ਮਾਲਕ ਦੀ ਪੂਜਾ ਕਰ। ਜੇ ਤੂੰ ਉਹਨੂੰ ਪੂਜਣ ਲੱਗ ਪਿਆ, ਇਹ ਨਸ਼ਾ ਤੈਨੂੰ ਰੋਜ਼ ਚੜਿਆ ਰਹੇਗਾ। ਸਭ ਉਹਦੇ ਥੱਲੇ ਹੈ, ਉਹ ਇੱਕ ਹੈ ਸਭਨਾ ਜੀਓਂ ਕਾ, ਇੱਕ ਦਾਤਾ, ਇੱਕ ਦਾਤਾ। ਹੁਣ ਅਸੀਂ ਬੰਦਾ ਕਵੇ ਬੋਲੇ ਇਹ ਵੱਡਾ ਜੀ, ਉਹ ਵੱਡਾ ਜੀ, ਉਹ ਵੱਡਾ ਜੀ, ਉਹ ਵੱਡਾ ਜੀ, ਉਹ ਵੱਡਾ, ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਦੇਵਤੇ ਸ਼ਕਤੀਆਂ ਨੇ। ਇਹਨਾਂ ਵਿੱਚੋਂ ਜਿਹੜਾ ਅਕਾਲ ਪੁਰਖ ਹੈ, ਜਿਹੜਾ ਪਾਰ ਬ੍ਰਹਮ ਹੈ, ਪਾਰ ਬ੍ਰਹਮ, ਅਸੀਂ ਜਿਹਦੇ ਵਾਸਤੇ ਸਤਸੰਗ 'ਚ ਇਕੱਠੇ ਹੋਏ ਹਾਂ, ਅਸੀਂ ਪਾਰ ਬ੍ਰਹਮ ਵਾਸਤੇ ਇਕੱਠੇ ਹੋਏ ਹਾਂ, ਅਕਾਲ ਪੁਰਖ ਵਾਸਤੇ ਆਏ ਹਾਂ, ਵਾਹਿਗੁਰੂ ਵਾਸਤੇ ਆਏ ਹਾਂ, ਇਹ ਬੰਦਿਆਂ ਵਾਸਤੇ ਨਹੀਂ ਇਕੱਠੇ ਹੋਏ, ਕੋਈ ਇਨਸਾਨਾਂ ਵਾਸਤੇ ਨਹੀਂ ਇਕੱਠੇ ਹੋਏ, ਉਹਦੇ ਵਾਸਤੇ ਇੱਕ। ਅੱਛਾ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਹੀਂ ਕਿਹਾ ਕਿ ਇੱਕ, ਉਹ ਮੈਂ ਦੇਖਦਾ ਉਹ ਉੱਥੇ ਉਹ ਸਾਈਂ ਬਾਬਾ ਜੀ ਦੀ ਵੀ ਲਿਖਿਆ ਹੁੰਦਾ, ਵੱਡਾ ਵੱਡਾ ਲਿਖਿਆ ਹੁੰਦਾ, ਉਹਨਾਂ ਨੇ ਵੀ ਕਿਹਾ ਸਭਕਾ ਮਾਲਿਕ ਇੱਕ ਹੈ। ਅੱਛਾ, ਈਸਾ ਮਸੀਹ ਵੀ ਜਦੋਂ ਪਹੁੰਚੇ ਨੇ ਰੱਬ ਦੇ ਕੋਲ, ਉਹਨਾਂ ਨੂੰ ਵੀ ਕਹਿਣਾ ਪੈ ਗਿਆ ਬਾਈਬਲ 'ਚ ਕਿ ਗੋਡ ਇਜ਼ ਵਨ। ਫਕੀਰਾਂ ਨੂੰ ਵੀ ਲਿਖਣਾ ਪੈ ਗਿਆ ਰੱਬਲ ਆਲਮੀਨ, ਰੱਬਲ ਮੁਸਲਮੀਨ ਨਹੀਂ, ਰੱਬਲ ਆਲਮੀਨ, ਇਹ ਸੂਫੀ ਫਕੀਰ ਸਨ, ਡੱਟ ਕੇ ਕਹਿ ਦਿੱਤਾ ਕਿ ਜਿਹੜਾ ਮੁਸਲਮਾਨਾਂ ਦਾ ਰੱਬ ਹੈ ਉਹ ਇਕੱਲਾ ਮੁਸਲਮਾਨਾਂ ਦਾ ਨਹੀਂ ਹੈ, ਰੱਬਲ ਆਲਮੀਨ, ਉਹ ਖੁਦਾ ਸਾਰਿਆਂ ਦਾ ਹੈ, ਸਭ ਦਾ ਹੀ ਹੈ, ਬਰਾਬਰ। ਸੰਤਾਂ ਨੇ ਰਾਜਾ ਪੀਪਾ ਨੂੰ ਬਿਠਾ ਕੇ ਅਤੇ ਕਥਾ ਸੁਣਾਈ ਕਿ ਰਾਜਾ ਜੀ ਤੁਸੀਂ ਦੇਵੀ ਪੂਜਨ ਕਰਦੇ ਹੋ, ਦੇਵੀਆਂ ਤੱਕ ਰਹਿ ਜਾਓਗੇ,
देवी ने जिथो देवी प्रकट हुई है तो ही ओदी क्यों नहीं पूजा करते, जिथो देवी आई है जिन्हें देवी नू बनाया है ओदी क्यों नहीं पूजा करते। दिमाग च खाने गल पाती बस राजे, इन्नी गल ही पौनी होंगी निक्की जी, ओनू क्यों नहीं मनते जिन्हें सारी दुनिया देवते इंसान सब कुछ बनाया। वो छुपया होया कि शिवजी महाराज नू पुछो ना अख बंद करके, हुण महादेव नू मैं भी हाथ जोड़दा मनना, महाराज जी थोड़ी बड़ी ताकत है। महादेव नू जे पुछो, महादेव शिवजी महाराज को महाप्रभु तुसी अखा बंद करके किदा ध्यान लगाउंदे हो। लोकी कई ना इत्थे हिंदुस्तान च इदां दे ने, ਉਹ ਸਾਰਿਆਂ ਨੂੰ ਪਤਾ ਪੁੱਤਾ ਤਾਂ ਉੱਦਾਂ ਦਾ ਹੀ ਹੈ, ਕਿਉਂਕਿ ਕਿਹੜਾ ਅੰਦਰ ਵੜ ਕੇ ਸ਼ਿਵਜੀ ਮਹਾਰਾਜ ਦੇ ਅੰਦਰ ਵੇਖਿਆ, ਅਤੇ ਜੋ ਗੱਲਾਂ ਸੁਣੀਆਂ ਕਹਾਣੀਆਂ ਸੁਣੀਆਂ ਉੱਦਾਂ ਦੀਆਂ ਗੱਲਾਂ ਰੱਟੇ ਮਾਰਨ ਰਿਪੀਟ ਕਰਨ। ਬੰਦੇ ਨੂੰ ਆਪਣਾ ਵੀ ਸੈਂਸ ਚਾਹੀਦਾ ਕਿ ਮੈਨੂੰ ਵੀ ਸੋਚ ਸ਼ਕਤੀ ਹੋਵੇ ਕਿ ਮੈਂ ਵੀ ਤਾਂ ਸੋਚਾਂ ਕਿ ਜਿਹੜਾ ਧਿਆਨ ਮਹਾਦੇਵ ਅੱਖਾਂ ਬੰਦ ਕਰਕੇ ਬੈਠਣਗੇ, ਸ਼ਿਵਜੀ ਮਹਾਰਾਜ ਅੱਖਾਂ ਬੰਦ ਕਰਕੇ ਬੈਠਣਗੇ, ਕੋਈ ਉਹਨਾਂ ਤੋਂ ਵੱਡਾ ਹੋਏਗਾ ਉਹਦਾ ਧਿਆਨ ਕਰਨਗੇ ਨਾ। ਅਤੇ ਬੰਦੇ ਕਹਿੰਦੇ ਨਾਰਾਇਣ ਦਾ ਧਿਆਨ ਕਰਦੇ ਨੇ, ਮੈਂ ਕਿਹਾ ਨਾਰਾਇਣ ਦੇ ਉਹਨਾਂ ਦੇ ਬਰਾਬਰ ਹੈ, ਤਿੰਨ ਸ਼ਕਤੀਆਂ ਦੇ ਬਰਾਬਰ ਨੇ, ਬ੍ਰਹਮਾ ਵਿਸ਼ਨੂੰ, ਇਹ ਤਾਂ ਤ੍ਰਿਕੁਟੀ ਹੈ, ਇਹ ਤਾਂ ਸੰਸਾਰ ਦਾ ਧਿਆਨ ਪਾਲਣ ਪੋਸ਼ਣ ਕਰਨ ਵਾਸਤੇ ਸ਼ਕਤੀਆਂ ਬਣਾਈਆਂ ਨੇ, ਇਹ ਤਾਂ ਬਰਾਬਰ ਨੇ ਤਿੰਨੋਂ, ਇਹ ਤਾਂ ਤਿੰਨੋਂ ਇੱਕ ਉਸ ਮਾਲਕ ਨੇ ਪ੍ਰਗਟ ਕੀਤੇ ਨੇ ਤਿੰਨ ਸ਼ਕਤੀਆਂ ਕਿ ਜਾਓ ਦੁਨੀਆਂ ਨੂੰ ਪੂਰੀ ਦੁਨੀਆਂ ਦਾ ਧਿਆਨ ਰੱਖਿਓ। ਇਹਨਾਂ ਦੇ ਮਗਰ ਇੱਕ ਰੱਬ ਬੈਠਾ ਹੈ ਜਿਨ੍ਹਾਂ ਦਾ ਇਹ ਧਿਆਨ ਕਰਦੀਆਂ ਸ਼ਕਤੀਆਂ। ਮੈਂ ਕਿਹਾ ਨਾਰਾਇਣ ਕਿਹਦਾ ਧਿਆਨ ਕਰਦੇ ਨੇ ਜਦੋਂ ਯੋਗ ਨੀਂਦਰਾ ਚਲ ਜਾਂਦੇ ਨੇ ਅੱਖਾਂ ਬੰਦ ਕਰਕੇ ਬੈਠੇ ਨੇ ਸ਼ੇਸ਼ਨਾਗ ਦੇ ਉੱਤੇ? ਮੈਂ ਲੋਕਾਂ ਨੂੰ ਕਈਆਂ ਨੂੰ ਪੁੱਛਦਾ, ਹੁਣ ਜਵਾਬ ਹੀ ਨਹੀਂ ਆਉਂਦਾ। ਮੈਂ ਕਿਹਾ ਚਲੋ ਤੁਸੀਂ ਸ਼ਿਵਜੀ ਮਹਾਰਾਜ ਦਾ ਕਹਿਤਾ, ਸ਼ਿਵਜੀ ਮਹਾਰਾਜ ਜੀ ਨਾਰਾਇਣ ਦਾ ਧਿਆਨ ਕਰਦੇ, ਰਾਮ ਦਾ ਧਿਆਨ ਕਰਦੇ ਨੇ, ਹੁਣ ਨਾਰਾਇਣ ਜੀ ਨੂੰ ਪੁੱਛ ਲੈਂਦੇ, ਨਾਰਾਇਣ ਜੀ ਤੁਸੀਂ ਕਿਹਦਾ ਧਿਆਨ ਕਰਦੇ ਹੋ? ਕਹਿੰਦੇ ਇੰਨੀ ਤਾਂ ਪਹੁੰਚ ਨਹੀਂ ਹੈਗੀ। ਔਰ ਮੈਂ ਕਿਹਾ ਕਿਤੇ ਵੀ ਨਹੀਂ ਕੋਈ ਬੰਦਾ ਪਹੁੰਚਿਆ ਐਵੇਂ ਨਾ, ਮੈਂ ਕਿਹਾ ਮੱਥੇ ਨੂੰ ਹੱਥ ਮਾਰੋ ਸਾਰੇ, ਉਹ ਅਕਾਲ ਪੁਰਖ ਦਾ ਧਿਆਨ ਹੋ ਰਿਹਾ, ਰੱਬ ਦਾ ਧਿਆਨ ਹੋ ਰਿਹਾ, ਪਾਰ ਬ੍ਰਹਮ ਦਾ ਧਿਆਨ ਹੋ ਰਿਹਾ, ਸਾਰਿਆਂ ਦੇ ਅੰਦਰ ਉਹੀ ਬੈਠਾ, ਜੋਤ ਇੱਕ ਦੀ ਜਗ ਰਹੀ ਹੈ। ਔਰ ਜੇ ਦੋ ਰੱਬ ਹੋਣਗੇ ਤਾਂ ਆਪਸ 'ਚ ਲੜਨਗੇ ਨਾ, ਰੱਬ ਇੱਕੋ ਹੀ ਹੈ। ਭਗੌਤੀ ਵੀ ਪਰਮਾਤਮਾ ਵਿੱਚੋਂ ਪੈਦਾ ਹੋਈ ਹੈ, ਪ੍ਰਥਮ ਭਗੌਤੀ ਸਿਮਰ ਕੇ, ਭਗਵਾਨ ਅਤੇ ਭਗੌਤੀ, ਮਾਦਾ ਰੂਪ ਅਤੇ ਪੁਰਸ਼ ਰੂਪ, ਇਹ ਦੋ ਤਾਕਤਾਂ। ਭਗੌਤੀ, ਭਗੌਤੀ ਨੇ ਸਾਰੀ ਉਤਪਤੀ ਕੀਤੀ, ਹਾਂ ਇਹ ਮੰਨਿਆ ਜਾ ਸਕਦਾ, ਪ੍ਰਥਮ ਭਗੌਤੀ ਸਿਮਰ ਕੇ, ਇਹ ਗੱਲ ਸਮਝ ਆਉਂਦੀ। ਪਰ ਭਗੌਤੀ ਤੋਂ ਉੱਪਰ ਕੌਣ ਹੈ? ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ, ਮਾਲਕ ਹੈ ਸਾਰਿਆਂ ਦਾ, ਉਹ ਦਿਸਦਾ ਹੀ ਨਹੀਂ, ਨਜ਼ਰ ਹੀ ਨਹੀਂ ਆਉਣਾ, ਐਡੀ ਕਿਸੇ ਦੇ ਪਹੁੰਚ ਤਾਕਤ ਹੈ ਉੱਥੋਂ ਤੱਕ ਪਹੁੰਚੇ। ਹੁਣ ਰਾਜਾ ਪੀਪਾ ਜੀ ਨੂੰ ਸਮਝ ਪੈ ਗਈ ਕਿ ਕੋਈ ਦੇਵੀ ਤੋਂ ਵੀ ਉੱਪਰ, ਅੰਦਰ ਹੁਣ ਖਾਨੇ ਗੱਲ ਪਾਤੀ ਮਹਾਂਪੁਰਖਾਂ ਨੇ, ਉਹ ਮਹਾਂਪੁਰਖ ਜਾਗੇ ਹੋਏ ਸਨ, ਹੋ ਕਹਿ ਕੇ ਜਾਂਦੀ ਵਾਰੀ। ਹੁਣ ਰਾਜਾ ਪੀਪਾ ਨੂੰ ਖਿੱਚ ਪੈ ਗਈ ਕਿ ਮੈਂ ਹੁਣ ਪਾਰ ਬ੍ਰਹਮ ਤੱਕ ਪਹੁੰਚਣਾ ਅਤੇ ਮੈਂ ਕਰਾਂਗੀ, ਖਿੱਚ ਪੈ ਗਈ, ਇੱਥੋਂ ਚਰਨ ਫੜ ਲਏ ਉਸੇ ਮਹਾਂਪੁਰਖ ਦੇ ਕਿ ਤੁਸੀਂ ਮੈਨੂੰ ਭੇਦ ਦੱਸਿਆ, ਤੁਸੀਂ ਪਹੁੰਚੇ ਹੋਏ ਹੋ, ਦੱਸੋ ਫਿਰ ਮੈਂ ਅੱਗੇ ਕੀ ਕਰਾਂ, ਤੁਸੀਂ ਮੈਨੂੰ ਰਸਤਾ ਦੱਸੋ ਮੈਂ ਕੀ ਕਰਾਂ। ਕਹਿੰਦੇ ਤੁਸੀਂ ਪਾਰ ਬ੍ਰਹਮ ਤੱਕ ਜਾਣਾ? ਕਹਿੰਦੇ ਹਾਂਜੀ। ਫਿਰ ਗੁਰੂ ਕੋਈ ਲੱਭ ਲਓ, ਉੱਚ ਕੋਟ ਦਾ ਗੁਰੂ ਲੱਭ ਲਓ, ਗੁਰੂ ਤੋਂ ਬਿਨਾਂ ਪਾਰ ਬ੍ਰਹਮ ਨਹੀਂ ਮਿਲਣਾ, ਜੋ ਮਰਜ਼ੀ ਕਰ ਲਓ, ਦੱਸਦਾ ਰਸਤਾ। ਰਾਜਾ ਪੀਪਾ ਜੀ ਨੂੰ ਲੱਗ ਗਈ ਅੰਦਰੋਂ ਤਲਬ, ਹੁਣ ਉਹ ਕਹਿੰਦੇ ਮੈਨੂੰ ਦੱਸੋ। ਕਹਿੰਦੇ ਗੁਰੂ ਧਾਰਨ ਕਰਨਾ ਪੈਣਾ, ਹੁਣ ਗੁਰੂ ਕਿੱਥੋਂ ਮਿਲੂਗਾ? ਇਹ ਵੀ ਸਵਾਲ ਪੈ ਗਿਆ। ਉਹ ਕਹਿਣ ਲੱਗੇ ਤੁਸੀਂ ਆਏ ਹੋ, ਮਹਾਂਪੁਰਖ ਹੋ, ਤੁਸੀਂ ਮੇਰੇ ਗੁਰੂ ਬਣ ਜਾਓ, ਤੂੰ ਮੈਨੂੰ ਰਸਤਾ ਦਿੱਤਾ, ਤੁਸੀਂ ਮੇਰੇ ਗੁਰੂ ਬਣ ਜਾਓ। ਉਹ ਸੰਤ ਕਹਿਣ ਲੱਗੇ ਅਸੀਂ ਇੰਨੀ ਕਮਾਈ ਦੇ ਮਾਲਕ ਨਹੀਂ ਹਾਂ ਕਿ ਤੈਨੂੰ ਪਾਰ ਬ੍ਰਹਮ ਨਾਲ ਮਿਲਾ ਦਈਏ, ਕਿਉਂਕਿ ਅਸੀਂ ਖੁਦ ਪਾਰ ਬ੍ਰਹਮ ਨੂੰ ਮਿਲਣ ਦੀ ਇੱਛਾ ਲੈ ਕੇ ਤੁਰੇ ਹੋਏ ਹਾਂ, ਥਾਂ ਥਾਂ 'ਤੇ ਕੀਰਤਨ ਕਰਦੇ ਹਾਂ, ਥਾਂ ਥਾਂ 'ਤੇ ਰੱਬ ਦਾ ਨਾਮ ਲੈਂਦੇ ਹਾਂ, ਕਿਤੇ ਰੱਬ ਟੱਕਰ ਜਾਏ, ਮਿਲ ਜਾਏ, ਇੰਨੇ ਪਹੁੰਚੇ ਨਹੀਂ ਹਾਂ ਅਸੀਂ ਕਿ ਤੇਰਾ ਗੁਰੂ ਬਣ ਜਾਈਏ, ਕਿਉਂਕਿ ਤੂੰ ਤੂੰ ਅੰਦਰੋਂ ਤੈਨੂੰ ਖਿੱਚ ਪਈ ਹੈ। ਹਾਂ, ਬੜੇ ਬੜੇ ਵੱਡੇ ਗੁਰੂ ਬੈਠੇ ਨੇ, ਜਾਓ ਜਾ ਕੇ ਰਾਜਨ ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰੋ। ਪੁੱਛਿਆ ਕਿੱਥੇ ਮਿਲਣਗੇ ਗੁਰੂ ਜੀ? ਬੋਲੇ ਇੱਦਾਂ ਹੈ, ਗੁਰੂ ਤਾਂ ਬਹੁਤ ਨੇ ਇਸ ਵੇਲੇ, ਪਰ ਸਾਰਿਆਂ ਦਾ ਸ੍ਰੇਸ਼ਟ ਸ਼੍ਰੋਮਣੀ ਗੁਰੂ, ਕਬੀਰ ਸਾਹਿਬ ਦੇ ਗੁਰੂ, ਰਵਿਦਾਸ ਜੀ ਦੇ ਗੁਰੂ, ਉਹਨਾਂ ਦਾ ਨਾਮ ਹੈ ਗੁਰੂ ਰਾਮਾਨੰਦ। ਜਾਓ ਉਹਨਾਂ ਦੇ ਪਾਸ ਚਲ ਜਾਓ, ਬਨਾਰਸ 'ਚ ਬੈਠੇ ਨੇ, ਉਹ ਹੀ ਰੱਬ ਨਾਲ ਮਿਲਾ ਸਕਦੇ ਨੇ, ਉਹਨਾਂ ਕੋਲ ਚਲ ਜਾਓ, ਉਹਨਾਂ ਦੇ ਚਰਨ ਫੜ ਲਓ। ਰਾਜਾ ਇੰਨਾ
ਖਿੱਚ ਪਈ ਉਹਨੇ ਆਵਾ ਨਹੀਂ ਦੇਖਿਆ ਇੱਧਰ ਉੱਧਰ ਉਹ ਕਹਿੰਦਾ ਬਸ ਫੌਜ ਤਿਆਰ ਕੀਤੀ ਬਸ ਰਾਣੀਆਂ ਤਿਆਰ ਕੀਤੀਆਂ ਚਲੋ ਸਾਰੇ ਚਲੋ ਸਾਰਾ ਮਹਿਲ ਚੁੱਕ ਕੇ ਲੈ ਗਿਆ ਦਰਬਾਰ ਦੇ ਬਾਹਰ ਜਾ ਕੇ ਸ਼ਹਿਰ ਵਿੱਚ ਸ਼ੋਰ ਪੈ ਗਿਆ ਰਾਜਾ ਪੀਪਾ ਰਜਵਾੜਾ ਪੂਰਾ ਲਹੂ ਲਕਸ਼ਰ ਲੈ ਕੇ ਰਾਮਾਨੰਦ ਜੀ ਦੇ ਪਾਸ ਪਹੁੰਚੇ ਨੇ ਰਾਮਾਨੰਦ ਜੀ ਨੂੰ ਪਤਾ ਲੱਗਾ ਕਿ ਰਾਜਾ ਪੀਪਾ ਐਡੀ ਫੌਜ ਲੈ ਕੇ ਆ ਗਿਆ ਇੰਨੀ ਪੁੱਛਿਆ ਕੀ ਕਰਨਾ ਹੈ ਹੁਣ ਪਹਿਲਾਂ ਦੱਸ ਦਿੰਦੇ ਸਨ ਕਿਉਂਕਿ ਇੱਦਾਂ ਗੁਰੂ ਸਿੱਧਾ ਨਹੀਂ ਮਿਲਦੇ ਜੇ ਸਿੱਧੇ ਮਿਲ ਜਾਂਦੇ ਫਿਰ ਤਾਂ ਕਰਮ ਕੱਟੇ ਗਏ ਅੰਦਰ ਬੈਠੇ ਸੀ ਅਤੇ ਅੰਦਰ ਆਉਣ ਦੀ ਇਜਾਜ਼ਤ ਹਰ ਇੱਕ ਨੂੰ ਨਹੀਂ ਹੈਗੀ ਇੱਕ ਸੇਵਕ ਅੰਦਰ ਗਿਆ ਪੁੱਛਿਆ ਮਹਾਰਾਜ ਰਾਜਾ ਜੀ ਆਏ ਨੇ ਪੀਪਾ ਜੀ ਗਗਨੌਰ ਤੋਂ ਫੌਜ ਲੈ ਕੇ ਆਏ ਨੇ ਕੀ ਕਰਨ ਆਏ ਨੇ ਉਹ ਤੁਹਾਡੇ ਦਰਸ਼ਨ ਕਰਨ ਤੁਹਾਨੂੰ ਗੁਰੂ ਧਾਰਨ ਕਰਨ ਆਏ ਨੇ ਗੁਰੂ ਧਾਰਨ ਕਰ ਭਾਈ ਇੰਨੀ ਫੌਜ ਉਹ ਵਾਪਸ ਮੁੜ ਚ ਮੈਂ ਨਹੀਂ ਤੈਨੂੰ ਸੇਵਕ ਬਣਾਉਣਾ ਵਾਪਸ ਮੁੜ ਤਾਂ ਕਹਿਣ ਲੱਗੇ ਨਹੀਂ ਮਿਲਣਗੇ ਜੀ ਉਹ ਗੁਰੂ ਜੀ ਕਹਿੰਦੇ ਨੇ ਵਾਪਸ ਚਲ ਜਾਓ ਉਹਨਾਂ ਨੇ ਮਿਲਣਾ ਅੱਛਾ ਰਾਜਾ ਕਹਿਣ ਲੱਗਾ ਜੀ ਮੇਰਾ ਕਸੂਰ ਕਹਿੰਦੇ ਹੁਣ ਤੁਸੀਂ ਆਪ ਹੀ ਸੋਚ ਲਓ ਕੀ ਕਸੂਰ ਹੈ ਸਿਆਣਿਆਂ ਨਾਲ ਬੈਠੇ ਸਭਾ ਇਕੱਠੀ ਕੀਤੀ ਕਸੂਰ ਕੀ ਹੋ ਸਕਦਾ ਇੱਕ ਸਿਆਣਾ ਰਾਮਾਨੰਦ ਜੀ ਦੇ ਦਰਬਾਰ 'ਚ ਹੀ ਇੱਕ ਸਿਆਣਾ ਪੁਰਸ਼ ਬਜ਼ੁਰਗ ਸੀ ਹਮੇਸ਼ਾ ਹਰ ਦਰਬਾਰ 'ਚ ਬਜ਼ੁਰਗ ਹੁੰਦੇ ਨੇ ਬੜੇ ਬੜੇ ਪਹੁੰਚੇ ਹੋਏ ਫਕੀਰ ਹੁੰਦੇ ਨੇ ਉਹ ਬਾਹਰ ਹੀ ਬੈਠਾ ਸੀ ਹੱਸ ਪਿਆ ਰਾਜੇ ਦੇ ਉੱਤੇ ਰਾਜਾ ਹਾਲੇ ਵੀ ਤੈਨੂੰ ਨਹੀਂ ਪਤਾ ਲੱਗਾ ਤੇਰਾ ਕਸੂਰ ਕੀ ਹੈ ਕਿਉਂ ਮਨਾ ਕੀਤਾ ਗੁਰੂ ਨੇ ਉਹ ਐਡੀ ਫੌਜ ਲੈ ਕੇ ਆ ਗਿਆ ਲੜਾਈ ਕਰਨ ਆਇਆ ਕਿ ਮੰਗਤਾ ਬਣ ਕੇ ਆਇਆ ਰਾਜਾ ਬਣ ਕੇ ਆਇਆ ਨਹੀਂ ਮਿਲਣਾ ਨਾਮ ਮੰਗਤਾ ਬਣ ਕੇ ਆ ਨਾਮ ਮਿਲ ਜਾਣਾ ਯਾਰ ਅੱਗੇ ਝੁੱਕ ਜਾ ਕੇ ਆਪਣੀ ਫੌਜਾਂ ਘਰ ਰੱਖ ਕੇ ਆ ਮੰਗਤਾ ਬਣ ਕੇ ਆ ਨਮਾਣਾ ਬਣ ਕੇ ਆ ਕਿਤੇ ਮੰਗਣ ਜਾਈਏ ਆਪਣੇ ਵਸਤਰ ਵੀ ਇੰਨੇ ਸੋਹਣੇ ਨਾ ਪਾ ਕੇ ਜਾਈਏ ਗਰੀਬ ਬਣ ਕੇ ਜਾਈਏ ਦਾਤਾ ਮੈਂ ਗਰੀਬ ਢਹਿ ਪਿਆ ਦੁਬਾਰੇ ਮੈਂ ਤਾਂ ਤੇਰੇ ਚਰਨਾਂ ਦਾ ਗਰੀਬ ਬੰਦਾ ਐਨ ਠੱਜ ਧੱਜ ਕੇ ਕਈ ਅੱਧੇ ਨਾਲੋਂ ਜ਼ਿਆਦਾ ਦੁਨੀਆਂ ਨੂੰ ਤਾਂ ਪਤਾ ਹੀ ਨਹੀਂ ਉਹ ਜਿੱਥੇ ਵੀ ਜਾਂਦੇ ਨੇ ਗੁਰਦੁਆਰਿਆਂ ਜਾਣਾ ਚਲੋ ਫਟਾਫਟ ਤਿਆਰ ਹੋਵੋ ਸੋਹਣੇ ਸੋਹਣੇ ਕੱਪੜੇ ਪਾਓ ਉਹ ਤੁਸੀਂ ਆਪਣੇ ਆਪ ਨੂੰ ਉੱਥੇ ਵਿਖਾਉਣ ਜਾ ਰਹੇ ਹੋ ਕਿ ਵੇਖਣ ਜਾ ਰਹੇ ਹੋ ਗੁਰੂ ਨੂੰ ਮਤ ਹੀ ਨਹੀਂ ਪਤਾ ਲੱਗਦੀ ਲੋਕਾਂ ਦੀ ਕਿੱਥੇ ਮਤ ਜਾ ਰਹੀ ਲੋਕਾਂ ਦੀ ਸੋਹਣੇ ਸੋਹਣੇ ਗਹਿਣੇ ਸੋਹਣੇ ਸੋਹਣੇ ਕੱਪੜੇ ਪਾ ਕੇ ਤਿਆਰ ਹੋ ਕੇ ਉਹ ਤੁਸੀਂ ਪਿਕਨਿਕ ਜਾ ਰਹੇ ਹੋ ਉਹ ਗੁਰੂ ਕੋਲ ਜਾ ਰਹੇ ਹੋ ਨਮਾਣੇ ਮੰਗਤੇ ਮੰਗਤੇ ਹਾਂ ਤੇਰੇ ਅਸਾਂ ਤੇਰੇ ਕੋਲੋਂ ਮੰਗਣਾ ਗਰੀਬ ਬਣ ਕੇ ਜਾਓ ਵੇਖੋ ਫਿਰ ਦਾਤਾ ਕਿੱਦਾਂ ਮਿਲਦੀਆਂ ਨੇ ਝੁੱਕ ਕੇ ਜਾਓ ਦੁਨੀਆ ਹੈ ਰਾਜਾ ਜੀ ਨੂੰ ਸਮਝ ਪੈ ਗਈ ਰਾਜਾ ਜੀ ਨੇ ਫੌਜ ਵਾਪਸ ਮੋੜਤੀ ਜਾਓ ਬਈ ਸਾਰਿਆਂ ਨੂੰ ਵਾਪਸ ਮੋੜਤਾ ਇਕੱਲੇ ਅਤੇ ਆਪਣੀ ਇੱਕ ਫੌਜੀਆਂ ਨੂੰ ਕਹਿੰਦੇ ਤੁਸੀਂ ਉਹਨਾਂ ਇੱਦਾਂ ਕਰੋ ਤੁਸੀਂ ਬਾਹਰ ਇੱਥੇ ਛਾਵਣੀ ਲਾ ਲਓ ਬਾਹਰ ਇੱਥੇ ਨਹੀਂ ਲਾਉਣਾ ਬਾਹਰ ਲਾ ਲਓ ਜਦੋਂ ਮੈਂ ਇੱਥੋਂ ਹੋ ਜਾਵਾਂਗਾ ਹੁਣ ਮੈਂ ਇੱਥੇ ਫਕੀਰੀ ਚੋਲਾ ਉਹਨਾਂ ਮਹਾਂਪੁਰਖਾਂ ਨੂੰ ਕਹਿੰਦੇ ਮੈਨੂੰ ਫਕੀਰੀ ਚੋਲਾ ਤੁਸੀਂ ਦਿਓਗੇ ਆਪਣਾ ਉਹ ਫਕੀਰ ਚੋਲਾ ਉਹਨਾਂ ਨੇ ਪਾ ਕੇ ਉਹਨਾਂ ਦੇ ਹੀ ਲਿਬਾਸ ਪਾ ਕੇ ਸਿੱਧਾ ਗੁਰੂ ਦੇ ਚਰਨਾਂ 'ਚ ਹੁਣ ਇਕੱਲਾ ਆਇਆ ਰਾਜਾ ਪੀਪਾ ਗੁਰੂ ਰਾਮਾਨੰਦ ਦੇ ਕੋਲ ਪਹੁੰਚੇ ਨੇ ਗੁਰੂ ਰਾਮਾਨੰਦ ਜੀ ਨੇ ਬੁਲਾ ਲਿਆ ਬਸ ਅੱਜ ਦਰਵਾਜ਼ੇ ਖੋਲ੍ਹਤੇ ਨੇ ਬੁਲਾਓ ਬਈ ਕੌਣ ਆਇਆ ਹੁਣ ਅੱਜ ਪਤਾ ਕੀ ਕਹਿੰਦੇ ਨੇ ਪੀਪਾ ਮੰਗਤਾ ਆਇਆ ਪੀਪਾ ਮੰਗਤਾ ਰਾਜਾ ਨਹੀਂ ਪੀਪਾ ਮੰਗਤਾ ਆਇਆ ਸਿੱਧਾ ਬਿਠਾ ਲਿਆ ਸਾਹਮਣੇ ਗੁਰੂ ਨੇ ਹਾਂਜੀ ਬਈ ਹੁਣ ਮੈਂ ਤੁਹਾਨੂੰ ਇਹ ਵੀ ਦੱਸਦਾ ਗੁਰੂ ਰਾਮਾਨੰਦ ਜੀ ਦੀ ਵੀ ਬਾਣੀ ਸ਼ਬਦ ਉਹਨਾਂ ਦਾ ਵੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਚ 15 ਭਗਤਾਂ ਦੀ ਬਾਣੀ ਹੈ ਅਤੇ ਕਿਤੇ ਪਹੁੰਚੇ ਹੋਣਗੇ ਤਾਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਜਗ੍ਹਾ ਨਿਵਾਸ ਮਿਲੀ ਹੈ ਇਹ ਪਹੁੰਚੀਆਂ ਸ਼ਕਤੀਆਂ ਨੇ ਰਵਿਦਾਸ ਜੀ ਕਬੀਰ ਸਾਹਿਬ ਰਾਮਾਨੰਦ ਜੀ ਭਗਤ ਤਰਲੋਚਨ ਨਾਮਦੇਵ ਜੀ ਸੈਨ ਜੀ ਸਦਨਾ ਜੀ ਜੈਦੇਵ ਜੀ ਇਹ ਛੋਟੀਆਂ ਸ਼ਕਤੀਆਂ ਥੋੜ੍ਹੀ ਸਨ ਵੱਡੀਆਂ ਸ਼ਕਤੀਆਂ ਨੇ ਗੁਰੂ ਜੀ ਨੇ ਬਿਠਾ ਲਿਆ ਬੈਠੋ ਬਈ ਸਾਹਮਣੇ ਹਾਂਜੀ ਬਈ ਰਾਜਾ ਜੀ ਬਣ ਕੇ ਆਏ ਹੋ ਕੀ ਬਣ ਕੇ ਆਏ ਹੋ
ਅੱਜ ਮੈਂ ਮੰਗਤਾ ਬਣ ਕੇ ਆਇਆ ਮਹਾਰਾਜ ਜੀ, ਮੱਥਾ ਟੇਕ ਕੇ ਤੇ ਨੂਰ ਹੀ ਨਾ ਝੱਲਿਆ ਜਾਵੇ, ਚਿਹਰੇ 'ਤੇ ਨੂਰ ਹੀ ਬੜਾ ਜਲਾਲ ਝੱਲਿਆ ਹੀ ਨਹੀਂ ਜਾ ਰਿਹਾ ਨੂਰ, ਬਸ ਹੱਥ ਜੋੜ ਕੇ ਖਲ ਬੈਠੇ ਨੇ ਬਸ। ਮਹਾਰਾਜ ਜੀ ਮੈਨੂੰ ਤੁਸੀਂ ਝੋਲੀ 'ਚ ਨਾਮ ਦੀ ਦਾਤ ਪਾਓ, ਪਤਾ ਲੱਗਾ ਮੈਨੂੰ ਨਾਮ ਦੀ ਦੌਲਤ ਦਿਓ, ਮੈਂ ਪਾਰ ਬ੍ਰਹਮ ਕੋਲ ਜਾਣਾ, ਮੈਂ ਉਹਦੇ ਕੋਲ ਜਾਣਾ, ਪਰ ਤੁਸੀਂ ਮੈਨੂੰ ਪਹੁੰਚਾ ਸਕਦੇ ਹੋ, ਕਰੋ ਕਿਰਪਾ ਮੇਰੇ ਗਰੀਬ 'ਤੇ। ਅੱਛਾ ਰੱਬ ਪਾਉਣਾ, ਜੇ ਰੱਬ ਨੂੰ ਮਿਲਣਾ ਕਿੰਨੀ ਜਲਦੀ ਮਿਲਣਾ ਰੱਬ ਨੂੰ, ਛੇਤੀ ਛੇਤੀ ਮਿਲਣਾ। ਪੀਪਾ ਜੀ ਕਹਿੰਦੇ ਛੇਤੀ ਛੇਤੀ, ਕਿੰਨੀ ਛੇਤੀ, ਕਹਿੰਦੇ ਹੁਣੇ ਹੀ ਮਿਲਾ ਦਿਓ ਬਸ। ਆ ਠੀਕ ਹੈ ਫਿਰ ਜਾਓ, ਫਿਰ ਖੂਹ 'ਚ ਜਾ ਕੇ ਛਲਾਂਗ ਮਾਰ ਦਿਓ। ਮਗਰ ਬੰਦੇ ਭੇਜ ਤੇ, ਜੇ ਮਾਰਨ ਲੱਗੇਗਾ ਛਲਾਂਗ ਤੇ ਬਾਹਰ ਕੱਢ ਲਿਓ। ਉਹ ਫਟਾਫਟ ਭੱਜੇ ਬਾਹਰ, ਖੂਹ ਪਤਾ ਕੀਤਾ, ਖੂਹ ਕਿੱਥੇ ਹੈ ਜੀ, ਬੰਦਿਆਂ ਨੂੰ ਪੁੱਛਿਆ ਬਾਹਰ ਖੂਹ ਕਿੱਥੇ, ਮੱਥਾ ਟੇਕ ਕੇ ਆਗਿਆ ਲਈ ਗੁਰੂ ਦੀ, ਗੁਰੂ ਜੀ ਜੋ ਆਗਿਆ ਤੁਹਾਡੀ, ਭੱਜੇ ਖੂਹ ਦੇ, ਖੂਹ ਕਿੱਥੇ ਹੈ, ਲੱਭਿਆ ਇੱਧਰ ਉੱਧਰ ਬਾਹਰ ਹੀ ਥੋੜ੍ਹੀ ਦੂਰ ਤੱਕ ਹੀ, ਅੱਧੇ ਕਿਲੋਮੀਟਰ 'ਤੇ ਕਿਤੇ ਪਿੰਡ 'ਤੇ ਉੱਤੇ ਦਾ ਖੂਹ ਸੀ, ਪਤਾ ਲੱਗ ਗਿਆ, ਭੱਜ ਕੇ ਗਏ, ਮਾਰੀ ਛਲਾਂਗ ਖੂਹ ਦੇ ਵਿਚਕਾਰ, ਬੰਦੇ ਮਗਰ ਆ ਰਹੇ ਸੀ, ਬੰਦਿਆਂ ਨੇ ਰੱਸੀ ਪਾਈ, ਆਖਿਆ ਗੁਰੂ ਦਾ ਹੁਕਮ ਹੈ, ਛਲਾਂਗ ਮਾਰ ਦਿੱਤੀ ਅਤੇ ਬਾਹਰ ਵੀ ਕੱਢ ਲੈਣਾ, ਚੱਲ ਹੁਣ ਆ ਜਾ ਬਾਹਰ, ਆ ਜਾਓ ਬਾਹਰ ਕੱਢਿਆ। ਬਾਹਰ ਕੱਢ ਕੇ ਗੁਰੂ ਕੋ ਫਿਰ ਲੈ ਗਏ, ਗੁਰੂ ਹੁਣ ਪ੍ਰਸੰਨ ਹੋ ਗਏ ਨੇ, ਹੁਕਮ ਮੰਨ ਲਿਆ, ਮੰਨਣਾ ਤੂੰ ਜਾਣਨਾ, ਮੈਂ ਤਾਂ ਤੈਨੂੰ ਪਰਖਦਾ ਸੀ ਤੂੰ ਮੇਰੀ ਗੱਲ ਮੰਨਣਾ ਕਿ ਨਹੀਂ ਮੰਨਦਾ, ਰਾਜਾ ਨਾ ਲੋਕਾਂ ਕੋਲ ਗੱਲਾਂ ਮਨਾਉਂਦਾ, ਇਹ ਮੇਰੀ ਗੱਲ ਮੰਨਣਾ ਕਿ ਨਹੀਂ, ਇਹ ਫਕੀਰ ਦੀ ਗੱਲ ਮੰਨਣਾ, ਪਤ ਪੱਲੇ ਪਏਗੀ ਕਿਸੇ ਦੀ ਗੱਲ ਕਿ ਨਹੀਂ, ਮੇਰਾ ਹੁਕਮ ਮੰਨੇਗਾ ਕਿ ਨਹੀਂ। ਮਹਾਂ ਹੁਣ ਸਮਝ ਪਿਆ ਤੂੰ ਮਰ ਕੇ ਮਿੱਟ ਕੇ ਆਇਆ, ਤੂੰ ਆਪਣੀ ਮੌਤ ਤੋਂ ਨਹੀਂ ਹੁਣ ਕਮਾਉਂਦਾ, ਮੌਤ ਦਾ ਡਰ ਲਾ ਕੇ ਆਇਆ। ਸੱਚੀ ਮੁੱਚੀ ਤੁਹਾਨੂੰ ਮੈਂ ਦੱਸਾਂ, ਜਿਹੜੇ ਮੌਤ ਦਾ ਡਰ ਲਾ ਦਿੰਦੇ ਨੇ ਨਾ, ਅੱਧੇ ਤਾਂ ਰੱਬ ਨਾਲ ਉੱਥੇ ਜੁੜ ਜਾਂਦੇ ਬੰਦੇ, ਮੌਤ ਦਾ ਡਰ ਹੀ ਹੈ ਬਸ, ਇਹੋ ਹੀ ਖਤਰਾ ਸਾਡੇ ਸਿਰ 'ਤੇ ਮੰਡਰਾ ਰਿਹਾ ਹਮੇਸ਼ਾ। ਡਰਿਆ ਨਾ ਕਰੋ, ਮੌਤ 'ਤੇ ਰੱਬ ਨੂੰ ਮਿਲਾਉਣ ਵਾਸਤੇ ਹੈ, ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ 'ਤੇ ਪਾਈਏ ਪੂਰਨ ਪਰਮਾਨੰਦ, ਰੱਬ ਮਿਲਦਾ ਹੀ ਤਦ ਹੈ ਜਦ ਮਰ ਜਾਣਾ, ਪਹੁੰਚ ਜਾਣਾ ਰੱਬ ਦੇ ਘਰ 'ਚ। ਮੌਤ 'ਤੇ ਆਉਣੀ ਹੈ, ਮੌਤ ਤੋਂ ਕੀ ਘਬਰਾਉਣਾ, ਇਹ ਲਾਓ ਆਪਣਾ ਡਰ, ਇਹ ਲਾਓ ਆਪਣਾ ਭੈ, ਕਰੋ ਰੱਬ ਨਾਲ ਗੱਲਾਂ। ਇਹੋ ਹੀ ਭੈ ਲਾ ਕੇ ਪੀਪਾ ਜੀ ਦਾ ਰਾਮਾਨੰਦ ਜੀ ਨੇ ਵਿਖਾ ਦਿੱਤਾ ਪੀਪਾ ਜੀ ਨੂੰ, ਪੀਪਾ ਜੀ ਮੌਤ ਦਾ ਡਰ ਹੁੰਦਾ, ਮਾਰੀ ਛਲਾਂਗ ਤੁਸੀਂ, ਮੌਤ ਦਾ ਡਰ ਲੱਥ ਗਿਆ, ਚੱਲ ਆ ਜਾਓ ਅੱਜ ਤੋਂ ਬਾਅਦ, ਮਤਲਬ ਨਾਮ ਦੇ ਦਿੱਤਾ, ਇਸੇ ਗੱਲ 'ਤੇ ਨਾਮ ਦਿੱਤਾ ਅਤੇ ਨਾਲ ਹੁਕਮ ਸੁਣਾ ਦਿੱਤਾ, ਜਾਓ ਆਪਣੇ ਸ਼ਹਿਰ ਜਾਓ, ਉੱਥੇ ਹੀ ਤੁਹਾਨੂੰ ਭਗਤੀ ਕਰਨੀ ਹੈ, ਰਾਜ ਪਾਠ ਸੰਭਾਲਣਾ, ਆਪਣੀ ਪ੍ਰਜਾ ਦਾ ਧਿਆਨ ਰੱਖਿਓ, ਪ੍ਰਜਾ ਨੂੰ ਅੱਛਾ ਵਿਵਹਾਰ ਕਰੋ, ਰੱਜ ਕੇ ਲੋਕਾਂ ਨੂੰ ਲੰਗਰ ਖਵਾਓ, ਲੋਕਾਂ ਨੂੰ ਪਿਆਰ ਕਰੋ, ਲੋਕਾਂ ਦਾ ਧਿਆਨ ਕਰੋ, ਹਰ ਗਰੀਬ ਆਦਮੀ ਦੀ ਮਦਦ ਕਰੋ, ਇਹ ਨਾਮ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਕਰੋ, ਕੋਸ਼ਿਸ਼ ਕਰੋ ਕਿ ਇਸ ਨਾਮ ਨੂੰ ਸਦਾ ਜਪਦੇ ਰਹੋ, ਇੱਕ ਦਿਨ ਪਾਰ ਬ੍ਰਹਮ ਨਾਲ ਮੁਲਾਕਾਤ ਹੋਵੇਗੀ। ਹੁਕਮ ਕਰਕੇ ਭੇਜ ਦਿੱਤਾ। ਭਗਤ ਪੀਪਾ ਜੀ ਆਪਣੇ ਵਾਪਸ ਸ਼ਹਿਰ ਵਿੱਚ ਗਗਨੌਰ 'ਚ ਪਹੁੰਚ ਗਏ ਨੇ, ਆਪਣੀ 12 ਘਰ ਵਾਲੀਆਂ ਸੀ, 12 ਵਿਆਹ ਹੋਏ ਸੀ ਉਹਨਾਂ ਦੇ, ਜਿਸ ਇੱਕ ਰਾਣੀ ਸੀ ਜਿਹੜੀ ਰੱਬ ਨੂੰ ਮੰਨਦੀ ਸੀ, ਬਾਕੀ 11 ਨਹੀਂ ਸੀ ਇੰਨੀਆਂ ਮੰਨਦੀਆਂ, ਉਹ 12ਵੀਂ ਜਿਹੜੀ ਸੀਤਾ ਨਾਮ ਸੀ ਉਹਨਾਂ ਦਾ, ਉਹਨਾਂ ਜਾ ਕੇ ਆਪਣੇ ਦਿਲ ਦੀ ਗੱਲ ਕੀਤੀ, ਉਹਦੀਆਂ ਅੱਖਾਂ ਭਰ ਆਈਆਂ, ਆਪ ਵੀ ਅੱਖਾਂ ਰੋਣ ਲੱਗ ਪਏ ਨੇ, ਅਤੇ ਉਹਨੂੰ ਕਹਿੰਦੇ ਨੇ ਸੀਤਾ, ਗੁਰੂ ਤੋਂ ਬਿਨਾਂ ਕੋਈ ਗੱਲ ਨਹੀਂ ਬਣਨੀ, ਤੂੰ ਵੀ ਫਟਾਫਟ ਨਾਮ ਲੈ ਲੈ, ਤੇਰਾ ਜੀਵਨ ਵੀ ਸਫਲ ਹੋਵੇਗਾ, ਮੈਂ ਨਾਮ ਦਾ ਮਜ਼ਾ ਹੀ ਬੜਾ ਆ ਰਿਹਾ ਮੈਨੂੰ, ਚਲੋ ਠੀਕ ਹੈ। ਉਹ ਰਲ ਗਈ, ਕਹਿੰਦੇ ਨੇ ਕਿ ਜਿਹੜੀ ਪਤੀ ਪਤਨੀ ਇੱਦਾਂ ਦਾ ਹੋਵੇ, ਅਗਰ ਦੋਨਾਂ ਦੇ ਮਿਜ਼ਾਜ਼ ਇੱਕ ਦੂਜੇ ਨਾਲ ਮਿਲ ਜਾਵਣ, ਵੋਟੀ ਦੇਵੀ ਅਤੇ ਆਦਮੀ ਦੇਵੀ, ਅਤੇ ਘਰ ਸਵਰਗ ਹੈ, ਅਤੇ ਜੇ ਵੋਟੀ ਅਤੇ ਆਦਮੀ ਦੇ ਆਪਸ ਵਿੱਚ ਗੱਲ ਨਾ ਬਣੇ, ਆਦਮੀ ਇੱਧਰ ਅਤੇ ਔਰਤ ਇੱਥੇ, ਉਹ ਘਰ ਨਰਕ ਹੈ, ਉਸ ਤੋਂ ਵੱਡਾ ਨਰਕ ਕੋਈ ਨਹੀਂ, ਕਿਤੇ ਨਰਕ ਜਾਣ ਦੀ ਲੋੜ ਨਹੀਂ, ਉਹ ਹੀ ਨਰਕ ਹੈ, ਸਮਝ ਲੈਣਾ ਕੀ ਕਹਿ ਰਿਹਾ ਮੈਂ।
ਔਰਤ ਆਦਮੀ ਜੇ ਇੱਕ ਸਲਾਹ ਅਤੇ ਸੁਲਾਹ ਹੋਵੇ ਉਸ ਤੋਂ ਵੱਡਾ ਸਵਰਗ ਕੋਈ ਨਹੀਂ। ਬਕੁੰਠ ਜਾਣ ਦੀ ਲੋੜ ਨਹੀਂ ਉਹਨਾਂ ਰੂਹਾਂ ਨੂੰ, ਘਰ ਹੀ ਬਕੁੰਠ, ਘਰ ਵਿੱਚ ਹੀ ਗੰਗਾ ਵਗਦੀ ਹੈ, ਅੰਮ੍ਰਿਤ ਵਰਸਦਾ। ਇਹ ਨਹੀਂ ਕਿ ਮੂੰਹ ਚੱਕ ਕੇ ਇੱਧਰ ਅਤੇ ਉਹ ਬੰਦਾ ਇੱਧਰ ਅਤੇ ਉਹ, ਕੋਈ ਕਹਾਣੀ ਨਹੀਂ ਬਣੀ। ਇਹਨਾਂ ਦੀ ਦੋਨਾਂ ਦੀ ਆਪਸ 'ਚ ਗੱਲ ਬਣ ਗਈ, ਸੁਲਾਹ ਹੋ ਗਈ ਰੱਬ ਦੇ ਨਾਮ 'ਤੇ। ਦੋਨੋਂ ਬਸ ਇੱਕ ਦੂਜੇ ਨਾਲ ਗੱਲਾਂ ਕਰਿਆ ਕਰਨ ਬੈਠ ਕੇ ਰੱਬ ਦੀਆਂ ਗੱਲਾਂ 'ਤੇ। ਆਹਾ ਹਾ, ਦੂਜੀਆਂ ਰਾਣੀਆਂ 'ਚ ਨਹੀਂ ਸੀ ਰੱਬ ਦਾ ਪਿਆਰ। ਕਰਦੇ 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 ਇੱਕ ਦਿਨ ਇਹਨਾਂ ਨੂੰ ਆਇਆ ਕਿ ਅਸੀਂ ਗੁਰੂ ਨੂੰ ਆਪਣੇ ਨੂੰ ਸੱਦਾ ਦੇਈਏ ਅਤੇ ਆਪਣੇ ਘਰ ਬੁਲਾਈਏ, ਹੋਰਾਂ ਦਾ ਵੀ ਉਧਾਰ ਹੋਵੇ। ਗੁਰੂ ਰਾਮਾਨੰਦ ਜੀ ਕੋਲ ਚੱਲ ਕੇ ਗਏ ਨੇ, ਮੰਗਤੇ ਬਣ ਕੇ ਗਏ ਨੇ, ਅੱਜ ਫੌਜ ਵੀ ਨਹੀਂ ਲੈ ਕੇ ਕਿਸੇ ਨੂੰ ਨਹੀਂ, ਪੈਦਲ ਨਿਕਲ ਗਏ ਨੇ, ਘਰੋਂ ਨੰਗੀ ਪੈਰ ਆਪਣੇ ਗੁਰੂ ਨੂੰ ਸੱਦਾ ਦਿੱਤਾ, ਗੁਰੂ ਜੀ ਆਓ ਰਾਜਸਥਾਨ ਗਗਨੌਰ, ਆਓ ਦੁਨੀਆ ਦਾ ਭਲਾ ਕਰੋ, ਦੁਨੀਆ ਬੜੀ ਤਰਾਹੀ ਤਰਾਹੀ ਕਰ ਰਹੀ ਹੈ, ਆਓ ਨਜ਼ਰ ਮਾਓ। ਆ ਤਰੀਕ ਦੇ ਦਿੱਤੀ ਗਈ, ਅਸੀਂ ਆਵਾਂਗੇ, ਜਾਓ ਪੁੱਤਰ ਅਸੀਂ ਆਵਾਂਗੇ। ਪਤਾ ਲੱਗਾ ਆਹ ਪਾਲਕੀਆਂ ਲੈ ਕੇ ਸਜਾਤਾ ਪੂਰਾ ਦਾ ਪੂਰਾ ਸ਼ਹਿਰ ਪੀਪਾ ਜੀ ਨੇ ਕਮਾਲ ਕਰ ਛੜੀ, ਗੁਰੂ ਆ ਰਹੇ ਆ ਫੁੱਲ ਹੀ ਫੁੱਲ। ਆਏ ਹਾਏ ਹਾਏ, ਮੈਂ ਕਹਿੰਦਾ ਪੁੱਛੋ ਹੀ ਨਾ, ਜਿਸ ਰਾਹੀਂ ਮੇਰਾ ਸਤਿਗੁਰੂ ਆਵੇ ਉਸ ਰਾਹ ਫੁੱਲ ਵਿਛਾਵਾਂ ਮੈਂ, ਮੈਂ ਫੁੱਲਾਂ ਦੀ ਬਾਰਿਸ਼ ਕਰ ਦਿੱਤੀ ਉੱਥੇ, ਬਸ ਐ ਮੇਰਾ ਸਤਿਗੁਰੂ ਆ ਰਿਹਾ। ਪੀਪਾ ਜੀ ਨੇ ਜਗ੍ਹਾ ਜਗ੍ਹਾ ਮਿਠਾਈਆਂ, ਲੋਕਾਂ ਨੂੰ ਕਿਹਾ ਸ਼ਹਿਰ ਸਜਾ ਦਿਓ, ਦੀਵੇ ਬਾਲ ਦਿਓ, ਮੇਰਾ ਗੁਰੂ ਆ ਰਿਹਾ। ਅਤੇ ਗੁਰੂ ਜਦੋਂ ਆਇਆ ਪਾਲਕੀ 'ਚ, ਪਾਲਕੀ ਸੋਨੇ ਦੀ ਮੜਾ ਕੇ ਲੈ ਕੇ ਗਏ ਨੇ, ਅਤੇ ਗੁਰੂ ਨੂੰ ਲੈ ਕੇ ਆਏ ਨੇ ਆਪਣੇ ਦਰਬਾਰ, ਆਪ ਚੱਕ ਕੇ ਅਤੇ ਗੁਰੂ ਜੀ ਕੋਲ ਬੈਠੇ। ਡੇਢ ਦੋ ਮਹੀਨੇ ਗੁਰੂ ਜੀ ਨੂੰ ਰੱਖਿਆ ਆਪਣੇ ਕੋਲ, ਅਤੇ ਕੀਰਤਨ, ਸ਼ਬਦ ਬਾਣੀ, ਨਾਮ, ਸਤਸੰਗ, ਰੋਜ਼ ਸੰਗਤ ਦੇ ਦਰਬਾਰ। ਹੁਣ ਰਾਜ ਦਰਬਾਰ ਨਹੀਂ ਲੱਗ ਰਿਹਾ, ਸਤਸੰਗ ਦਾ ਦਰਬਾਰ ਲੱਗਿਆ, ਰਾਜ ਦਰਬਾਰ 'ਚ ਸਤਸੰਗ ਕੀਰਤਨ ਚੱਲ ਰਿਹਾ, ਚੌਵੀ ਘੰਟੇ ਪਰਮਾਤਮਾ ਦੀ ਗੱਲ ਹੋ ਰਹੀ ਹੈ। ਲੋਕਾਂ ਨੇ ਬੜਾ ਜੈ ਜੈਕਾਰ, ਨਾਮ ਸ਼ਬਦ ਦੀ ਧਨਕਾਰੇ ਵੱਜੇ, ਸਭ ਕੁਝ ਠੀਕ ਹੋਇਆ। ਹੁਣ ਇੰਨੀ ਕੁ ਲਗਨ ਲੱਗ ਗਈ, ਤੜਪ ਲੱਗ ਗਈ ਗੁਰੂ ਦੇ ਪਿਆਰ ਦੇ ਪਿੱਛੇ, ਗੁਰੂ ਜੀ ਚਲੇ ਗਏ ਨੇ ਅਤੇ ਹੁਣ ਰਾਜ ਮਹਿਲ ਵੀ ਨਹੀਂ ਚੰਗੇ ਲੱਗਦੇ, ਅਤੇ ਸੀਤਾ ਨੂੰ ਕਹਿੰਦੇ ਨੇ ਆਪਾਂ ਚਲ ਜਾਈਏ, ਆਪਾਂ ਵੀ ਇੱਥੋਂ ਨਿਕਲੀਏ, ਜਾਂ ਤਾਂ ਗੁਰੂ ਕੋਲ ਚਲ ਜਾਈਏ ਜਾਂ ਫਿਰ ਆਪਾਂ ਨਾ ਗੁਰੂ ਕੋਲ ਆਗਿਆ ਲਈਏ, ਕੀ ਕਰੀਏ। ਅਤੇ ਗੁਰੂ ਜੀ ਕਹਿੰਦੇ ਸੀ ਕਿ ਦੁਨੀਆ ਦਾ ਭਲਾ ਕਰਨਾ ਹੈ, ਅਤੇ ਮੇਰੀ ਦਿਲ ਦੀ ਇੱਛਾ ਕਿ ਮੈਂ ਦੁਆਰਕਾ ਨਗਰੀ ਜਾਣਾ ਚਾਹੁੰਦਾ, ਕ੍ਰਿਸ਼ਨ ਮਹਾਰਾਜ ਦੀ ਨਗਰੀ। ਸੀਤਾ ਵੀ ਕਹਿਣ ਲੱਗੀ ਹਾਂਜੀ ਆਪਾਂ ਪਹਿਲਾਂ ਉੱਥੇ ਸ਼ੁਰੂਆਤ ਕਰੀਏ, ਫਿਰ ਉੱਥੋਂ ਘੁੰਮ ਕੇ ਆਪਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਚੱਲਾਂਗੇ, ਆਪਾਂ ਪਹਿਲਾਂ ਕ੍ਰਿਸ਼ਨ ਮਹਾਰਾਜ ਦੇ ਦਰਬਾਰ ਚੱਲੀਏ। ਅਤੇ ਉਹ ਬੜੀ ਦਿਲ ਦੀ ਇੱਛਾ ਸੀ ਕਿ ਦੁਆਰਕਾ ਜਾਣਾ, ਅਤੇ ਕਹਿੰਦੇ ਚਲੋ ਆਪਾਂ ਰਾਜ ਮਹਿਲ ਛੱਡਿਆ, ਕਿਉਂਕਿ ਹੁਣ ਪਤਾ ਲੱਗ ਗਿਆ ਸੀ ਕਿ ਰੁਕਾਵਟ ਹੈ, ਰਾਜਾ ਬਣ ਕੇ ਰੁਕਾਵਟ ਹੋ ਰਹੀ ਹੈ, ਨਹੀਂ ਰੱਬ ਦੇ ਘਰ ਜਾਇਆ ਜਾ ਰਿਹਾ, ਇਹ ਰੁਕਾਵਟ ਹੈ ਭਾਈ। ਔਰ ਤੁਸੀਂ ਪੈਸੇ ਸੰਦੂਕਾਂ 'ਚ ਸਾਂਭ ਸਾਂਭ ਕੇ ਰੱਖਣੇ ਨੇ, ਸੋਚਾਂ ਸੋਚਣੀਆਂ ਨੇ, ਇਹਦੇ ਮਗਰ ਕੀ ਹੋਊਗਾ, ਬੈਂਕਾਂ ਦਾ ਕੀ ਬਣੂਗਾ, ਅਤੇ ਕਿੱਥੋਂ ਰੱਬ ਦੇ ਘਰ ਪਹੁੰਚੋਗੇ। ਇਹ ਰੁਕਾਵਟਾਂ ਨੇ, ਇਹ ਰੁਕਾਵਟਾਂ ਜਦੋਂ ਦੂਰ ਹੋਣਗੀਆਂ ਤਾਂ ਰੱਬ ਦੇ ਦਰਵਾਜ਼ੇ ਖੁੱਲ੍ਹਣਗੇ। ਜਿਹੜੀਆਂ ਰੁਕਾਵਟਾਂ ਆ ਰਹੀਆਂ ਨੇ ਰਸਤੇ 'ਚ, ਉਹਨਾਂ ਰੁਕਾਵਟਾਂ ਨੂੰ ਰੁਖਸਤ ਕਰ ਦਿਉ, ਬਾਹਰ ਕੱਢ ਦਿਉ, ਰੱਬ ਦੇ ਰਸਤੇ ਸਿੱਧੇ ਕਰ ਦਿਉ। ਮੈਂ ਤੁਹਾਨੂੰ ਦੱਸ ਦਿੱਤਾ ਜੀ, ਕੋਈ ਰੁਕਾਵਟ ਨਾ ਰੱਖੋ। ਜਿਹੜੀ ਚੀਜ਼ ਤੁਹਾਨੂੰ ਤੰਗ ਕਰ ਰਹੀ ਹੈ, ਰੱਬ ਨਾਲ ਜੁੜਨ 'ਤੇ ਤੁਹਾਨੂੰ ਤੰਗ ਕਰ ਰਹੀ ਹੈ, ਉਹ ਚੀਜ਼ ਕੱਢ ਕੇ ਬਾਹਰ ਮਾਰੋ। ਇਹੋ ਹੀ ਕੀਤਾ ਪੀਪਾ ਜੀ ਨੇ। ਕਹਿੰਦੇ ਮੇਰਾ ਦਿਲ ਹੀ ਨਹੀਂ ਕਰਦਾ ਰਾਜਾ ਹੁਣ ਬਣਨ ਦਾ, ਮੈਂ ਹੁਣ ਫਕੀਰ ਬਣ ਗਿਆ, ਹੁਣ ਚੱਲੀਏ ਆਪਾਂ, ਛੱਡੋ ਰਾਜਪਾਠ। ਰਾਜਪਾਠ ਛੱਡਿਆ, ਦੁਆਰਕਾ ਚਲੇ ਗਏ ਦੋਨੋਂ। ਉਹ ਸੀਤਾ ਵੀ ਕਹਿਣ ਲੱਗੀ, ਦੂਜੀਆਂ ਰਾਣੀਆਂ ਨੂੰ ਆਖਿਆ ਤੁਸੀਂ ਬੈਠੋ ਇੱਥੇ ਮਹਿਲਾਂ 'ਚ, ਆਪਣੇ ਪੁੱਤਰ ਨੂੰ ਸਿਆਸਨ 'ਤੇ ਬਿਠਾ ਕੇ। ਕਹਿਣ ਲੱਗੇ ਮੈਂ ਚੱਲਿਆ ਬਾਈ, ਮੈਂ ਅੱਜ ਤੋਂ ਬਾਅਦ ਮੈਂ ਰੱਬ ਦਾ ਨਾਮ ਲੈਣਾ। ਬਸ ਦੁਆਰਕਾ ਪਹੁੰਚ ਗਏ, ਭੋਲਾਪਨ ਆ ਗਿਆ, ਹੁਣ ਰਾਜਾ ਨਹੀਂ ਰਿਹਾ, ਹੁਣ ਮੰਗਤਾ ਬਣ ਗਿਆ, ਭੋਲਾਪਨ ਆ ਗਿਆ, ਭੋਲਾਪਨ ਇੰਨਾ ਕੁ ਆ ਗਿਆ। ਸਿੱਧਾ ਜਾ ਕੇ ਦੁਆਰਕਾ ਨਗਰੀ 'ਚ ਪਹੁੰਚੇ, ਅਤੇ ਉੱਥੇ ਪਤਾ ਨਹੀਂ ਸੀ ਕਰਨਾ ਕੀ। ਉੱਥੇ ਕੁਝ ਲੋਕ ਸਨ, ਸਮੁੰਦਰ ਦੇ ਕੰਢੇ 'ਤੇ ਆ ਗਏ ਨੇ, ਕੁਝ ਲੋਕ ਨੇ ਖੜ੍ਹੇ ਨੇ, ਇੱਕ ਪੰਡਿਤ ਜੀ ਵੀ ਖਲੋਤੇ ਨੇ, ਹੋਰ ਵੀ ਲੋਕ ਖਲੋਤੇ ਨੇ। ਹੱਥ ਜੋੜ ਕੇ ਦੋਨੋਂ ਬੜੇ ਪ੍ਰੇਮ ਦੇ ਨਾਲ ਫਕੀਰੀ ਬਾਣਾ ਦੋਨਾਂ ਨੇ ਪਾਇਆ, ਹੱਥ ਜੋੜ ਕੇ ਖੜ੍ਹੇ ਨੇ, ਅਤੇ ਪੰਡਿਤ ਜੀ ਨੂੰ ਕਹਿੰਦੇ ਨੇ ਪੰਡਿਤ ਜੀ ਕ੍ਰਿਸ਼ਨ ਮਹਾਰਾਜ ਦੀ ਦੁਆਰਕਾ ਨਗਰੀ ਕਿੱਥੇ ਹੈ? ਪੁੱਛਿਆ, ਇਹੋ ਹੀ ਦੁਆਰਕਾ ਨਗਰੀ ਕ੍ਰਿਸ਼ਨ ਮਹਾਰਾਜ ਦੀ? ਪੰਡਿਤ ਜੀ ਨੇ ਦੇਖਿਆ ਇੱਕ ਬੜਾ ਸਿੱਧੜਾ ਜਿਹਾ ਬੰਦਾ ਹੈ, ਅਤੇ ਪੰਡਿਤ ਜੀ ਨੇ ਕਿਹਾ ਜਿਹੜੀ ਦੁਆਰਕਾ ਨਗਰੀ ਹੈ ਨਾ,
ਕ੍ਰਿਸ਼ਨ ਜੀ ਦੀ ਅਸਲੀ ਦੀ ਉਹ ਪਾਣੀ ਦੇ ਥੱਲੇ ਹੈ, ਪਾਣੀ ਦੇ ਥੱਲੇ। ਹਾਂਜੀ, ਪਾਣੀ ਉਹਦੀ ਵੀ ਇੱਕ ਬੜੀ ਵੱਡੀ ਸਾਖੀ ਮੈਂ ਤੁਹਾਨੂੰ ਕਦੀ ਸੁਣਾਵਾਂਗਾ, ਕਦੀ ਮੌਕਾ ਬਣੇਗਾ। ਕ੍ਰਿਸ਼ਨ ਮਹਾਰਾਜ ਨੇ ਆਪ ਹੀ ਡਬੋਤੀ ਸੀ ਆਪਣੀ ਨਗਰੀ, ਇਸੇ ਡਰ ਦੇ ਪਿੱਛੇ, ਇਸੇ ਦੁੱਖ ਦੇ ਪਿੱਛੇ, ਕਿਉਂਕਿ ਯਾਦਵ ਇੰਨੇ ਪਾਵਰਫੁੱਲ ਹੋ ਗਏ ਸੀ, ਇੰਨੇ ਮਜ਼ਬੂਤ ਹੋ ਗਈ ਸੀ, ਨਾਰਾਇਣੀ ਸੈਨਾ ਲੋਕਾਂ ਨੂੰ ਡਰਾਵੇ ਦਿੰਦੀ ਸੀ, ਅਤੇ ਮਹਾਰਾਜ ਜੀ ਦੁਖੀ ਹੋ ਗਏ ਸੀ ਆਪਣੀ ਸੈਨਾ ਤੋਂ, ਆਪਣੀ ਨਾਰਾਇਣੀ ਫੌਜ ਤੋਂ। ਕਹਿੰਦੇ ਸੀ ਇਹ ਠੀਕ ਨਹੀਂ ਕੰਮ ਕਰ ਰਹੇ ਯਾਦਵ, ਇੰਨੇ ਖਤਰਨਾਕ ਹੋ ਗਏ, ਤੁਸੀਂ ਡਰ ਨਹੀਂ ਰਿਹਾ ਤੁਹਾਨੂੰ ਰੱਬ ਦਾ? ਮੈਂ ਜਿਹਨੂੰ ਮਰਜ਼ੀ ਕੋਈ ਮਤਲਬ ਜੋ ਮਰਜ਼ੀ ਕਰਨਾ, ਕਿਉਂਕਿ ਬਹੁਤ ਵੱਡਾ, ਕਿਉਂਕਿ ਸਾਰੇ ਯੋਧੇ ਮਰ ਗਏ ਸੀ, ਹੁਣ ਇੱਕੋ ਹੀ ਫੌਜ ਬਚੀ ਸੀ, ਨਾਰਾਇਣੀ ਫੌਜ, ਨਾਰਾਇਣੀ ਸੈਨਾ। ਉਹ ਯਾਦਵ ਸੀ, ਲੜਦੇ ਸੀ ਯਾਦਵ, ਔਰ ਇੱਕ ਦੂਜੇ ਨਾਲ ਲੜਨ ਲੱਗ ਪਏ ਸੀ। ਮਹਾਰਾਜ ਕਲਪ ਕੇ ਦੁਖੀ ਹੋ ਕੇ ਮਹਾਰਾਜ ਨੇ ਬਲਰਾਮ ਨੂੰ ਆਖਿਆ, ਬਲਰਾਮ ਤੂੰ ਮੇਰੇ ਨਾਲ ਚੱਲੇਗਾ? ਬਲਰਾਮ ਕਹਿਣ ਲੱਗੇ, ਦਾਊ ਦਾਊ ਕਹਿੰਦੇ ਉਹਨੂੰ, ਦਾਊ ਤੂੰ ਚੱਲੇਗਾ ਮੇਰੇ ਨਾਲ? ਨਹੀਂ। ਦਾਊ ਕਹਿਣ ਲੱਗਾ, ਕਿੱਥੇ ਜਾਣਾ? ਮੈਂ ਤਪ ਤਪ ਕਰਨ ਚੱਲਿਆ, ਰੱਬ ਦਾ ਨਾਮ ਲੈਣ ਚੱਲਿਆ। ਚੱਲੇਗਾ, ਛੱਡ ਇਹਨਾਂ ਨੂੰ, ਇਹ ਹੁਣ ਐਸ਼ੀ ਪ੍ਰਸਤੀ 'ਚ ਲੱਗ ਗਈ ਸਾਰੀ ਸਾਡੀ, ਹੁਣ ਪਲਟਣ ਅਸੀਂ ਜਿਸ ਕਾਰਨ ਇਹ ਦੁਆਰਕਾ ਬਣਾਈ ਸੀ, ਹੁਣ ਇਹ ਦੁਆਰਕਾ ਨਹੀਂ ਰਹੀ, ਹੋਰ ਪਾਸੇ ਲੱਗ ਗਈ ਦੁਨੀਆ, ਚੱਲ ਆਪਾਂ ਚੱਲੀਏ ਹੁਣ ਗਾ, ਛੱਡ ਪਰਾਂ ਇਹਨਾਂ ਨੂੰ। ਬਲਰਾਮ ਕਹਿਣ ਲੱਗਾ, ਨਹੀਂ, ਮੈਂ ਤਾਂ ਰਾਜਾ, ਮੈਂ ਇੱਥੋਂ ਕਿੱਦਾਂ ਚੱਲ ਜਾਵਾਂਗਾ, ਇਹ ਤਾਂ ਸਭ ਕੁਝ ਖਤਮ ਹੋ ਜਾਣਾ। ਕਹਿੰਦੇ ਯਾਰ, ਖਤਮ ਤਾਂ ਆਪ ਹੀ ਹੋਣਾ ਭਾਈ, ਤੂੰ ਦਾਊ ਛੱਡ ਸਾਰੀਆਂ ਚੀਜ਼ਾਂ, ਮਥੁਰਾ ਛੱਡ ਕੇ ਅਸੀਂ ਇੱਥੇ ਆਏ, ਇੱਥੋਂ ਛੱਡ ਕੇ ਅਸੀਂ ਅੱਗੇ ਜਾਣਾ, ਛੱਡ। ਉਹ ਬਲਰਾਮ ਜੀ ਨਹੀਂ ਮੰਨੇ, ਕਹਿੰਦੇ ਨਹੀਂ ਤੁਸੀਂ ਚੱਲ ਜਾਓ। ਫਿਰ ਮਹਾਰਾਜ ਕਹਿੰਦੇ ਠੀਕ ਹੈ ਬਈ। ਰਾਣੀਆਂ ਨੂੰ ਕਹਿੰਦੇ ਨੇ, ਉਹ ਕੋਈ ਕਿਸੇ ਨੇ ਮੇਰੇ ਨਾਲ ਜਾਣਾ ਜੇ, ਅਤੇ ਕੋਈ ਰਾਣੀ ਨਹੀਂ ਚੱਲੀ। ਮਹਾਰਾਜ ਕਹਿੰਦੇ ਠੀਕ ਹੈ, ਫਿਰ ਮੈਂ ਚੱਲਿਆ। ਅੱਗੇ ਗਏ ਨੇ, ਪਿੱਛੇ ਮੁੜ ਕੇ ਦੁਆਰਕਾ ਦੇਖੀ, ਸੋਨੇ ਦੀ ਦੁਆਰਕਾ ਸੀ, ਸੋਨੇ ਦੀ ਨਗਰੀ ਸੀ। ਪਿੱਛੇ ਮੁੜ ਕੇ ਦੇਖੀ, ਪਾਣੀ ਨੂੰ ਧਿਆਨ ਦਿੱਤਾ, ਪਾਣੀ ਨੂੰ ਕਹਿਤਾ ਖਾ ਜਾ ਇਹਨੂੰ, ਪਾਣੀ ਉੱਤੇ ਆ ਗਿਆ, ਖਾ ਕੇ ਚਲਾ ਗਿਆ, ਦੋ ਮਿੰਟ 'ਚ ਆਪ ਹੀ ਪਿੱਛੇ ਮੁੜ ਗਏ ਵਾਪਸ। ਤਿੰਨ ਦਿਨਾਂ ਦੇ ਅੰਦਰ ਅੰਦਰ ਦੁਆਰਕਾ ਪਾਣੀ ਨੇ ਖਾ ਗਈ, ਸਮੁੰਦਰ ਹੀ ਉੱਪਰ ਚੜ੍ਹ ਗਿਆ ਸੀ ਸਾਰਾ ਸਾਰਾ, ਸਾਰੇ ਮਰ ਗਏ, ਯਾਦਵ ਮਰ ਗਏ, ਸਾਰੇ ਰਾਣੀਆਂ, ਬਲਰਾਮ, ਸਭ ਉੱਥੇ ਖਤਮ। ਇੱਕ ਰਾਤ ਵਿੱਚ ਆਪਣੀ ਫੌਜ ਆਪਣੀ ਦੁਆਰਕਾ ਨਗਰੀ ਖਤਮ ਕਰ ਦਿੱਤੀ, ਇੱਦਾਂ ਹੀ ਖੜ੍ਹੇ ਖੜ੍ਹੇ ਬਸ ਦੇਖਿਆ ਪਿੱਛੇ। ਸਮੁੰਦਰ ਨੂੰ ਸਿਰਫ ਇੱਕੋ ਵਾਰੀ ਗੱਲ ਕੀਤੀ, ਸਮੁੰਦਰ ਨੂੰ, ਸਾਗਰ ਨੂੰ ਕਿਹਾ, ਇਹ ਹੁਣ ਤੇਰੇ ਵੱਸ ਹੈ, ਮੈਂ ਨਹੀਂ ਹੈਗਾ ਇੱਥੇ, ਲੈ ਜਾ ਨਾਲ ਆਪਣੇ ਨੂੰ। ਪਾਣੀ ਤਾਂ ਇੱਦਾਂ ਚੜ੍ਹਿਆ ਉੱਪਰ, ਬਸ ਉਹ ਫਿਰ ਇੱਦਾਂ ਹੀ ਆ ਕੇ ਅੰਦਰ ਹੀ ਲੈ ਗਿਆ ਬਸ ਥੱਲੇ। ਹੁਣ ਦੁਆਰਕਾ ਨਗਰੀ ਨੇ, ਉਹ ਤਾਂ ਪੰਡਿਤ ਜੀ ਨੇ ਤਾਂ ਇਹੋ ਹੀ ਬੋਲਿਆ ਕਿ ਦੁਆਰਕਾ ਨਗਰੀ ਪਾਣੀ ਦੇ ਵਿੱਚ। ਇਹਨਾਂ ਨੇ ਅਵਾ ਨਹੀਂ ਦੇਖਿਆ, ਤਵਾ ਨਹੀਂ ਦੇਖਿਆ, ਇਹ ਭੋਲੇ ਭਾਅ 'ਚ ਸੀ। ਇਹਨਾਂ ਨੇ ਕਿਹਾ ਕਿ ਪੰਡਿਤ ਜੀ ਨੇ ਕਿਹਾ ਤਾਂ ਦੁਆਰਕਾ ਨਗਰੀ ਪਾਣੀ ਦੇ ਵਿੱਚ, ਕ੍ਰਿਸ਼ਨ ਮਹਾਰਾਜ ਜੀ ਥੱਲੇ ਬੈਠੇ ਨੇ। ਇਹਨਾਂ ਨੇ ਕਿਹਾ, ਸੀਤਾ ਕੀ ਕਰੀਏ? ਸੀਤਾ ਕਹਿਣ ਲੱਗੀ, ਦੁਆਰਕਾ ਤਾਂ ਪਾਣੀ ਦੇ ਵਿੱਚ, ਆਪਾਂ ਨੂੰ ਪਾਣੀ ਦੇ ਵਿੱਚ ਹੀ ਜਾਣਾ ਪੈਣਾ। ਮਾਰੀਆਂ ਛਲਾਂਗ, ਸਮੁੰਦਰ 'ਚ ਠਾ ਕਰਕੇ ਅੰਦਰ ਵੜ ਗਏ ਦੋਨੋਂ ਜੀ, ਭੋਲੇ ਭਾਅ 'ਚ ਮਾਰੀਆਂ ਛਲਾਂਗਾਂ। ਸੋਚਿਆ ਵੀ ਨਹੀਂ, ਉਹ ਜਿਹੜੇ ਬੰਦੇ ਨਾਲ ਖਲੋਤੇ ਹੱਕੇ ਬੱਕੇ ਰਹਿ ਗਏ, ਹੈਂ ਇਹ ਦੋ ਬੰਦੇ ਪੁੱਛਿਆ, ਇਹੀ ਜਵਾਬ ਦਿੱਤਾ, ਇਹ ਮਾਰੀਆਂ ਛਲਾਂਗਾਂ ਮਾਰ ਕੇ ਸਮੁੰਦਰ 'ਚ ਵੜ ਗਏ ਨੇ, ਸਮੁੰਦਰ ਇੰਨਾ ਗਹਿਰਾ, ਹੁਣ ਅਸੀਂ ਕੱਢਾਂਗੇ ਕਿੱਦਾਂ? ਉੱਥੇ ਲੱਗ ਗਿਆ ਰਸ਼ ਪੈ ਗਿਆ। ਪੰਡਿਤ ਜੀ ਵੀ ਦੁਖੀ ਹੋ ਗਏ ਕਿ ਮੈਂ ਉਹਨਾਂ ਨੂੰ ਆਖਿਆ ਸੀ ਕਿ ਕ੍ਰਿਸ਼ਨ ਮਹਾਰਾਜ ਨਗਰੀ ਥੱਲੇ ਹੈ, ਅਤੇ ਉਹ ਤਾਂ ਬੜਾ ਵੱਡਾ ਪਾਪ ਹੋ ਗਿਆ ਮੇਰੇ ਕੋਲੋਂ। ਸਾਰੇ ਖੜ੍ਹੇ ਹੋ ਕੇ ਵਿਚਾਰੇ ਸੋ ਹੱਥ ਪੈਰ ਜੋੜਨ, ਜਿਹੜੇ ਛਲਾਂਗਾਂ ਮਾਰਨ ਵਾਲੇ, ਡਾਈਵ ਕਰਨ ਵਾਲੇ ਲੋਕ ਸਨ, ਉਹਨਾਂ ਨੂੰ ਵੀ ਭੇਜਿਆ ਗਿਆ ਸਮੁੰਦਰ ਥੱਲੇ, ਦੇਖੋ ਕੁਛ ਨਹੀਂ ਮਿਲਿਆ, ਵਾਪਸ ਆ ਗਏ। ਪੂਰਾ ਕਿੰਨੇ ਘੰਟੇ ਕੋਈ ਪਤਾ ਨਹੀਂ ਲੱਗੇ, ਬਾਅਦ ਦੇ ਅੰਦਰ ਪਤਾ ਕੀ ਹੋਇਆ? ਬੜੇ ਘੰਟਿਆਂ ਬਾਅਦ, 10 ਘੰਟਿਆਂ ਕੁ ਬਾਅਦ ਨਾ, ਬੜਾ ਰਸ਼ ਪੈ ਗਿਆ, ਭੀੜ ਲੱਗ ਗਈ, ਜਮ੍ਹਾਂ ਹੋ ਗਈ, ਸਾਰੀ ਚਰਚਾ ਹੋ ਗਈ। 10 ਘੰਟਿਆਂ ਬਾਅਦ ਪੀਪਾ ਜੀ ਅਤੇ ਮਾਤਾ ਸੀਤਾ ਉੱਪਰ ਆ ਰਹੀ ਹੈ, ਪਾਣੀ ਦੇ ਵਿੱਚੋਂ ਬਾਹਰ ਨਿਕਲ ਆਏ, ਇੱਦਾਂ ਹੀ ਬਾਹਰ ਆ ਗਏ ਨੇ ਜਿੰਦੇ। ਪਾਣੀ ਸਾਰੇ ਹੱਕੇ ਬੱਕੇ ਦੇਖਣ ਦੇ ਨੇ, ਹੈ ਤੁਸੀਂ ਪਾਣੀ ਵਿੱਚ 10 ਘੰਟੇ ਪਹਿਲਾਂ ਗਏ ਸੀ ਅਤੇ ਹੁਣ ਤੁਸੀਂ ਵਾਪਸ ਆ ਗਏ ਹੋ, ਇੱਦਾਂ ਹੀ, ਇਹ ਕੀ ਚੱਕਰ ਹੈ? ਆਉਂਦੇ ਹੀ ਪੀਪਾ ਜੀ ਨੇ ਸਿੱਧਾ ਜਾ ਕੇ ਚਰਨ ਪਕੜੇ ਪੰਡਿਤ ਜੀ ਦੇ, ਪੰਡਿਤ ਜੀ ਨੂੰ ਆਖਿਆ, ਪੰਡਿਤ ਜੀ ਧੰਨ ਹੋ ਤੁਸੀਂ, ਤੁਹਾਂ ਸਾਨੂੰ ਸਿੱਧਾ ਹੀ ਕ੍ਰਿਸ਼ਨ ਮਹਾਰਾਜ ਨਾਲ ਮਿਲਾ ਦਿੱਤਾ, ਅਸੀਂ ਤਾਂ ਤੁਸੀਂ ਕਿਹਾ ਕ੍ਰਿਸ਼ਨ ਮਹਾਰਾਜ ਨਗਰੀ, ਅਸੀਂ ਤਾਂ ਫਟਾਫਟ ਭੱਜੇ ਕ੍ਰਿਸ਼ਨ ਮਹਾਰਾਜ ਨਗਰੀ ਨੂੰ ਵੇਖ ਲਈਏ, ਥੱਲੇ ਗਏ ਹਾਂ ਅਤੇ ਕ੍ਰਿਸ਼ਨ ਮਹਾਰਾਜ ਦੀਆਂ ਪੌੜੀਆਂ ਹੀ ਬੜੀਆਂ ਸੀ, ਪੌੜੀਆਂ ਥੱਲੇ 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 ਕ੍ਰਿਸ਼ਨ ਮਹਾਰਾਜ ਜੀ ਬੈਠੇ ਸਨ, ਉਹਨਾਂ ਨੇ ਵੇਖੋ ਇਹ ਮੈਨੂੰ ਮੁੰਦਰੀ ਦਿੱਤੀ ਆਪਣੀ ਲਾ ਕੇ, ਕਹਿੰਦੇ ਲੈ ਮੇਰੇ ਕੋਲ ਆਇਆ, ਮੁੰਦਰ ਲੈ ਜਾ ਮੇਰੇ ਕੋਲ।
ਵੇਖੋ ਇਹ ਮੁੰਦਰੀ ਲਾ ਕੇ ਦਿੱਤੀ, ਨਿਸ਼ਾਨੀ ਦੇ ਦਿੱਤੀ ਕਿ ਤੂੰ ਜਾ ਇਹ ਮੁੰਦਰੀ, ਉਹ ਮੁੰਦਰੀ ਦਿੱਤੀ ਹੈ, ਇੰਨੀ ਸੁੰਦਰ ਮੁੰਦਰੀ, ਇਹ ਮੇਰੀ ਸੀਤਾ ਨੂੰ ਉਹਨਾਂ ਨੇ ਸਾੜੀ ਦਿੱਤੀ ਹੈ, ਵੇਖੋ ਕਿੰਨੀ ਸੁੰਦਰ ਸਾੜੀ ਹੈ, ਇਹ ਸਾੜੀ ਵੀ ਲੈ ਕੇ ਆਈ ਹੈ ਔਰ ਸਾੜੀ ਗਿੱਲੀ ਨਹੀਂ ਹੋਈ, ਇਹ ਦੇਖੋ ਇਹ ਸਾੜੀ ਵੀ ਹੱਥ 'ਚ ਫੜੀ ਦੀ, ਇਹ ਮਾਰੇ ਨੇ ਦਿੱਤੀ ਹੈ ਨਿਸ਼ਾਨੀ, ਲੈ ਜਾ ਪੁੱਤਰ ਤੂੰ ਮੇਰੇ ਕੋਲ ਆਇਆ ਚੱਲ ਕੇ, ਲੈ ਜਾ ਮੇਰੇ ਕੋਲ, ਧੰਨ ਹੋ ਤੁਸੀਂ ਮੈਨੂੰ ਥੱਲੇ ਮਾਰੇ ਨੂੰ ਮਿਲਾ ਦਿੱਤਾ, ਸ਼ੁਕਰ ਹੈ ਤੁਹਾਡਾ। ਮੈਂ ਉਹਨਾਂ ਨੂੰ ਇਹੋ ਹੀ ਬੇਨਤੀ ਕਰਕੇ ਆਇਆ ਕ੍ਰਿਸ਼ਨ ਜੀ ਮਹਾਰਾਜ ਨੂੰ, ਮੈਨੂੰ ਰੱਬ ਨਾਲ ਮਿਲਣਾ, ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ, ਮਿਲੇਗਾ, ਲੱਗਾ ਰਹਾ ਜਿਸ ਪਾਸੇ ਲੱਗਾ। ਉਹ ਸਾਰੀ ਦੁਨੀਆ ਹੀ ਜੈ ਜੈਕਾਰ ਹੋ ਗਈ ਜੀ, ਚਰਚਾ ਹੀ ਚਰਚਾ ਪੀਪਾ ਜੀ ਦੀ, ਉਹ ਤਾਂ ਸ਼ੋਰ ਮੱਚ ਗਿਆ ਸੀ, ਪੀਪਾ ਜੀ ਪੀਪਾ ਜੀ ਪੀਪਾ ਜੀ ਪੀਪਾ ਜੀ ਪੀਪਾ ਜੀ ਪੀਪਾ ਜੀ ਪੀਪਾ, ਹੋਰ ਵੀ ਬੜੀਆਂ ਕਹਾ ਸਾਖੀਆਂ ਨੇ, ਅੱਜ ਇੰਨੀ ਬੜੀ ਹੈ। ਰੱਬ ਨੂੰ ਮਿਲਣ ਦੀ ਤਾਕਤ ਰੱਖੋ ਆਪਣੇ 'ਚ। ਕ੍ਰਿਸ਼ਨ ਮਹਾਰਾਜ ਜੀ ਵੀ ਸਹਾਇਕ ਹੋ ਗਏ ਨੇ, ਸਹਾਇਤਾ ਕਰਨ ਲੱਗ ਪਏ ਨੇ ਉਹਨਾਂ ਦੀ। ਉਹਨੂੰ ਮਿਲੋ ਜਿਹਨੇ ਕ੍ਰਿਸ਼ਨ ਨੂੰ ਕ੍ਰਿਸ਼ਨ ਬਣਾਇਆ, ਰਾਮ ਨੂੰ ਰਾਮ ਬਣਾਇਆ, ਗੁਰੂ ਨਾਨਕ ਨੂੰ ਗੁਰੂ ਨਾਨਕ ਬਣਾਇਆ, ਉਹ ਮਾਲਕ ਜਿਹੜਾ ਉੱਪਰ ਬੈਠਾ ਅਕਾਲ ਪੁਰਖ, ਠੀਕ ਹੈ ਨਾ, ਉਹਨੂੰ ਮਿਲਣਾ। ਮਾਰਨੀ ਹੈ ਉਡਾਰੀ ਤੇ ਉੱਡੀ ਵੱਡੀ ਮਾਰੋ ਕਿ ਅਕਾਲ ਪੁਰਖ ਦੇ ਨਾਲ ਜਾ ਕੇ ਗੱਲ ਕਰੋ, ਗੱਲ ਕਰੋ, ਮਾਰਾ ਹੀ ਮੈਂ ਤੁਹਾਡਾ ਸੇਵਕ ਬਣਨਾ ਬਣਨਾ, ਬਸ ਮੈਨੂੰ ਨਹੀਂ ਕੋਈ ਹੋਰ ਨਜ਼ਰ ਆਉਂਦਾ। ਇੱਦਾਂ ਦੀ ਕੰਮ ਕਰੋ ਮਹਾਂਪੁਰਖੋ, ਇਹ ਜਨਮ ਵਿਅਰਥ ਨਾ ਕਰੋ, ਨਾ ਇਸ ਜਨਮ ਦੀ ਕੀਮਤ ਨੂੰ ਸਮਝੋ, ਕੀਮਤ ਬੜੀ ਜੇ, ਬੜੀ ਕੀਮਤ, ਨਾ ਇਹਨੂੰ ਖਰਾਬ ਕਰੋ। ਛੇਵੀਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ, ਸੱਚੇ ਪਾਤਸ਼ਾਹ ਜੀ, ਛੇਵੇਂ ਗੁਰੂ ਨਾਨਕ, ਸੱਤਵੀਂ ਪਾਤਸ਼ਾਹੀ ਦੇ ਨਾਲ ਬਾਗ ਦੇ ਵਿੱਚ ਫਿਰ ਰਹੇ ਸੀ, ਬਾਗ ਸੀ ਉੱਥੇ ਜਾ ਰਹੇ ਨੇ, ਇੱਕ ਪਾਸੇ ਫੁੱਲ ਹੀ ਫੁੱਲ ਲੱਗੇ ਨੇ, ਰੱਬੀ ਗੱਲਾਂ ਦੱਸ ਰਹੇ ਨੇ, ਆਪਣੇ ਬੱਚੇ ਨੂੰ ਕਹਿ ਰਹੇ ਨੇ, ਗੁਰੂ ਹਰ ਰਾਏ ਜੀ ਨੂੰ ਸਮਝਾ ਰਹੇ ਰੱਬ ਦੀ ਗੱਲ। ਚੋਲਾ ਬੜਾ ਖੁੱਲ੍ਹਾ ਪਾਉਂਦੇ ਸੀ, ਸ਼ੌਂਕ ਹੋਣਾ ਸੀ ਚੋਲਾ ਵੱਡਾ ਪਾਉਣ ਦਾ, ਬੜਾ ਵੱਡਾ ਚੋਲਾ ਪਾਉਣਾ, ਖੁੱਲ੍ਹਾ ਡੁੱਲਾ, ਤੁਰੇ ਤੁਰੇ ਜਾਂਦੇ ਜਾਂਦੇ ਕੰਡਾ ਫਸ ਗਿਆ ਚੋਲੇ 'ਚ, ਗੁਲਾਬ ਦਾ ਬੜਾ ਵੱਡਾ ਪੌਦਾ ਸੀ, ਉੱਥੇ ਕੰਡੇ ਲੱਗੇ ਸੀ, ਕੰਡਾ ਫਸ ਗਿਆ, ਖੁੰਗੀ ਲੱਗੀ, ਕੱਪੜਾ ਫਟ ਗਿਆ, ਗੁਲਾਬ ਦਾ ਵੱਡਾ ਫੁੱਲ ਥੱਲੇ ਜਾ ਕੇ ਡਿੱਗ ਪਿਆ। ਪਿੱਛੇ ਮੁੜ ਕੇ ਵੇਖਿਆ, ਮਹਾਰਾਜ ਜੀ ਨੇ ਵੀ ਵੇਖਿਆ, ਛੇਵੀਂ ਪਾਤਸ਼ਾਹ ਜੀ ਨੇ, ਅਤੇ ਪੁੱਤਰ ਜੀ ਨੂੰ ਕਹਿੰਦੇ ਨੇ, ਪੁੱਤਰ ਜੀ ਸਮਝੇ ਹੋ ਕੁਛ? ਮਹਾਰਾਜ ਜੀ ਤੁਸੀਂ ਸਮਝਾਉਣਾ, ਛੇਵੀਂ ਪਾਤਸ਼ਾਹੀ ਨੂੰ ਸੱਤਵੀਂ ਪਾਤਸ਼ਾਹੀ ਕਹਿੰਦੀ, ਤੁਸੀਂ ਸਮਝਾਉਣਾ, ਛੋਟੀ ਜੀ ਬਾਲ ਉਮਰ ਹੈ, ਤੁਸੀਂ ਸਮਝਾਉਣਾ, ਹੁਕਮ ਕਰੋ, ਮੈਨੂੰ ਨਹੀਂ ਕੁਛ ਸਮਝ ਆਇਆ। ਕਹਿੰਦੇ ਤੁਹਾਡਾ ਚੋਲਾ ਫਸਿਆ ਕਿੱਥੇ? ਕਹਿੰਦੇ ਕੰਡੇ ਨਾਲ, ਬਸ ਫੁੱਲ ਡਿੱਗ ਪਿਆ। ਹਾਂਜੀ ਡਿੱਗ ਪਿਆ, ਠੀਕ ਹੈ, ਹੁਣ ਕੀ ਸਮਝ ਆਈ ਹੈ? ਚੋਲਾ ਫਟ ਗਿਆ। ਹਾਂਜੀ ਫਟ ਗਿਆ। ਇਹ ਦੁਨੀਆ 'ਚ ਸੰਸਾਰ 'ਚ ਕੰਡੇ ਹੀ ਕੰਡੇ ਨੇ, ਆਪਣਾ ਚੋਲਾ ਬਚਾ ਕੇ ਰੱਖਿਓ, ਕੰਡਿਆਂ ਨੇ ਤੁਹਾਨੂੰ ਆਪਣੇ ਵੱਲ ਖਿੱਚਣਾ ਜੇ, ਫੁੱਲਾਂ ਨੂੰ ਧੱਕੇ ਵੱਜਣੇ ਨੇ, ਕੰਡਿਆਂ ਨੇ ਆਪਣੇ ਵੱਲ ਖਿੱਚਣਾ ਜੇ, ਬੰਦੇ ਕੰਡੇ ਨੇ, ਸਾਰੀ ਦੁਨੀਆ ਕੰਡੇ ਨੇ, ਬਚਾ ਕੇ ਰੱਖਣਾ ਆਪਣਾ ਚੋਲਾ। ਇੰਨੀ ਗੱਲ ਭਰ ਕੇ ਕਹਿ, ਆਪਣਾ ਚੋਲਾ ਬਚਾ ਕੇ ਰੱਖਣਾ। ਉਹ ਚੋਲਾ ਉਹ ਨਹੀਂ ਸੀ ਜਿਹੜਾ ਉਹ ਚੋਲਾ ਪਾਇਆ ਸੀ, ਉਹ ਮਨੁੱਖਾ ਚੋਲਾ ਸੀ, ਜਾਮਾ ਸੀ, ਆਪਣਾ ਜਨਮ ਬਚਾ ਕੇ ਰੱਖਣਾ, ਬਸ ਇਹ ਹੈ ਗੁਰੂਆਂ ਦੀਆਂ ਕਹਾਣੀਆਂ, ਸਾਖੀਆਂ, ਸਿੱਧੀਆਂ ਸਾਧੀਆਂ ਜੀ। ਚੋਲਾ ਮਤਲਬ ਸਰੀਰ, ਇਹ ਜਿਸਮ, ਇਹ ਸੰਸਾਰ ਵਾਲਾ।